ਰੁਪਏ 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ, 5 ਦਸੰਬਰ ਦਾ ਦਿਨ ਹੈ, ਵਰਾ 2019 ਦਾ ਵੀਰਵਾਰ ਹੈ, ਕਰੜਾ ਵੀਰਵਾਰ ਹੈ। ਬਾਈ ਮਗਰ ਨਮਸ਼ ਸਿੰਘ 551 ਨਿੱਘਾ ਹਾਰਦਿਕ ਸਵਾਗਤ ਹੈ ਜੀ। ਪੀਲਾ ਰੰਗ ਉੱਡੂ ਅੱਜ ਦੀ ਲੋਕ ਸਾਡੇ ਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਖਬਰਾਂ ਦੇ ਨਾਲ ਨਾਲ ਦਾ ਤੁਸੀਂ ਕੇਸ ਪਿਛਲੇ ਇੱਕ ਸਾਲ ਤੋਂ ਸੁਣ ਰਹੇ ਹੋ, ਜਦ ਹੀ NDP ਸਰਕਾਰ ਨੇ ਇਹਦਾ ਚੱਕਣ ਚੁੱਕਿਆ ਹੋਇਆ। ਪਹਿਲਾਂ ਨੇ ਤਾਂ ਗੱਲ ਨਿਬੇੜਤੀ ਸੀ, ਇਹਨਾਂ ਨੇ ਡਾਕਟਰ ਜਰਮਨ ਦੀ ਰਿਪੋਰਟ ਹੈ ਸਰ, ਡੇਵਿਡ ਈਬੀ ਨੇ ਨਿੱਜੀ ਤੌਰ ਤੇ ਇਹਦੇ ਵਿੱਚ ਇੰਟਰਸਟ ਲੈ ਕੇ ਇਸ ਨੂੰ ਇਸਦਾ ਪਰਦਾ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਬਹੁਤ ਲੰਮੀ ਕਹਾਣੀ ਹੈ, 1993 ਤੋਂ ਸ਼ੁਰੂ ਹੋਈ, 35 ਸਾਲ ਹੋ ਗਏ 2000 ਦੇ ਵਿੱਚ, 2010 ਤੱਕ ਰਾਦਰ ਹੁਣ ਤੱਕ ਵੀ ਚੱਲਦੀਆਂ ਰਹੀਆਂ ਗੱਲਾਂ। ਅਲੱਗ ਅਲੱਗ ਲੈਵਲ ਆ ਪੈਸੇ ਲੁਕਾਉਣ ਦਾ, ਤੇ ਅਸਲ ਕਹਾਣੀ ਵੱਡੇ ਜਾਂ ਮਿਲੀਅਨ ਆਫ ਡਾਲਰ ਇਨਵੋਲਵ ਹੁੰਦੇ ਨੇ, ਕਿਵੇਂ ਇਹ ਲੋਕ ਚੱਕ ਕੇ ਲਿਜਾਂਦੇ ਨੇ, ਕਿਵੇਂ ਘੁੰਮ ਕੇ ਆਉਂਦਾ ਹੈ, ਤੇ ਜਿਹਦੇ ਵਿੱਚ ਤੁਸੀਂ ਖਬਰਾਂ ਪਿਛਲੇ ਸਾਲ ਤੋਂ ਸਾਡੇ ਜੂਆ ਘਰਾਂ ਦੇ ਵਿੱਚ ਕੈਸ਼ ਤੋਂ ਬਾਅਦ ਫਿਰ ਜਿਹੜੀ ਬਚਿਆ ਪੈਸਾ ਉਹ ਵਾਇਰ ਟ੍ਰਾਂਸਫਰ ਸਿਲਵਰ ਇੰਟਰਨੈਸ਼ਨਲ ਦੀ ਇੱਕ ਬੈਂਕ ਤੇ, ਪਰ ਵੱਡੇ ਅਪਰਾਧੀ ਜਿਹੜੇ ਇਹਦੇ ਵਿੱਚ ਹੋਰ ਕੌਣ ਸੀ, ਇਸ ਦੀ ਗੱਲਬਾਤ ਹੋਏਗੀ। ਕਿਵੇਂ ਕਿਵੇਂ ਬਰਨਵੀ ਦੇ ਵਿੱਚ ਘਰ ਤੇ ਵਿਸਲਰ ਤੇ ਕਲੋਨਾ ਦੀਆਂ ਪ੍ਰੋਪਰਟੀਆਂ, ਸਰਕਾਰ ਪਿੱਛੇ ਪਈ ਹੋਈ ਆ, ਹੁਣ ਰੈਵਨਿਊ ਕੈਨੇਡਾ ਵੀ ਪਿੱਛੇ ਪਿਆ ਹੋਇਆ, ਆਡਿਟ ਇਸ ਦੇ ਹੋ ਰਹੇ ਨੇ, ਕੋਸ਼ਿਸ਼ ਹੋ ਰਹੀ ਹੈ। ਇਹ ਮਿਲੀਅਨ ਆਫ ਡਾਲਰ ਦੀ ਗੱਲ ਹੈ, ਪਲੱਸ 150 million ਜਿਹੜਾ ਆਪਣਾ ਸਿਸਟਮ ਚੱਲਿਆ ਸੀ ਆਪਣੇ, ਬਈ ਕੈਸ਼ ਨਾਲੇ ਜ਼ਮੀਨ ਲੈ ਲਈ, ਲੋਟ ਕੈਸ਼ ਨਾਲੇ ਘਰ ਬਣਾ ਲਏ, ਜਾਂ ਫਿਰ ਕੈਸ਼ ਨਾਲ ਘਰ ਬਣਾ ਲਏ, ਲੋਟ ਜਿਹੜੀ ਬੈਂਕ ਡਰਾਫਟ 'ਚ ਲੈ ਲਈ, ਫਿਰ ਉਹ ਚਿੱਟੇ ਕਾਲੇ ਕਰ ਲਏ। ਇਹ ਛੋਟੇ ਲੈਵਲ ਦਾ ਕੰਮ ਸੀ, ਇਹਨਾਂ ਨੂੰ ਨਹੀਂ ਵਾਲਾ ਝਾਕਦੇ, ਉਹ ਤਾਂ ਨਾਲੇ ਹੁਣ ਹੋ ਗਈ ਗੱਲ 2000 ਦੇ ਵਿੱਚ 10 ਤੋਂ ਪਹਿਲਾਂ, ਤੇ ਹੁਣ ਤਾਂ ਵੱਡਿਆਂ ਨੌਵਾਂ ਦੇ ਵੱਡੀਆਂ ਲਾਈਨਾਂ ਦੇ ਵਿੱਚ ਨੌ ਨੇ ਬਿਲਡਰਾਂ ਦੇ, ਤੇ ਇਹ ਚਲੋ ਉਹ ਠੀਕ ਆ, ਲੰਘ ਗਈ। ਪਰ ਆਹ ਜਿਹੜਾ ਵੱਡੀ ਕਹਾਣੀ ਜਿਹੜੀ ਹਸ਼ੀਸ਼ ਟੰਨਾਂ ਦੇ ਵਿੱਚ ਪਾਕਿਸਤਾਨ ਤੋਂ ਇੰਪੋਰਟ ਹੋ ਕੇ ਆਈ, ਤੇ ਜਿਹੜੀ ਵੱਡੀ ਇੱਕ ਖੇਪ ਪਹਿਲੇ ਏਅਰਪੋਰਟ ਦੇ ਵਿੱਚ ਵੀ ਫੜੀ ਤੀ, ਜਿੱਥੇ ਨੌ ਜਿਹੜਾ ਕੈਨੇਡਾ ਦੇ ਨਾਲ ਵੈਨਕੂਵਰ ਦੇ ਗੈਂਗਸਟਰ ਨਾਲ ਜੁੜਦਾ ਸੀ, ਜਿਹਦੇ ਰਾਜਨੀਤਿਕ ਬੰਦੇ ਇਨਵੋਲਵ ਹੋਏ। ਇਹ ਟ੍ਰੇਲ ਕੀ ਹੈ, ਇਹ 2 ਨੰਬਰ ਦਾ ਪੈਸਾ ਕੀ ਆ, ਹੁਣ ਵੀ ਬਹੁਤ ਇਨਵੋਲਵ ਹੈ ਜਿਹੜਾ, ਹੁਣ ਵੀ ਅਟੈਚੀ ਭਰ ਭਰ ਕੇ ਆਏ ਨੇ, ਪਹਿਲਾਂ ਆਉਂਦੇ ਰਹੇ, ਇੱਥੋਂ ਜਾਂਦੇ ਰਹੇ। ਜਦ ਅਸਲ ਕਹਾਣੀ ਹਾਂਗਕਾਂਗ ਜਦ ਕਲੋਨੀ ਤੋਂ ਪਰਾਂ ਹੋਇਆ, ਜਦ ਉਸ ਸਮੇਂ ਜਿਹੜੇ ਅਟੈਚੀ ਭਰ ਭਰ ਕੇ ਸ਼ਰਿਆਮ ਆਉਂਦੇ ਰਹੇ, ਤੇ ਕਿਸ ਤਰ੍ਹਾਂ ਆਏ, ਕਿਸ ਤਰ੍ਹਾਂ ਇੱਥੇ ਖਪਤ ਹੋਏ, ਬਹੁਤ ਲੰਮਾ ਇਹਦੇ ਤੇ ਇਨਵੈਸਟੀਗੇਸ਼ਨ ਕੀਤੀ ਪੋਸਟ ਮੀਡੀਆ ਨੇ, ਵੈਨਕੂਵਰ ਸਨ ਤੇ ਪ੍ਰੋਵਿੰਸ ਨੇ, ਤੇ ਬਹੁਤ ਸਿਲਸਿਲੇਵਾਰ ਤਰੀਕੇ ਨਾਲ ਉਹ ਛਾਪ ਰਹੇ ਨੇ। ਜਰਨਲਿਜ਼ਮ ਬੜਾ ਔਖਾ ਹੈ, ਉਹਨਾਂ ਕੋਲ ਰਿਸੋਰਸ ਬਹੁਤ ਨੇ, ਅਸਲ ਕਹਾਣੀ ਇਹ ਹੈ। ਸਾਡਾ ਮੀਡੀਆ ਜਿਹੜਾ ਹਲੇ ਨਵਾਂ ਹੈ, ਸਾਡੇ ਕੋਲ ਰਿਸੋਰਸ ਓਨੇ ਹੈ ਨਹੀਂ, ਤੁਹਾਡੇ ਨਾਲ ਕੰਮ ਕਰਨ ਵਾਲੇ ਹੋਣ ਤਾਂ ਤੁਸੀਂ ਬਹੁਤ ਚੀਜ਼ਾਂ ਲੱਭ ਸਕਦੇ। ਹਲੇ ਵੀ ਆਪਾਂ ਆਪਣੀ ਵਿੱਤ ਤੋਂ ਬਾਹਰ ਗੱਲਾਂ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਅਲੱਗ ਅਲੱਗ ਵਿਸ਼ਿਆਂ ਤੇ ਅਲੱਗ ਅਲੱਗ ਕਹਾਣੀ ਹੈ, ਅਲੱਗ ਅਲੱਗ ਤਰਤੀਬ ਹੈ, ਇਹਦੇ ਬਾਰੇ ਦੱਸਾਂਗਾ। ਤੇ ਨਾਲ ਸੋਸ਼ਲ ਮੀਡੀਆ ਤੇ, ਸੋਸ਼ਲ ਮੀਡੀਆ ਤੇ ਜਿਹੜੀ ਸਿਹਤ ਸੰਬੰਧੀ ਤੁਹਾਨੂੰ ਜਾਣਕਾਰੀ ਮਿਲਦੀ ਹੈ, ਉਹ ਕਿੰਨਾ ਕੁ ਤੁਸੀਂ ਲਾਗੂ ਕਰਦੇ ਹੋ? ਖਾਸ ਤੌਰ ਤੇ ਮੈਂ ਰਾਜੀਵ ਦੀਕਸ਼ਿਤ ਜੀ ਹੋਰਾਂ ਬਾਰੇ ਗੱਲ ਕਰਨੀ ਚਾਹੁੰਦਾ, ਜਿਹਨਾਂ ਨੂੰ ਇੱਕ ਸਾਜਿਸ਼ ਦੇ ਤਹਿਤ ਮੁਕਾ ਦਿੱਤਾ ਗਿਆ। ਰਾਜੀਵ ਦੀਕਸ਼ਿਤ ਉਹਨਾਂ ਦੀਆਂ ਜਿਹੜੀਆਂ ਬਾਗਵਟ ਰਿਸ਼ੀ ਦੀ 3000 ਪੁਰਾਣੀ ਆਯੁਰਵੇਦ ਦੇ ਬਾਰੇ ਗੱਲਬਾਤ ਹੈ, ਉਹਦੇ ਵਿੱਚ ਬਹੁਤ ਕੁਝ ਆ ਜਿਹੜਾ ਸਾਰਥਕ ਹੈ। ਠੀਕ ਹੈ, ਇੱਥੇ ਦੇ ਸਿਸਟਮ ਦੇ ਵਿੱਚ ਹੈਵੀ ਮੈਟਲ ਦੇ ਥੱਲੇ ਉਹ ਸੈੱਟ ਨਹੀਂ ਆਉਂਦਾ, ਕਿਉਂਕਿ ਇਹ ਹੋਰ ਤਰੀਕੇ ਨਾਲ ਪੜ੍ਹਦੇ ਆ, ਉਹ ਹੋਰ ਤਰੀਕੇ ਨਾਲ ਗੱਲਾਂ ਸੀ ਪੁਰਾਣੀਆਂ। ਠੀਕ ਹੈ, ਜਦ 30 ਸਾਲ ਪਹਿਲਾਂ ਰਿਸ਼ੀ ਜਿਹੜੇ ਹੋਏ, ਤਾਂ ਉਸ ਸਮੇਂ ਦੀਆਂ ਜਿਹੜੀਆਂ ਕਹਾਣੀਆਂ ਹੈ, ਤਾਂ ਉਸ ਸਮੇਂ ਕੁਦਰਤ ਬਹੁਤ ਅਲੱਗ ਸੀ। ਅੱਜ ਆਯੁਰਵੇਦ ਦੀਆਂ ਇਹਨਾਂ ਹਰਬਸ ਦੇ ਵਿੱਚ, ਜੜੀਆਂ ਬੂਟੀਆਂ ਦੇ ਵਿੱਚ, ਕਿਉਂਕਿ ਉੱਗਦੀਆਂ ਤਾਂ ਉਹੀ ਟੌਕਸਿਕ ਮਾਹੌਲ ਦੇ ਵਿੱਚ ਹੀ ਨੇ, ਇਨਵਾਇਰਮੈਂਟ ਦੇ ਵਿੱਚ ਨੇ। ਸੋ ਸਿਹਤ ਸੰਬੰਧੀ ਅੱਜ ਦੀ ਵੀਰਵਾਰ ਨੂੰ ਆਪਾਂ ਆਪਣੇ ਭਾਈਚਾਰੇ ਨਾਲ ਸੰਬੰਧਿਤ ਗੱਲਬਾਤ ਕਰਦੇ ਹੁੰਦੇ ਹਾਂ। ਪਿੱਛੇ ਜੇ ਜਦ ਬੈਦ ਰੂਬਲ ਉਹਨਾਂ ਦੀ, ਤੇ ਹੁਣ ਬੈਦ ਦੱਤਾ ਉਹਨਾਂ ਦਾ ਕੇਸ ਸਾਹਮਣੇ ਆਇਆ, ਤੇ ਉਹੀ ਹਰਬਸ ਉਹੀ ਚੀਜ਼ਾਂ ਇਹਨਾਂ ਦੇ ਆਧਾਰ ਤੇ ਇਹਨਾਂ ਦਾ ਨੰਬਰ ਲਾ ਕੇ ਦੁਬਾਰਾ ਮੁੜ ਕੇ ਆ ਜਾਣ, ਉਹਨਾਂ ਨੂੰ ਕੋਈ ਇਸ਼ੂ ਨਹੀਂ। ਪਰ ਹਲੇ ਵੀ ਬਹੁਤ ਵੱਡੀ ਗ੍ਰੇ ਮਾਰਕੀਟ ਹੈ। ਪਰ ਅੱਜ ਮੈਂ ਜਿਹੜੀ ਇਨਫੋਰਮੇਸ਼ਨ ਸਪੈਸੀਫਿਕਲੀ ਸੋਸ਼ਲ ਮੀਡੀਆ ਤੇ ਮਿਲਦੀ ਆ ਤੁਹਾਨੂੰ,
ਉਹਦੇ ਰਾਹੀਂ ਤੁਸੀਂ ਸਿਹਤ ਨੂੰ ਵਧੀਆ ਕਿਵੇਂ ਰੱਖ ਸਕਦੇ। ਰਾਜੀਵ ਦੀਕਸ਼ਿਤ ਉਹਨਾਂ ਦੀ ਮੈਂ ਅੱਜ ਗੱਲ ਕਰਨੀ ਚਾਹੁੰਦਾ, ਉਹਨਾਂ ਦੀਆਂ ਜਿਹੜੀਆਂ ਯੂਟਿਊਬ ਦੇ ਵੀਡੀਓਜ਼ ਆਪਾਂ ਬੜੀਆਂ ਵੇਖਦੇ ਨਾਲ, ਵੱਡਾ ਐਮਪਾਇਰ ਜਿਹੜਾ ਅੱਜ ਖੜਾ ਆਪਣੇ ਜੋਗੇ ਵਾਲੇ ਬਾਬੇ ਦਾ, ਤੇ ਇਸ ਜੋਗੇ ਵਾਲੇ ਬਾਬੇ ਦੇ ਪਹਿਲੇ ਯਾਰਾਂ ਦੇ ਵਿੱਚ ਰਾਜੀਵ ਦੀਕਸ਼ਿਤ ਹੁੰਦਾ ਸੀ, ਫਿਰ ਸਡਨ ਉਸਦੀ ਮੌਤ ਹੋਈ ਹੈ, ਬੋਡੀ ਉਹਦੀ ਨੀਲੀ ਹੋ ਗਈ, ਜ਼ਹਿਰੀਲਾ ਉਹਨੂੰ ਕੁਛ ਦਿੱਤਾ ਗਿਆ। ਉਹ ਫਰੀ ਲੋਕਾਂ ਦੀ ਸੇਵਾ ਕਰਦਾ ਫਿਰਦਾ ਸੀ ਪਿੰਡ ਪਿੰਡ ਬੰਦਾ, ਤੇ ਉੱਥੇ ਨਿਜ਼ਾਮ ਦੇ ਵਿੱਚ ਜਿੱਥੇ ਪੈਸੇ ਧੇਲੇ ਦਾ ਰੌਲਾ, ਉੱਥੇ ਕੌਣ ਇਹਨਾਂ ਨੂੰ ਸੁਣਦਾ। ਪਰ ਅੱਜ ਗੱਲਬਾਤ ਸੋਸ਼ਲ ਮੀਡੀਆ ਤੇ ਤੁਹਾਡੀ ਸਿਹਤ ਜਿਹੜੀ, ਉਹਦੇ ਤੇ ਟਿਪਸ ਜਿਹੜੀਆਂ ਆਉਂਦੀਆਂ ਨੇ, ਉਹਨਾਂ ਤੇ ਕਿੰਨਾ ਕੁ ਤੁਸੀਂ ਗੌਰ ਕਰਦੇ ਹੋ। ਰਾਜੀਵ ਦੀਕਸ਼ਿਤ ਦੀ ਅੱਜ ਗੱਲ ਕਰਨੀ ਚਾਹੁੰਦਾ ਮੈਂ। 1-844-247-1550 ਔਨ ਏਅਰ ਨੰਬਰ ਰਹੇਗਾ, 1-844-247-1550। KRPRadio.com ਤੋਂ ਸਿੱਧਾ ਪ੍ਰਸਾਰਣ ਚੱਲ ਰਿਹਾ ਜਿੱਥੇ ਵੀ ਦੁਨੀਆਂ ਤੇ ਬੈਠੇ ਹੋ। ਪ੍ਰੋਗਰਾਮ ਰਹਿ ਜੇ ਤਾਂ ਯੂਟਿਊਬ ਤੇ ਪਾਇਆ ਹੁੰਦਾ ਲੋਕ ਸੱਤ ਦੇ ਥੱਲੇ, ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। 604-440-6462 ਅਸਲ ਕਹਾਣੀ ਉਹ ਇਹ ਆ ਗਈ ਕਿ ਹੁਣ ਫੋਨ ਤੇ ਜਾਣਾ ਸਾਰਾ ਕੁਛ, ਸਮਾਂ ਆ ਜਾਣਾ 2-3 ਸਾਲਾਂ ਤੱਕ ਫੋਨ ਤੇ ਹੀ ਤੁਹਾਡੀ, ਟੀਵੀ ਦੇ ਅੱਗੇ ਕਿਸੇ ਨੇ ਨਹੀਂ ਬਹਿਣਾ, ਫੋਨ ਤੇ ਹੀ ਤੁਹਾਡੀਆਂ ਯੂਟਿਊਬ ਦੀਆਂ ਵੀਡੀਓ। ਹੁਣ ਵੀ ਤੁਸੀਂ ਜਿਹਨਾਂ ਨੂੰ ਸਬਸਕ੍ਰਾਈਬ ਕਰ ਦਿੰਦੇ ਹੋ, ਪੌਪ ਅਪ ਹੋ ਜਾਂਦੇ ਹੁੰਦੇ ਯੂਟਿਊਬ ਤੇ। ਇਸ ਤਰ੍ਹਾਂ ਇਹ ਹੋਣਾ ਕਿ ਸਮੇਂ ਦੇ ਸਥਾਨ ਦੇ ਹਿਸਾਬ ਨਾਲ ਬੰਨ ਕੇ ਕਿਸੇ ਨਹੀਂ, ਲਾਈਵ ਵੀ ਸੁਣਨਗੇ ਲੋਕ, ਪਰ ਬਹੁਤ ਛੇਤੀ ਪੋਡਕਾਸਟ ਨੇ ਟੇਕ ਓਵਰ ਕਰਨਾ ਇਸ ਇੰਡਸਟਰੀ ਨੂੰ, ਕਿ ਜਦ ਸਮਾਂ ਹੋਵੇ ਪ੍ਰੋਗਰਾਮ ਸੁਣ ਲਵੇ। ਹੁਣ ਵੀ ਜਦ ਤੁਸੀਂ ਪ੍ਰੋਗਰਾਮ ਸੁਣਦੇ ਹੋ ਜਿੱਥੇ ਵੀ ਕਿਤੇ, ਹੁਣ ਸੁਨੇਹਾ 4 ਵਜੇ ਨੇ ਆਸਟ੍ਰੇਲੀਆ 'ਚ, ਸਾਰੇ ਨੋਟ ਲਏ, ਪਰ ਬਾਅਦ 'ਚ ਪਾਬੰਦਾ ਜਦ ਪਾ ਦਿੰਦਾ ਪ੍ਰੋਗਰਾਮ, ਲੋਕ ਸੁਣਦੇ ਨੇ ਤੇ ਅਸੀਂ ਸਹੀ ਨੇ ਜਿਹੜੇ ਪਿਆਰ ਕਰਦੇ ਨੇ, ਜਿੰਨੇ ਵੀ ਨੇ ਆਪਣੀ ਮਿਹਨਤ ਦੇ ਨਾਲ ਮੁੰਡਾ ਐਡਿਟ ਕਰਕੇ ਪਾਉਂਦਾ। ਇਸ ਤਰ੍ਹਾਂ ਹੀ ਹੁੰਦਾ, ਜਦ ਅਨਕੰਡੀਸ਼ਨਲ ਤੁਸੀਂ ਕਿਸੇ ਸੰਬੰਧਾਂ ਨਾਲ ਕਿਸੇ ਪਿਆਰ ਦੇ ਵਿੱਚ ਹੁੰਦੇ ਹੋ ਤਾਂ ਤੁਸੀਂ ਸਭ ਕੁਛ ਕਰਦੇ ਹੋ। ਕੰਡੀਸ਼ਨਲ ਜਿਹੜਾ ਕੰਮ ਹੈ ਅੱਜ ਕੱਲ੍ਹ ਇਸ ਯੁੱਗ ਦੇ ਵਿੱਚ, ਦਵੇਗਾ ਕੀ ਤੇ ਯਾਰੀ ਕੀ ਇਹ ਗੱਲ, ਤੇ ਜਦ ਸਮਾਂ ਲੱਗਣਾ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਕਿਰਚਾਂ ਨੇ ਫਿਰ ਜਦ ਨਿਕਲਦੀਆਂ ਪਤਾ ਜਦ ਲੱਗਦਾ, ਜਦ ਤੱਕ ਵਕਤ ਨਹੀਂ ਆਉਂਦਾ ਜਦ ਤੱਕ ਨਹੀਂ ਪਤਾ ਲੱਗਦਾ। 1-844-247-1550, 604-440-6462 ਦਫ਼ਤਰ ਦੀ ਈਮੇਲ ਹੈ। ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਤੇ ਅਕਾਊਂਟ ਹੈ ਜਿੱਥੇ ਤੁਸੀਂ ਨਾਲ ਨਾਲ ਰਹਿੰਦੇ ਹੋ, ਉਹਨੂੰ ਪੇਜ ਦੇ ਵਿੱਚ ਚੇਂਜ ਕਰਾਂਗੇ ਛੇਤੀ ਕਿ ਤੁਸੀਂ ਹੋਰ ਐਡ ਹੋ ਸਕੋ, ਤੇ ਨਾਲ ਨਾਲ harjeet.g@krpradio.com ਈਮੇਲ ਹੈ। 6047-729-1224 ਵਟਸਐਪ ਤੇ ਟੈਕਸਟ ਦਾ ਨੰਬਰ ਹੈ। ਪਹਿਲੀ ਗੱਲ ਕਿ ਸਾਡੀ ਸਾਰੀ ਗਲਤੀ ਮੇਰੀ ਨਹੀਂ, ਜੇਕਰ ਮੇਰੀ ਵੀ ਹੈ ਕੀ ਮੈਂ ਤੇਰੀ ਨਹੀਂ। ਉਹ ਕਹਿੰਦਾ ਪਿਆਰ ਤੇ ਜੰਗ ਵਿੱਚ ਜਾਇਜ਼ ਸਭ, ਮੈਂ ਕਹਿਣੀ ਆ ਹੇਰਾ ਫੇਰੀ ਨਹੀਂ। ਕਿਸ ਤਰ੍ਹਾਂ ਡਰਦਾ ਘੁਣ ਖਾ ਜਾਂਦਾ ਨੀਂਦਰ ਨੂੰ, ਤੂੰ ਕੀ ਜਾਣੇ ਤੇਰੇ ਘਰ ਜੋ ਬੇਰੀ ਨਹੀਂ। ਮੇਰੀ ਮਨ ਤੇ ਆਪਣੇ ਆਪਣੇ ਰਾਹ ਪਈਏ, ਕੀ ਕਹਿਣਾ ਹੈ ਜਿੰਨੀ ਹੋਈ ਬਥੇਰੀ ਨਹੀਂ। ਤਾਹਿਰਾ ਪਿਆਰ ਦੀ ਖੋਰੇ ਕਿਹੜੀ ਮੰਜ਼ਿਲ ਹੈ, ਸਭ ਕੁਝ ਮੇਰਾ ਇਹ ਪਰ ਮਰਜ਼ੀ ਮੇਰੀ ਨਹੀਂ। ਤਾਹਿਰਾ ਪਿਆਰ ਦੀ ਖੋਰੇ ਕਿਹੜੀ ਮੰਜ਼ਿਲ ਹੈ, ਸਭ ਕੁਝ ਮੇਰਾ ਇਹ ਪਰ ਮਰਜ਼ੀ ਮੇਰੀ ਨਹੀਂ। ਤਾਹਿਰਾ ਸਰਾ ਲਹਿੰਦੇ ਪੰਜਾਬ ਤੋਂ ਲਿਖਦੀ ਹੈ। 11:26 ਹੋਏ ਨੇ, ਕੈਲੀਫੋਰਨੀਆ 'ਚ ਧੁੱਪ ਪੂਰੀ ਚਮਕਰੀ ਹੈ। ਸ਼ੇਰ ਸਿੰਘ ਬਰਾੜ ਉਹਨਾਂ ਨੇ ਫੋਟੋ ਭੇਜੀ ਹੈ। ਕੈਲੀਫੋਰਨੀਆ ਗੋਲਡਨ ਸਟੇਟ ਵਰਗੀ ਸਟੇਟ ਨਹੀਂ ਹੈ ਦੁਨੀਆ ਦੇ ਵਿੱਚ, ਜਦ ਵੀ ਕਦੇ ਟਾਈਮ ਲੱਗਦਾ ਵਿਜ਼ਿਟ ਕਰਕੇ ਆਇਆ, ਦੇਖ ਲਓ ਕੁਦਰਤ ਕੀ ਆ ਵੀ। ਬਸ ਐਸ਼ਲੈਂਡ ਦੀ ਪਹਾੜੀ ਤੋਂ ਉਰੇ ਸਾਡਾ ਲੂ ਹੈ, ਐਸ਼ਲੈਂਡ ਟੱਪੀ ਨਹੀਂ, ਲੈਡਫੋਰਡ ਐਸ਼ਲੈਂਡ ਦੀਆਂ ਪਹਾੜੀਆਂ ਟੱਪੀ ਨਹੀਂ, ਪਤਾ ਹੀ ਨਹੀਂ ਕਿਹੜਾ ਬਟਨ ਹੈ ਜਿਹੜਾ ਨੱਪਿਆ ਜਾਂਦਾ, ਜਮਾਂ ਹੀ ਸੁੱਕਾ ਆ ਜਾਂਦਾ। ਬਸ ਜਦੇ ਹੀ ਸ਼ਾਸਤਾ ਲੇਕ ਟੱਪਦੇ ਹੋ ਤੇ ਬਸ ਫਿਰ ਰੈਡਿੰਗ ਤੇ ਕੋਰਨਿੰਗ ਤੇ ਉਸ ਤੋਂ ਬਾਅਦ ਸੈਕਰਾਮੈਂਟੋ ਸੈਂਟਰਨੈਲਾ ਤੇ ਪਹਾੜੀਆਂ ਐਲੇ ਦੀਆਂ ਵਹਿਜਾ ਹੁੰਦੀਆਂ, ਸੜਕਾਂ ਦਾ ਜਾਲ ਸੈਂਟਰਨੈਲੇ ਦੇ ਕੋਲ ਜਾਂ ਸਲੀਨਸ ਨੂੰ ਜਾਂਦੇ ਹੋ, ਲਸਣ ਦੀ ਮਹਿਕ ਆਉਂਦੀ ਹੈ, ਵੱਡੇ ਵੱਡੇ ਟ੍ਰੇਲਰ ਭਰੇ ਜਾਂਦੇ ਨੇ ਲਸਣ ਦੇ, 101 ਦਾ ਸੀਨਿਕ ਰੂਟ 99 ਤੇ ਫਰਿਜ਼ਨ ਤੇ ਬੇਕਰਸ ਫੀਲਡ ਤੇ ਸਾਡਾ ਭਾਈਚਾਰਾ ਮਨਟੀਕੇ ਬਾਈ ਸੇਖੋ ਮਾਨ ਹੋਣੀ ਸਭ ਵੱਡੇ ਪਰਿਵਾਰ ਜਿਹੜੇ ਨੇ। ਆਨੰਦ ਹੈ ਕਿ ਇਹੋ ਜਿਹਾ ਉਹ ਸੂਬਾ ਜਿੱਥੇ ਸਾਰਾ ਸਾਲ ਤੁਸੀਂ ਜਿਹੜੀਆਂ ਨੇ ਛੱਤ ਲਾ ਕੇ ਗੱਡੀ ਚਲਾ ਸਕਦੇ ਹੋ ਤੇ ਮੋਟਰਸਾਈਕਲ
ਚਲਾ ਸਕਦੇ ਹੋ। ਟਰੱਕਰਸ ਵੀ ਆਨੰਦ ਲੈਂਦੇ ਨੇ ਬਾਹਰਲੀ ਲੇਨ ਚ ਜਾਂਦੇ ਜਾਂਦੇ, ਪਤਾ ਹੀ ਨੀ ਛੱਤ ਲਾਈ ਆਈ ਕਾਰ ਦੇ ਵਿੱਚ ਵੀ ਕੀ ਕੀ ਦਿਖਾ ਕੇ ਲੰਘ ਜਾਂਦੇ ਨੇ ਲੋਕ, ਤੇ ਬੰਦਾ ਦੇਖਦਾ ਰਹਿ ਜਾਂਦਾ ਵੀ ਆਹ ਕੀ ਲੰਘ ਗਿਆ ਬਰੋਲਾ। ਇਹ ਜਿਹੜਾ ਬਹੁਤ ਬਿਊਟੀਫੁਲ ਸਟੇਟ ਹੈ, ਕੁਦਰਤ ਨੇ ਪਾਣੀ ਦੀ ਕੋਈ ਕਮੀ ਉੱਥੇ ਹੁਣ ਆਉਣੀ ਹੈ, ਆ ਰਹੀ ਹੈ। ਦਰਖਤ ਜਿਹੜੇ ਪੱਟੇ ਜਾ ਰਹੇ ਨੇ, ਵੱਡੇ ਵੱਡੇ ਬਾਗ ਜਿਹੜੇ ਨੇ ਅਖਰੋਟਾਂ ਦੇ ਬਦਾਮਾਂ ਦੇ, ਪਰ ਮੁੱਕਣਾ ਕੁਛ ਨੀ, ਕੱਢ ਲੈਣਾ ਜਿਹੜਾ ਪਾਣੀ ਦਾ ਹੀਲਾ ਵੀ ਇਸ ਦੇਸ਼ ਨੇ ਕਰ ਲੈਣਾ। ਜੰਗਲੀ ਅੱਗਾਂ ਨੇ ਸੂਬਾ ਥੋੜਾ ਜਿਹਾ ਪ੍ਰਭਾਵਿਤ ਕੀਤਾ, ਪਰ ਗੋਲਡਨ ਸਟੇਟ ਗੋਲਡਨ ਸਟੇਟ ਹੀ ਹੈ। ਕੈਲੀਫੋਰਨੀਆ ਵੀ ਸਟੇਟ ਨਹੀਂ ਦੁਨੀਆ ਦੇ ਵਿੱਚ, ਲੋਕ ਖੁਸ਼ ਰਹਿੰਦੇ ਆ, ਤਾਂਬੇ ਰੰਗੇ ਲੋਕ ਨੇ ਜ਼ਿਆਦਾ ਤੇ ਆਨੰਦ ਰਹਿੰਦੇ ਆ, ਅਮੀਗੋ ਫਿਰਦੇ ਆ ਕੰਮ ਕਰਦੇ ਖੇਤਾਂ ਵਿੱਚ ਵੱਡੀਆਂ ਲੈ ਕੇ, ਤੇ ਖਾਸ ਤੌਰ ਤੇ ਖੇਤੀ ਨੂੰ ਪਿਆਰ ਕਰਨ ਵਾਲੇ ਜਦ ਸੰਦ ਸਲੋਰਾ ਦੇਖ ਰਹੇ ਨੇ, ਲੈਵਲ ਕੀਤਾ ਹੋਇਆ ਧਾਗਾ ਰੱਖ ਕੇ ਖੇਤ ਜਮਾ ਹੀ ਮਤਲਬ ਬਹਿਜਾ ਬਹਿਜਾ ਹੋਈ ਪਈ ਹੈ, ਤੇ ਜਿਉਂਦੇ ਵਸਦੇ ਰਹਿਣ ਜਿੰਨੇ ਟੱਕਰ ਖੇਤੀ ਵਾਲੇ ਜਿੰਨਾ ਵੀ ਸਾਡਾ ਉੱਥੇ ਭਾਈਚਾਰਾ ਵੱਸਦਾ ਤੇ ਠੀਕ ਰਹਿਣ। 101 ਇੱਕ ਹਾਈਵੇ ਆ ਜਿਹੜਾ ਸੈਕਰਾਮੈਂਟਾਂ ਤੋਂ ਓਲੰਪੀਆ ਪੈਨਸੁਲਾ ਤੱਕ ਆ ਜਾਂਦਾ, ਉਹ ਜੇ ਪੋਰਟਲੈਂਡ ਤੋਂ ਵੀ ਉਹਨੂੰ ਸ਼ੁਰੂ ਕਰ ਲਓ, ਬਹੁਤ ਬਿਊਟੀਫੁਲ ਹੈ। ਗਰਮੀਆਂ 'ਚ ਗੇੜਾ ਕੱਢਣ ਵਾਲਾ, ਕੱਢਣਾ ਚਾਹੀਦਾ। ਜਿੱਥੇ ਵੀ ਫੇਰ ਇੱਕ ਵਾਰ ਤੁਹਾਡਾ ਸਾਰਾ ਹਾਰਦਿਕ ਸਵਾਗਤ ਹੈ। ਪਹਿਲੀ ਖਬਰ ਜਿਹੜੀ ਮੈਂ ਤੁਹਾਨੂੰ ਦੇਣੀ ਚਾਹੁੰਦਾ, ਜਦ ਪੁਲਿਸ ਵਾਲੇ ਜਦ ਚੋਰ ਨੇ ਜਿਹੜੇ ਪੁਲਿਸ ਦੇ ਘਰ 'ਚ ਸੰਨ ਲਾਉਂਦੇ ਨੇ, ਫਿਰ ਪਤਾ ਲੱਗਦਾ। ਵੈਸਟ ਵੈਨਕੂਵਰ ਦਾ ਇੱਕ ਪੁਲਿਸ ਦਾ ਕਾਂਸਟੇਬਲ ਹੈ ਕੈਵਨ ਗੁਡਮਰਫੀ, ਗੁਡਮਰਫੀ ਉਹਨਾਂ ਦਾ ਸਪੋਕਸ ਪਰਸਨ ਹੈ, ਉਹਦੇ ਫੋਨ 'ਚ ਸੰਨ ਲਾ ਲਈ ਚੋਰਾਂ ਨੇ। ਔਰ ਬਿਲਕੁਲ ਡਿਫਰੈਂਟ ਇੱਕ ਨਵਾਂ ਸਿਸਟਮ ਹੈ, ਕਿਸੇ ਨੇ ਉਸਦੇ ਵੱਲੋਂ ਪਹਿਲਾਂ ਉਹਦੇ ਫੋਨ 'ਚ ਸੈੱਲ ਲਾ ਕੇ ਉਹਦੀ ਇਨਫੋਰਮੇਸ਼ਨ ਕਿਤੋਂ ਲੈ ਕੇ, ਉਹਦੇ ਜਿਹੜਾ ਸੈੱਲ ਫੋਨ ਪ੍ਰੋਵਾਈਡਰ ਹੈ ਉਸ ਨੂੰ ਇੱਕ ਗੱਲ ਕਹਿ ਕੇ ਕਿ ਪ੍ਰੋਵਾਈਡਰ ਜਿਹੜੇ ਨੇ ਉਹ ਮੂਵ ਮੇਰੀ ਪੋਰਟ ਕਰ ਦਿਓ ਤੇ ਨਵਾਂ ਸਿਮ ਕਾਰਡ ਜਿਹੜਾ ਡਿਫਰੈਂਟ ਡਿਵਾਈਸ ਤੇ ਮੈਨੂੰ ਦੇ ਦਿਓ, ਉਸ ਤੋਂ ਲੈ ਕੇ ਸਾਰਾ ਕੁਛ ਉਹਦਾ ਫੋਨ ਦਾ ਉਹ ਕੰਟਰੋਲ ਲੈ ਲੈਂਦੇ ਨੇ ਆਪਣੇ ਕੋਲ, ਬੈਂਕਿੰਗ, ਈਮੇਲ, ਸੋਸ਼ਲ ਮੀਡੀਆ ਅਕਾਊਂਟ, ਤੇ ਫੋਰਗਟ ਪਾਸਵਰਡ ਦਾ ਬਟਨ ਦੱਬ ਕੇ ਉਹ ਆਪਣਾ ਪਾਸਵਰਡ ਲੈ ਲੈਂਦੇ ਨੇ। ਜਾਂ ਦੋ ਟੂ ਵੇ ਅਥੈਂਟੀਕੇਸ਼ਨ ਦੀ ਗੱਲ ਹੁੰਦੀ ਹੈ, ਜਦ ਨਵਾਂ ਵੈਰੀਫਿਕੇਸ਼ਨ ਕੋਡ ਆਉਂਦਾ ਉਹ ਵੀ ਫਰਾਡਸਟਰ ਦੀ ਡਿਵਾਈਸ ਤੇ ਆ ਜਾਂਦਾ। ਤੇ ਉਸਨੇ ਜਦ ਦੇਖਿਆ, ਜਦ ਉਹਨੂੰ ਸੈੱਲ ਫੋਨ ਪ੍ਰੋਵਾਈਡਰ ਨੇ ਉਸਨੂੰ ਜਦ ਮੈਸੇਜ ਭੇਜਿਆ ਕਿ ਤੇਰਾ ਨੰਬਰ ਪੋਰਟ ਹੋ ਗਿਆ, ਜਾਨ ਨੂੰ ਉਹਨੇ ਵਾਪਸ ਫੋਨ ਕੀਤਾ, $1,000 ਜਾਨ ਨੂੰ ਚਲੇ ਗਏ ਸੀ। ਟੈਂਪਰੇਰੀ ਪਿੰਨ ਨੰਬਰ ਲੈ ਲਿਆ ਤੇ ਨਾਲ ਬੈਂਕਿੰਗ ਐਪ ਹੈ। ਹੁਣ ਗੱਲ ਇਹ ਹੈ ਕਿ ਓਨਟੈਰੀਓ ਦੀ ਪੁਲਿਸ ਨੇ ਗੱਲ ਕੀਤੀ ਸੀ, ਤੁਹਾਡੇ ਬਿਹਾਫ ਤੇ ਇਹ ਕੰਮ ਹੋਇਆ, ਮਤਲਬ ਤੁਹਾਡਾ ਇਨਫੋਰਮੇਸ਼ਨ ਲੈ ਕੇ, ਤੁਹਾਡਾ ਨਾਂ ਲੈ ਕੇ, ਤੁਹਾਡਾ ਪੋਰਟ ਉਹਨਾਂ ਨੇ ਚੇਂਜ ਕਰਤੀ ਤੇ ਨਾਲ ਹੀ ਸੈੱਲ ਫੋਨ ਦਾ ਜਿਹੜਾ ਐਕਸੈਸ ਜਦੋਂ ਲੈੜੇ, ਇਸ ਤਰ੍ਹਾਂ ਇਹ ਗੜਬੜ ਹੋਈ ਹੈ। ਹੁਣ ਇਹ ਹੈ ਕਿ ਇੱਕ ਤਾਂ ਪਰਸਨਲ ਇਨਫੋਰਮੇਸ਼ਨ ਕੰਫੀਡੈਂਸ਼ੀਅਲ ਰੱਖੋ, ਜੇ ਮੇਰੀ ਮੈਂ ਆਪਣੀ ਨਿੱਜੀ ਤੌਰ ਤੇ ਰੱਖਾਂ, ਤੁਹਾਡੀ ਬੈਂਕਿੰਗ ਤੁਹਾਡੇ ਫੋਨ ਤੇ ਚਾਹੀਦੀ ਹੋਣੀ, ਕਿਹੜੀ ਟ੍ਰਾਂਜੈਕਸ਼ਨਾਂ ਨੇ ਜਿਹੜੀਆਂ ਤੁਸੀਂ ਹਰ ਵਾਰ ਚੈੱਕ ਕਰਨੀਆਂ ਨੇ, ਬੈਂਕ 'ਚ ਜਾ ਕੇ ਕੁਛ ਕਰ ਲਓ, ਡੇਟ ਆਫ ਬਰਥ ਸੋਸ਼ਲ ਮੀਡੀਆ ਦੇ ਉੱਪਰੋਂ ਚੱਕ ਦਿਓ, ਆ ਲੈਣ ਦਿਓ ਵਧਾਈਆਂ, ਜੇ ਗਲਤ ਵੀ ਆਉਂਦੀਆਂ ਨੇ, ਜੇ ਆ ਵੀ ਜਾਣ ਆ ਲੈਣ ਦਿਓ ਗਲਤ ਵਧਾਈਆਂ, ਉਹਦੇ 'ਤੇ ਕੋਈ ਡੇਟ ਪਾ ਦਿਓ। ਫਿਸ਼ਿੰਗ ਈਮੇਲ ਜੇ ਟੈਕਸਟ ਮੈਸੇਜ ਕੋਈ ਆਉਂਦਾ ਵੀ ਤੁਹਾਡਾ ਗੇਨ ਲੈ ਲਓ ਪਾਸਵਰਡ ਲਈ, ਜਾਂ ਤੁਹਾਡਾ ਅਕਾਊਂਟ, ਜਾਂ ਤੁਹਾਨੂੰ ਲਾਟਰੀ ਆ ਗਈ, ਉਹਦਾ ਖਿਆਲ ਰੱਖੋ। ਪਾਸਵਰਡ ਮੈਨੇਜਰ ਹੈ ਜਿਹੜਾ ਉਹਨੂੰ ਆਫਲਾਈਨ ਰੱਖੋ, ਤੇ ਆਪਣੇ ਫੋਨ ਪ੍ਰੋਵਾਈਡਰ ਤੇ ਤੋਂ ਕੁਛ ਹੋਰ ਸਿਕਿਉਰਿਟੀ ਕੁਐਸਚਨ ਐਡ ਕਰੋ ਜੇ ਤੁਹਾਡੇ ਬਿਹਾਫ ਤੇ ਕੋਈ ਫੋਨ ਕਰੇ। ਤੇ ਜੇ ਤੁਸੀਂ ਮੋਬਾਈਲ ਸਰਵਿਸ ਆਪਣੇ ਫੋਨ ਤੇ ਤੁਹਾਡੀ ਸਰਵਿਸ ਖਤਮ ਹੁੰਦੀ ਆ, ਇਮੀਡੀਏਟ ਪ੍ਰੋਵਾਈਡਰ ਨੂੰ ਆਪਣੇ ਨੂੰ ਫੋਨ ਕਰੋ ਵੀ ਮੈਂ ਕਿੱਧਰ ਗਿਆ, ਕਿਉਂਕਿ ਇਹਦੇ ਸੈੱਲ ਫੋਨ ਦਾ ਹੀ ਸਿਸਟਮ ਹੀ ਉਹ ਲੈ ਗਏ।
ਔਰ ਜਦ ਉਹਨਾਂ ਨੇ ਆਪਣੀ ਨਵੀਂ ਡਿਵਾਈਸ ਤੇ ਚੇਂਜ ਕਰ ਲਈ ਗੁਡਮਰਫੀ ਕਹਿ ਕੇ, ਤੇ ਜਦ ਨੂੰ ਉਹਨਾਂ ਨੂੰ ਇਸ ਨੂੰ ਪਤਾ ਲੱਗਿਆ ਵੀ ਮੇਰੇ ਫੋਨ ਤੇ ਸਰਵਿਸ ਕੀ, ਇਸ ਨੇ ਪੁੱਛਿਆ ਤਾਂ ਇਮੀਡੀਏਟ ਜਾਨੂੰ ਉਹ ਕੰਮ ਕਰ ਗਏ ਸੀ। ਇਹਦਾ ਖਿਆਲ ਰੱਖਣ ਦੀ ਲੋੜ ਹੈ। ਇਹ ਨਵਾਂ ਹੈ, ਇਹ ਪੋਰਟਿੰਗ ਤੇ ਸਿਮ ਸਵੈਪਿੰਗ ਇਹਨੂੰ ਕਹਿੰਦੇ ਨੇ, ਇਹ ਬਿਲਕੁਲ ਨਵੀਂ ਹੈ ਕਿ ਤੁਹਾਡਾ ਸੈੱਲ ਫੋਨ ਦਾ ਐਕਸੈਸ ਹੀ ਉਹ ਲੈ ਲੈਂਦੇ ਆ ਸਾਰਾ। ਔਰ ਇਹ ਵੈਸਟ ਵੈਨਕੂਵਰ ਪੁਲਿਸ ਡਿਪਾਰਟਮੈਂਟ ਦਾ ਸਪੋਕਸ ਪਰਸਨ ਹੈ ਗੁਡਮਰਫੀ ਕਾਂਸਟੇਬਲ। ਤੇ ਇਹ ਬਿਲਕੁਲ ਇਸਦਾ ਖਾਸ ਖਿਆਲ ਰੱਖਣ ਦੀ ਲੋੜ ਹੈ। ਇਹ ਨਵੇਂ ਜਿਹੜੇ ਸਾਈਬਰ ਦੇ ਐਕਸਪਰਟ ਨੇ, ਪਰਸਨਲ ਜਦ ਸੈੱਲ ਫੋਨ ਦਾ ਉਹਨਾਂ ਨੇ ਟੇਕ ਓਵਰ ਕਰ ਲਿਆ ਪੋਰਟਿੰਗ ਤੇ ਸਿਮ ਸਵੈਪਿੰਗ ਕਰਕੇ, ਇਹ ਬਿਲਕੁਲ ਨਵਾਂ ਹੈ ਤੇ ਇਹਦਾ ਖਿਆਲ ਰੱਖਣ ਦੀ ਲੋੜ ਹੈ। ਪਿਛਲੇ ਹਫ਼ਤੇ ਜਦ ਉਸਨੂੰ ਪਤਾ ਲੱਗਿਆ ਕਿ ਕਿਸੇ ਨੇ ਰਿਕੁਐਸਟ ਕਰਕੇ ਉਹਦੀ ਸੈੱਲ ਫੋਨ ਕੰਪਨੀ ਨੂੰ ਉਹਦਾ ਨਵੇਂ ਸਿਮ ਕਾਰਡ ਤੇ ਡਿਫਰੈਂਟ ਡਿਵਾਈਸ ਤੇ ਉਸਨੂੰ ਉਹ ਲੈ ਗਏ, ਤੇ ਜਦ ਨੂੰ ਇਸਨੂੰ ਪਤਾ ਲੱਗਿਆ ਜਦ ਨੂੰ ਉਹਨਾਂ ਨੇ ਕੰਮ ਕਰ ਦਿੱਤਾ। ਸੋ ਹੁਣ ਇਹਦੇ ਤੇ ਖਿਆਲ ਰੱਖਣ ਦੀ ਲੋੜ ਹੈ। ਤੁਸੀਂ ਵੇਖਿਓ ਸਾਲ 2-3 ਨੇ ਤੁਸੀਂ ਮੁੜ ਕੇ ਫਲਿੱਪ ਫੋਨਾਂ ਤੇ ਆਉਣਾ, ਔਰ ਇਹੀ ਹੋਣਾ ਔਰ ਸੱਚ ਹੈ। ਇੱਕ ਤਾਂ ਜਿਹੜੀ ਤੁਹਾਡਾ ਬੈਂਕਿੰਗ ਦਾ ਕੰਮ ਹੈ ਯਾਰ, ਉਹਨੂੰ ਜੇ ਦੇਖੋ ਜਿਹਦੇ ਤਾਂ ਟ੍ਰਾਂਜੈਕਸ਼ਨ ਦਿਹਾੜੀ ਦੇ ਵਿੱਚ ਬਹੁਤ ਨੇ ਉਹ ਤਾਂ ਰਹਿਣ, ਜਿਹਨੇ ਮਹੀਨੇ ਦੇ ਵਿੱਚ ਚੈੱਕ ਜਿਹੜੇ ਡਾਇਰੈਕਟ ਡਿਪੋਜ਼ਿਟ ਹੋਣੇ ਤੇ 2-3 ਵੀਜ਼ੇ ਦੇ ਬਿੱਲ ਨੇ ਜਿਹੜੇ ਉਹ ਤੁਸੀਂ ਜਾ ਕੇ ਪੇ ਕਰਨੇ ਨੇ, ਉਹਨੂੰ ਤੁਸੀਂ ਟੈਲੀਫੋਨ ਬੈਂਕਿੰਗ ਤੇ ਕਰ ਲਓ, ਫੋਨ ਤੋਂ ਸਿੱਧਾ ਐਪ ਤੋਂ ਨਾ ਕਰੋ, ਇਹ ਸੇਫ ਨਹੀਂ ਹੈ। ਆਪਾਂ ਨੂੰ ਇਹ ਸਿਸਟਮ ਹਾਲੇ ਆਪਰੇਟ ਨਹੀਂ ਕਰਨੇ ਆਉਂਦੇ, ਕਿਤੇ ਪੁੱਠੀ ਪਾਸੇ ਉਂਗਲ ਲਾ ਬੈਠੋਗੇ ਤੇ ਕੜਮਚੂ ਬੋਲ ਜਾਣਾ। ਫੋਨ ਕਰਕੇ ਟੈਲੀਫੋਨ ਬੈਂਕਿੰਗ ਤੇ ਤੁਹਾਡਾ ਐਕਸੈਸ ਕੋਡ ਆ, ਉਹਨੂੰ ਵਰਤਦੇ ਰਹੋ, ਬਦਲਦੇ ਰਹੋ, ਰਜਿਸਟਰਡ ਹੋ ਜਾਣੇ ਨੇ ਤੁਹਾਡੇ ਫੋਨ ਆਪਣੇ ਜਿਹੜੇ ਵੀ ਬਿੱਲ ਨੇ, ਤੇ ਇਹ ਈਮੇਲ ਜਾਂ ਤੁਹਾਨੂੰ ਟੈਕਸ ਜ਼ਿਆਦਾ ਆਉਂਦਾ ਜਿਹਨੂੰ ਪਤਾ ਤੁਹਾਨੂੰ ਕੋਈ ਲੋਟਰੀ ਨਹੀਂ ਪਾਈ, ਤੁਸੀਂ ਕਿਹੜੇ ਅਕਾਊਂਟ ਦਾ ਕੰਟਰੋਲ ਲੈਣਾ, ਇਸ ਦਾ ਖਾਸ ਖਿਆਲ ਰੱਖੋ। ਜਦ ਤੁਸੀਂ ਉਹਦੇ ਤੇ ਮਤਲਬ ਲਾਲਚ ਤੇ ਫਸਦੇ ਆ, ਉਹ ਤਾਂ ਆਮ ਆ, ਪਰ ਜਿਹੜਾ ਆਹ ਕੇਸ ਹੋਇਆ ਇਹ ਤਾਂ ਬਹੁਤ ਐਕਸੈਪਸ਼ਨਲ ਤੇ ਇਹਦੇ ਕਿਸਮ ਦਾ ਪਹਿਲਾ ਕੇਸ ਹੈ, ਇਹਦਾ ਖਾਸ ਖਿਆਲ ਰੱਖੋ। ਤੇ ਬੈਂਕਿੰਗ ਆ ਜਿਹੜੀ ਹੁਣ 90% ਸਾਰੇ ਫੋਨ ਤੇ ਕਰੀ ਬੈਠੇ ਨੇ, ਬੈਂਕਿੰਗ ਟ੍ਰਾਂਜੈਕਸ਼ਨ ਉਹਨਾਂ ਨੂੰ ਲੋੜ ਹੈ ਜਿਹਨੇ ਦਿਹਾੜੀ ਦੇ ਵਿੱਚ ਟ੍ਰਾਂਸਫਰ ਕਰਨੇ ਨੇ ਫੰਡਸ, ਟ੍ਰਾਂਸਫਰ ਉਹਦੇ ਤੇ ਫੰਡ ਹੋਣੇ ਨੇ, ਉਹਦਾ ਕੰਮ ਹੈ। ਜਿਹਦੇ ਡਾਇਰੈਕਟ ਡਿਪੋਜ਼ਿਟ ਚੈੱਕ ਜਿਹੜਾ ਨੌਕਰੀ ਵਾਲੇ ਬੰਦੇ ਨੇ, ਉਹਨਾਂ ਨੇ ਤਾਂ 2-4 ਬਿੱਲ ਪੇ ਕਰਨੇ ਨੇ, 2-4 ਬਿੱਲ ਤੁਸੀਂ ਬੈਂਕ 'ਚ ਜਾ ਕੇ ਪੇ ਕਰਦੇ ਹੋ, ਆਨਲਾਈਨ ਕਰ ਸਕਦੇ ਹੋ, ਪਰ ਐਪ ਨਾ ਡਾਊਨਲੋਡ ਕਰੋ। ਆਨਲਾਈਨ ਬੈਂਕਿੰਗ ਜਿਹੜੀ ਕਰ ਲਓ, ਪਰ ਐਪ ਫੋਨ ਤੇ ਡਾਊਨਲੋਡ ਨਾ ਕਰੋ। ਆਨਲਾਈਨ ਬੈਂਕਿੰਗ ਜਿਹੜੀ ਫੇਰ ਵੀ ਸੇਫ ਆ, ਜੇ ਘਰੇ ਕੰਪਿਊਟਰ ਤੋਂ ਲੈਪਟਾਪ ਤੋਂ ਕਰੋਗੇ ਕਰ ਲਓ, ਉਹ ਵੀ ਟੈਲੀਫੋਨ ਬੈਂਕਿੰਗ ਹੋਰ ਸੇਫ ਆ। ਉਹਦੇ 'ਚ ਟੈਲੀਫੋਨ ਬੈਂਕਿੰਗ ਦੇ ਵਿੱਚ ਤੁਸੀਂ ਕੰਮ ਆਪਣੀ ਬੈਂਕ ਨੂੰ ਫੋਨ ਕਰਦੇ ਹੋ, ਬੈਂਕ ਦੇ ਤੁਹਾਡੇ ਪਾਸਵਰਡ ਸੈੱਟ ਕੀਤੇ ਹੋਏ ਨੇ, ਤੁਹਾਡਾ ਅਕਾਊਂਟ ਨੰਬਰ ਹੈ, ਫਿਰ ਉੱਥੇ ਤੁਹਾਡਾ ਪਾਸਵਰਡ ਹੈ, ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਰਜਿਸਟਰਡ ਤੁਹਾਡੇ ਫੋਨ ਨੇ, ਸਾਰੀ ਬਿੱਲ ਨੇ, ਉਹਦੇ ਤੋਂ ਤੁਸੀਂ ਬਿੱਲ ਔਖਾ ਕਰਦੇ। ਗੁਰਇਕਬਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਲਾਈਨ? ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ ਵੀਰ ਜੀ, ਮੈਂ ਐਕਚੁਲੀ ਐਡ ਹੀ ਕਰਨਾ ਚਾਹੁੰਦਾ ਸੀ, ਮੈਂ ਤੁਹਾਡੀ ਗੱਲ ਸੁਣੀ ਸੀ ਟੈਕਨੋਲੋਜੀ ਤੇ, ਹਨਾ, ਕਿਉਂਕਿ ਮੈਂ ਇਸੇ ਫੀਲਡ ਦੇ ਵਿੱਚ ਕੰਮ ਕਰਦਾ, ਤਾਂ ਕਰਕੇ ਮੈਂ ਸ਼ਾਇਦ ਦੇਖੋ। ਮੈਂ ਇਹੀ ਕਹੂੰਗਾ ਕਿ ਐਪਸ ਮਾੜੀ ਤਾਂ ਨਹੀਂ ਹੈਗੀ, ਪਰ ਸਾਨੂੰ ਵਰਤਣਾ ਆਉਣਾ ਚਾਹੀਦਾ, ਹਨਾ। ਜੇ ਮੈਂ ਤੁਹਾਨੂੰ ਐਗਜ਼ਾਮਪਲ ਆਪਣੀ ਦੱਸਦਾ, ਇੱਕ ਵਾਰੀ ਮੇਰੇ ਅਕਾਊਂਟ ਦੇ ਵਿੱਚੋਂ ਕਿਸੇ ਨੇ 1 ਸੈਂਟ ਕਢਾਇਆ, ਰਾਈਟ, ਤੇ ਕਿਉਂਕਿ ਮੇਰੇ ਇੱਕ ਐਪ ਡਾਊਨਲੋਡ ਕੀਤੀ ਹੋਈ ਹੈ ਨਾਲ ਹੀ ਫੋਨ ਦੇ, ਲਾਈਕ ਮੈਂ TD ਨਾਲ ਬੈਂਕ ਕਰਦਾ, ਰਾਈਟ, ਮੇਰੇ ਇੱਕ ਐਪ ਡਾਊਨਲੋਡ ਕਰ, ਜਦੋਂ ਵੀ ਮੇਰੇ ਅਕਾਊਂਟ 'ਚ ਕੁਛ ਵੀ ਘੱਟਦਾ ਜਾਂ ਵੱਧਦਾ ਕੋਈ ਵੀ ਟ੍ਰਾਂਜੈਕਸ਼ਨ ਹੁੰਦੀ ਹੈ, ਹਨਾ, ਇੱਕ ਤਾਂ ਮੈਨੂੰ ਜਿਹੜਾ ਖਰਚੇ ਦੱਸਦਾ ਵੀ ਤੇਰੇ ਭਾਈ ਕਿਹੜਾ ਗਰੋਸਰੀ ਤੇਰੇ ਖਰਚਾ ਤੂੰ ਕਿੰਨਾ ਕੀਤਾ ਤੇ ਕਿਹਦੇ ਕੈਸ਼ ਕਿੰਨਾ ਕਢਾਇਆ, ਮੈਨੂੰ ਦੱਸਦਾ, ਮੈਨੂੰ ਬਜਟ ਕਰਨ ਦੇ ਵਿੱਚ ਹੈਲਪ ਕਰਦਾ ਐਟ ਦਾ ਐਂਡ ਆਫ ਦਾ ਮੰਥ ਜਾਂ ਜਦੋਂ ਮੈਂ ਚੈੱਕ ਕਰਨਾ ਹੋਵੇ। ਇੱਕ ਤਾਂ ਮੈਨੂੰ ਪਤਾ ਲੱਗਦਾ ਮੈਂ ਓਵਰ ਚੱਲ ਰਿਹਾ, ਮੈਨੂੰ ਰੈਡ ਦਿਖਾਉਣ ਲੱਗ ਜਾਂਦਾ, ਜੇ ਮੈਂ ਠੀਕ ਚੱਲਦਾ ਮੈਨੂੰ ਗ੍ਰੀਨ ਦਿਖਾਉਂਦਾ ਨਹੀਂ, ਔਰੇਂਜ ਦਿਖਾਉਂਦਾ, ਰਾਈਟ, ਤੈਨੂੰ ਹੈਲਪ ਕਰਦਾ। ਦੂਜਾ, ਜੇ ਕੋਈ ਵੀ ਟ੍ਰਾਂਜੈਕਸ਼ਨ ਹੁੰਦੀ ਹੈ ਰਾਈਟ ਅੱਗੇ ਮੇਰੇ ਫੋਨ 'ਤੇ ਆ ਜਾਂਦੀ ਹੈ ਉਹ। ਸੋ ਕਿਸੇ ਨੇ 1 ਸੈਂਟ ਕਢਾਇਆ, ਬੈਂਕ ਨੂੰ ਫੋਨ ਕੀਤਾ, ਕਿਉਂਕਿ 1 ਸੈਂਟ ਯੂਜਲੀ ਸ਼ੁਰੂਆਤ ਹੁੰਦੀ ਹੈ, ਉਸ ਤੋਂ ਬਾਅਦ 'ਚ ਮੇਰੇ ਕ੍ਰੈਡਿਟ ਕਾਰਡ 'ਤੇ ਪਈ ਹੈ ਨਾ ਉਹ ਚੀਜ਼, ਅਤੇ ਉਸ ਤੋਂ ਬਾਅਦ ਫਿਰ ਵੱਡੇ ਅਕਾਊਂਟ ਅਮਾਊਂਟ ਫਿਰ ਕਢਾਉਂਦੇ ਨੇ, ਪਹਿਲਾਂ ਟੈਸਟ ਕਰਦੇ ਨੇ ਵੀ ਕ੍ਰੈਡਿਟ ਕਾਰਡ ਸਹੀ ਹੈ ਕਿ ਨਹੀਂ, ਅਤੇ ਮੈਂ ਰਾਈਟ ਮੈਂ ਬਲੋਕ ਕਰਾਤਾ।
ਸੋ ਜੇ ਤੁਸੀਂ ਐਪ ਯੂਜ਼ ਕਰਦੇ ਹਾਂ ਤਾਂ ਇੱਕ ਐਪ ਹੋਰ ਵੀ ਬੈਂਕਿੰਗ ਮਿਲਦੀ ਹੈ ਵੀ ਜਿਹੜੀ ਜਦੋਂ ਜਦੋਂ ਤੁਸੀਂ ਟ੍ਰਾਂਜੈਕਸ਼ਨਸ ਕਰਦੇ ਹੋ ਤੁਸੀਂ ਉੱਥੇ ਐਕਟੀਵੇਟ ਕਰਾ ਲਓ, ਐਪ ਡਾਊਨਲੋਡ ਕਰ ਲਓ ਜਾਂ ਆਪਣੇ ਫੋਨ ਦਾ ਨੰਬਰ ਦੇ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ, ਤਾਂ ਕਿ ਕੋਈ ਵੀ 19 ਗੱਲ ਹੋਵੇ ਤੁਹਾਨੂੰ ਰਾਈਟ ਵੇ ਪਤਾ ਲੱਗ ਜਾਏ ਅਤੇ ਤੁਸੀਂ ਚੇਂਜ ਕਰ ਸਕੋ। ਬਾਕੀ ਜਿਹੜਾ ਪਾਸਵਰਡ ਦੀ ਸਿਕਿਉਰਿਟੀ ਦੀ ਗੱਲ ਆ, ਜੇ ਤੁਸੀਂ ਜ਼ਿਆਦਾ ਘੱਟ ਅਮਾਊਂਟ ਆ ਜਾਂ ਤੁਹਾਨੂੰ ਲੱਗਦਾ ਰਿਸਕੀ ਲੱਗਦਾ, ਪਹਿਲੀ ਗੱਲ ਤਾਂ ਮੈਂ ਪਰਸਨਲ ਮੇਰੀ ਇਹ ਤਾਂ ਮੈਂ ਜਿਹੜੀ ਬੈਂਕਿੰਗ ਐਪ ਆ ਮੈਂ ਫੋਨ ਦੇ ਉੱਤੇ ਡਾਊਨਲੋਡ ਕੀਤੀ ਹੋਈ ਹੈ, ਪਰ ਜਦੋਂ ਮੈਂ ਬਾਹਰ ਹੁੰਦਾ ਤਾਂ ਮੈਂ ਦੇਖਦਾ ਮੇਰਾ ਫੋਨ ਕਿਤੇ ਵਾਈਫਾਈ ਨਾਲ ਕਨੈਕਟ ਤਾਂ ਨਹੀਂ ਹੈਗਾ, ਕਿਸੇ ਹੋਰ ਦੇ ਵਾਈਫਾਈ ਨਾਲ ਕਨੈਕਟ ਤਾਂ ਨਹੀਂ ਹੈਗਾ, ਕਿਉਂਕਿ ਜੇ ਤੁਸੀਂ ਕਿਸੇ ਹੋਰ ਦੇ ਵਾਈਫਾਈ ਨਾਲ ਕਨੈਕਟਡ ਹੈ ਨਾ ਤਾਂ ਦੇਰ ਇਜ਼ ਅ ਚਾਂਸ ਲਾਈਕ ਆਪਾਂ ਫ੍ਰੀ ਦਾ ਵਾਈਫਾਈ ਦੇ ਕੇ ਆਪਾਂ ਟੁੱਟ ਪੈਂਦੇ, ਫ੍ਰੀ ਚੀਜ਼ ਦੇ ਕੇ ਆਪਾਂ ਨੂੰ ਉਦਾਂ। ਅੱਛਾ ਗੁਰਖਵਾਲ ਸਿੰਘ ਜੀ, ਭਾਈ ਸਾਹਿਬ ਇੱਕ ਮਿੰਟ ਦੱਸਿਓ ਮੈਨੂੰ, ਆਪਾਂ ਗੱਲ ਨੂੰ ਇਸ ਨੂੰ ਕੰਕਲੂਡ ਕਰੀਏ। ਇੱਕ ਤਾਂ ਤੁਹਾਨੂੰ ਦੋ ਦੋ ਚਾਰ ਚਾਰ ਪੰਜ ਪੰਜ ਜੀ ਬੀ ਮਿਲੇ ਹੋਏ ਨੇ ਜਿਹੜੇ ਐਨਫ ਨੇ ਤੁਹਾਨੂੰ ਘਰ ਚ, ਤੁਹਾਡਾ ਵਾਈਫਾਈ ਆ। ਇੱਕ ਜਿਹੜੀ ਆਪਾਂ ਨੂੰ ਆਦਤ ਪੈ ਗਈ ਵੀ ਕਿਤੇ ਵੀ ਕਾਫੀ ਸ਼ਾਪ ਤੇ ਬਹਿ ਗਏ, ਕਿਤੇ ਰੈਸਟੋਰੈਂਟ ਤੇ ਬਹਿ ਗਏ, ਸਭ ਤੋਂ ਪਹਿਲਾਂ ਉਹਨਾਂ ਦਾ ਵਾਈਫਾਈ ਸਵਿਚ ਕਰਨਾ, ਉਹ ਸੇਫ ਹੈ? ਨਹੀਂ ਵੀਰ ਜੀ, ਗੱਲ ਪਤਾ ਕੀ ਹੈ, ਦੇਖੋ ਜਦੋਂ ਤੁਸੀਂ ਜਨਰਲ ਬਰਾਊਜ਼ਿੰਗ ਕਰਦੇ ਪਏ, ਜਨਰਲ ਤੁਸੀਂ ਇਨਫੋਰਮੇਸ਼ਨ ਦੇਖਦੇ ਹਾਂ ਕੋਈ ਹੋਰ, ਉਹ ਠੀਕ ਆ, ਉਹ ਤੁਸੀਂ ਕਰ ਸਕਦੇ ਹਾਂ। ਪਰ ਇਹ ਵੀ ਸੀਰੀਅਸ ਜੇ ਹੁਣ ਤੇ ਬੈਂਕਿੰਗ ਕਰਨੀ ਹੈ ਹਨਾ, ਜਾਂ ਤੁਸੀਂ ਮੰਨ ਲਓ ਕਿ ਫੇਸਬੁੱਕ ਦਾ ਲੌਗਇਨ ਵੀ ਕਰਨਾ, ਤੁਹਾਡੀ ਜੈਨੂਅਨ ਇਨਫੋਰਮੇਸ਼ਨ, ਤੁਹਾਡੇ ਪਾਸਵਰਡ ਸੇਮ ਨਹੀਂ, ਉਹ ਸੇਫ ਨਹੀਂ ਹੈਗਾ, ਕਿਉਂਕਿ ਤੁਸੀਂ ਕਿਸੇ ਦੇ ਨੈਟਵਰਕ ਤੇ ਹੋ ਹਨਾ, ਤੇ ਜੇ ਕੋਈ ਬੰਦਾ ਸਟਾਨ ਹੋ ਵਿੱਚੋਂ, ਉਹਨੇ ਵਿੱਚੋਂ ਕਰਕੇ ਕਰ ਉਹ ਇਨਫੋਰਮੇਸ਼ਨ ਕੱਢ ਸਕਦਾ ਤੁਹਾਡੀ। ਹਾਲਾਂਕਿ ਸਿਕਿਉਰਿਟੀ ਦਿੰਦੇ ਆ ਪਰ ਗਰੰਟੀ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਹਨਾ, 100% ਗਰੰਟੀ ਆਪਾਂ ਕਿਸੇ ਵੀ ਫੀਲਡ ਦੇ ਨਹੀਂ ਸਕਦੇ ਹੈਗੇ। ਸੋ ਇਟਸ ਨੋਟ ਸੁਪਰ ਸਿਕਿਉਰ, ਤੁਸੀਂ ਜੇ ਆਪਣਾ ਪਰਸਨਲ ਕੰਮ ਕਰਨਾ ਤਾਂ ਵਾਈਫਾਈ ਔਨ ਕਰਕੇ ਕੋਈ ਸਿਕਿਉਰ ਕੰਮ ਕਰਨਾ, ਸਪੈਸ਼ਲੀ ਬੈਂਕਿੰਗ ਜਾਂ ਤੁਹਾਡੀ ਕੋਈ ਟੂ ਮੱਚ ਤੱਕ ਸਿਮ ਕਾਰਡ ਚੈੱਕ ਕਰਨਾ ਜਾਂ ਤੁਸੀਂ ਕੋਈ ਕਿਸੇ ਕੈਨੇਡਾ ਦੀ ਰੈਵਨਿਊ ਦੀ ਵੈਬਸਾਈਟ ਤੇ ਜਾਣਾ ਹਨਾ, ਸੋ ਪਲੀਜ਼ ਉਹ ਤੁਸੀਂ ਆਪਣਾ ਜਿਹੜਾ ਘਰ ਦਾ ਵਾਈਫਾਈ ਤਾਂ ਠੀਕ, ਵਾਈਫਾਈ ਠੀਕ ਆ ਹਨਾ, ਪਰ ਜੇ ਤੁਸੀਂ ਬਾਹਰ ਕਿਤੇ ਫਿਰਦੇ ਆ ਤਾਂ ਪਲੀਜ਼ ਆਪਣਾ ਵਾਈਫਾਈ ਤੁਸੀਂ ਬੰਦ ਕਰਕੇ ਆਪਣੇ ਫੋਨ ਦੇ ਥਰੂ ਕਰੋ, ਜ਼ਿਆਦਾ ਜ਼ਿਆਦਾ ਸਿਕਿਉਰ ਆ, ਜ਼ਿਆਦਾ ਬੈਟਰ ਆ। ਬਾਕੀ ਆਪਣੇ ਪਾਸਵਰਡ ਵੀ ਚੇਂਜ ਕਰਦੇ ਰਹੋ ਰੈਗੂਲਰਲੀ ਹਨਾ, ਇਹ ਨਹੀਂ ਹੈਗਾ ਵੀ ਮਹੀਨੇ ਬਾਅਦ ਦੋ ਮਹੀਨੇ ਬਾਅਦ ਚੇਂਜ ਕਰਦੇ ਰਹੋ, ਤਾਂ ਕਿ ਔਖੇ ਔਖੇ ਪਾਸਵਰਡ ਇਹਨਾਂ ਰੱਖ ਲਓ, ਆਪਣਾ ਜਨਮਦਿਨ ਰੱਖ ਲਿਆ ਜਾਂ ਕੋਈ ਤੁਹਾਡਾ ਮਿਡਲ ਨੇਮ ਰੱਖ ਲਿਆ, ਕਈ ਏਦਾਂ ਦੀ ਲੇਜ਼ੀਨੈਸ ਕਰ ਜਾਂਦੇ ਹਨ। ਪਾਸਵਰਡ ਰੱਖੋ ਟਫ ਰੱਖੋ, ਉਹਨੂੰ ਕਿਤੇ ਸਟੋਰ ਕਰਕੇ ਰੱਖੋ ਕਿਤੇ ਸੇਫ ਜਗ੍ਹਾ ਤੇ, ਕਿਉਂਕਿ ਪਾਸਵਰਡ ਟਫ ਔਖਾ ਪਾਸਵਰਡ ਰੱਖੋ, ਸੌਖਾ ਰੱਖੋ, ਨਹੀਂ ਤਾਂ ਪਹਿਲਾਂ ਕੰਮ ਗੈਸ ਕਰਨ ਵਾਲੇ ਕਰਦੇ ਆ ਜਿਹੜੇ ਹੈਕਰ ਕਰਦੇ ਆ, ਰਾਈਟ? ਪਾਸਵਰਡ ਅਕਸਰ ਆਪਾਂ ਪਾਸਵਰਡ ਅਕਸਰ ਭੁੱਲ ਜਾਂਦੇ ਆ ਜੀ, ਫੇਰ ਉਹ ਪਾਸਵਰਡ ਸੁਰੱਖਿਅਤ ਫੋਨ ਤੇ ਕਿੱਥੇ ਰੱਖੇ ਜਾ ਸਕਦੇ ਆ ਫਿਰ? ਨਹੀਂ ਜੀ, ਉਹ ਗੱਲ ਉਹੀ ਨਾ, ਹੁਣ ਜਿੱਦਾਂ ਮੇਰਾ ਆਪਣਾ ਪਰਸਨਲ ਆ, ਮੈਨੂੰ ਸਾਰੇ ਪਾਸਵਰਡ ਆਪਣੇ ਜਿਹੜੇ ਰੱਖੇ ਹੋਏ ਨੇ ਇੱਕ ਫਾਈਲ ਦੇ ਵਿੱਚ, ਪਰ ਉਹਦੀ ਫਾਈਲ ਪੜ੍ਹ ਕੇ ਨਹੀਂ ਦੱਸ ਸਕਦੇ ਵੀ ਇਹ ਪਾਸਵਰਡ ਨੇ, ਰਾਈਟ? ਉਹ ਵੀਅਰਡ ਉਸ ਕਾਰਨ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਣਾ ਵੀ ਪਾਸਵਰਡ ਕਾਹਦੇ ਨੇ ਉਹ, ਕਿਉਂਕਿ ਕਈ ਪਾਸਵਰਡ ਪਏ ਨੇ ਉੱਥੇ, ਰਾਈਟ? ਤੇ ਉਹ ਮੇਰੀ ਫਾਈਲ ਵੀ ਮੈਂ ਦੱਸਦਾ, ਪਰ ਉਹ ਮੇਰੀ ਫਾਈਲ ਇੱਦਾਂ ਐਕਸੈਸੇਬਲ ਨਹੀਂ ਹੈਗੀ, ਮੇਰੇ ਕੰਪਿਊਟਰ ਨੂੰ ਵੀ ਪਾਸਵਰਡ ਲੱਗਿਆ ਹੋਇਆ, ਰਾਈਟ? ਉਹ ਫਾਈਲ ਵੀ ਨਹੀਂ ਸਿੰਪਲ ਹੈਗੀ, ਲੱਭ ਨਹੀਂ ਸਕਦੇ ਹੈਗੇ ਵੀ ਫਾਈਲ ਹੈ ਕਿੱਥੇ ਆ, ਕਿਵੇਂ ਆ ਜਾਂ ਕਿੱਦਾਂ ਆ, ਹਨਾ? ਹਾਂ, ਜੇ ਬਾਏ ਚਾਂਸ ਉਨੀ ਕੀ ਗੱਲ ਹੋ ਗਈ ਜਾਣ ਤਾਂ ਮੇਰੀ ਬੈਕਅਪ ਰੱਖੀ ਹੋਈ ਹੈ, ਰਾਈਟ? ਮੇਰੇ ਫੋਨ ਤੇ ਮੈਸੇਜ ਆ ਜਾਂਦਾ ਤਾਂ ਮੈਂ ਉੱਥੋਂ ਰੀਸੈਟ, ਜੇ ਮੰਨ ਲਓ ਮੇਰੀ ਫਾਈਲ ਲੋਸਟ ਵੀ ਹੋ ਗਈ ਆ, ਹਨਾ, ਤਾਂ ਮੇਰੇ ਫੋਨ ਤੇ ਮੈਸੇਜ ਆ ਜਾਂਦਾ, ਮੈਂ ਉੱਥੋਂ ਰੀਸੈਟ ਕਰ ਲੂੰਗਾ, ਹਨਾ? ਸੋ ਮਲਟੀਪਲ ਤੁਹਾਨੂੰ ਰੱਖਣੇ ਪੈਂਦੇ, ਥੋੜਾ ਖਿਆਲ ਰੱਖਣਾ ਪੈਂਦਾ, ਬਾਹਰ ਜਾਈਦਾ, ਧਿਆਨ ਰੱਖੀਦਾ, ਕਿ ਮੈਨੂੰ ਮੇਰੇ ਹੁਣ ਮੈਂ ਜਿੱਦਾਂ ਬੱਸ ਟ੍ਰੇਨ 'ਚ ਕੰਮ 'ਤੇ ਆਈਦਾ ਵੈਨਕੂਵਰ, ਰਾਈਟ? ਕਿਤੇ ਲੋਕ ਇੱਦਾਂ ਲੱਗੇ ਹੁੰਦੇ, ਤੁਹਾਡੇ ਪਰਸਨਲ ਦਿਖਦਾ ਤੁਹਾਨੂੰ ਸਾਰਾ ਕੁਝ, ਇੱਕ ਪਰਸਨਲ ਚੀਜ਼ ਆ, ਹਨਾ? ਤਾਂ ਤੁਸੀਂ ਆਪਣਾ ਪਰਹੇਜ਼ ਕਰ ਲਓ, 10 ਮਿੰਟ ਕਿਤੇ ਹਨੇਰੀ ਨਹੀਂ ਆ ਚੱਲੀ, ਹਨਾ? ਜੇ ਹੁਣ ਨਹੀਂ ਤਾਂ ਪਤਾ ਲੱਗਦਾ ਤੁਹਾਨੂੰ, ਨਾਂ ਵਗੈਰਾ ਪਤਾ ਲੱਗ ਜਾਂਦਾ, ਸਾਰਾ ਕੁਝ ਪਤਾ ਲੱਗ ਜਾਂਦਾ, ਜਿਹੜਾ ਸ਼ੈਤਾਨ ਹੈ ਵੀ ਜਿਹੜਾ ਨੋਰਮਲ ਬੰਦਾ, ਉਹਨੂੰ ਤਾਂ ਕੋਈ ਫਰਕ ਪੈਂਦਾ ਨਹੀਂ, ਪਰ ਜਿਹੜਾ ਸ਼ੈਤਾਨ ਆ, ਹੁਣ ਜਿਵੇਂ ਮੰਨ ਲਓ ਤੁਸੀਂ ਆਪਣੀ ਈਮੇਲ ਖੋਲਦੇ ਪਏ ਜਾਂ ਕੁਛ ਕਰਦੇ ਪਏ, ਤੁਹਾਡਾ ਫੁੱਲ ਨੇਮ ਹੁੰਦਾ ਕੋਲ, ਬੰਦਾ ਖੜਾ, ਬਿਲਕੁਲ ਬਿਲਕੁਲ, ਉਹ ਤੁਹਾਨੂੰ ਉੱਪਰੋਂ ਦੀ ਦੇਖ ਸਕਦਾ, ਹਨਾ? ਉਹ ਇਹ ਆਪਣੀ ਆਪਣਾ ਇੱਕ ਨਵਾਂ ਸਿਮ ਹੀ, ਉਹਨਾਂ ਨੇ ਸਿਮ ਹੀ ਮੂਵ ਕਰਤਾ, ਤੇ ਉਹਦੇ ਬਾਅਦ ਜਿਹੜੇ ਮੈਸੇਜ ਤੁਹਾਨੂੰ ਆ ਰਹੇ ਨੇ ਉਹੀ ਉਹਨਾਂ ਨੂੰ ਆ ਰਹੇ ਨੇ, ਤਾਂ ਹੈਰਾਨੀ ਹੋਗੀ। ਹਾਂਜੀ, ਇਹ ਤਾਂ ਬਿਲਕੁਲ ਗੱਲ ਹੈ ਜੀ, ਇਹ ਵੀ ਪਰ ਉਹ ਬੰਦਿਆਂ ਨੂੰ ਕਿਤੇ ਨਾ ਕਿਤੇ ਉਹਦੀ ਇਨਫੋਰਮੇਸ਼ਨ ਮਿਲੀ ਹੈ, ਹਨਾ? ਮੈਂ ਤਾਂ ਆਪ ਪਰਸਨਲੀ ਜਦੋਂ ਕੈਨੇਡਾ ਜਦੋਂ ਪਹਿਲੀ ਵਾਰੀ ਆਇਆ ਸੀ, ਮੈਂ ਹੈਰਾਨ ਹੋਇਆ ਸੀਗਾ ਕਿ ਤਾਂ ਈਵਨ ਬੈਂਕ ਨੂੰ ਮੈਂ ਫੋਨ ਕੀਤਾ, ਮੈਂ ਕੁਛ ਰੀਸੈਟ ਕਰਾਉਣਾ ਸੀਗਾ, ਤੁਸੀਂ ਦੋ ਚਾਰ ਗੱਲਾਂ ਦੱਸੋ, ਹੁਣ ਤਾਂ ਟਾਈਟ ਕਰਤਾ ਥੋੜ੍ਹਾ ਜਿਹਾ, ਪਹਿਲਾਂ ਤਾਂ ਬਿਲਕੁਲ ਈਜ਼ੀ ਹੁੰਦਾ ਸੀ, ਆਪਣਾ ਨਾਂ ਦੱਸੋ, ਆਪਣੇ ਲਾਸਟ ਟ੍ਰਾਂਜੈਕਸ਼ਨ ਦੱਸੋ, ਦੋ ਚਾਰ ਕੁ ਚੀਜ਼ਾਂ ਹੋਰ ਪੁੱਛਦੇ, ਵੈਰੀ ਟੂ ਮਚ ਜਨਰਲ ਚੀਜ਼ਾਂ ਸੀਗੀਆਂ, ਤਾਂ ਕੋਈ ਬੰਦਾ ਤੁਹਾਡਾ ਪਾਸਵਰਡ ਰੀਸੈਟ ਕਰਾ ਸਕਦਾ ਸੀਗਾ, ਹੁਣ ਸਟ੍ਰਿਕਟ ਹੋ ਗਏ ਥੋੜ੍ਹੇ ਜਿਹਾ, ਹਨਾ? ਬੜਾ ਈਜ਼ੀਲੀ ਤੁਹਾਡਾ ਚੇਂਜ ਕਰ ਦਿੰਦੇ ਹੋ, ਤੁਹਾਨੂੰ ਜੇ ਦੋ ਚਾਰ ਇਨਫੋਰਮੇਸ਼ਨ, ਦੋ ਚਾਰ ਗੱਲਾਂ ਪਤਾ ਨੇ, ਤੁਹਾਡਾ ਈਜ਼ੀਲੀ ਚੇਂਜ ਕਰ। ਸੋ ਬੈਟਰ ਇਹ ਹੈ ਕਿ ਆਪਣੀ ਜਿਹੜੀ ਪਰਸਨਲ ਇਨਫੋਰਮੇਸ਼ਨ ਹੈ ਹਨਾ, ਉਹ ਕਿਸੇ ਨਾਲ ਸ਼ੇਅਰ ਨਾ ਕਰੋ। ਜਿੱਦਾਂ ਮੇਰੀ ਇੱਕ ਈਮੇਲ ਆ, ਹਨਾ, ਮੇਰੀ ਇੱਕ ਪ੍ਰੋਫੈਸ਼ਨਲ ਈਮੇਲ ਬਣਾਈ ਹੋਈ ਹੈ, ਇੱਕ ਰੈਂਡਮ ਈਮੇਲ ਬਣਾਈ ਹੋਈ ਆ, ਉਹ ਮੇਰੀ ਈਮੇਲ ਦੇ ਵਿੱਚ ਮੇਰਾ ਪੂਰਾ ਨਾਮ ਨਹੀਂ ਹੈਗਾ, ਰਾਈਟ? ਜਿਹੜੀ ਮੇਰੀ ਦੂਜੀ ਈਮੇਲ ਆ, ਪ੍ਰੋਫੈਸ਼ਨਲ ਈਮੇਲ, ਉਹਦੇ ਵਿੱਚ ਮੇਰਾ ਪੂਰਾ ਨਾਮ ਹੈਗਾ, ਪਰ ਜਿਹੜੀ ਰੈਂਡਮ ਈਮੇਲ ਆ, ਉਹਦੇ ਵਿੱਚ ਮੇਰਾ
ਮਤਲਬ ਕੀ ਕਹਿਣਾ, ਕੁਛ ਕੱਢਣਾ ਵੀ ਉਹਨੂੰ ਬਹੁਤ ਮਿਹਨਤ ਕਰਨੀ ਪਊਗੀ। ਜਿਹਨੇ ਆਹ ਕੀਤਾ ਸਿਮ ਕਾਰਡ ਕੀਤਾ ਗਿਆ ਦਾਦੇ ਦੀ ਗੋਬਿੰਦ ਦੀ, ਬਹੁਤ ਮਿਹਨਤ ਕੀਤੀ ਲਈ, ਉਹ ਤਾਂ ਜਿਵੇਂ ਪਿੱਛੇ ਕਿਸੇ ਨੇ ਸੈਟਅਪ ਕੀਤਾ ਹੁੰਦਾ ਨਾ ਬੰਦਾ ਪੂਰਾ ਤੌਰ ਧਿਆਨ ਰੱਖਿਆ ਗਿਆ, ਇਨਫੋਰਮੇਸ਼ਨ ਉਹਦੀ ਕਿਸੇ ਨਾ ਕਿਸੇ ਤਰੀਕੇ ਲਈ ਗਈ ਹੈ, ਫਿਰ ਚੇਂਜ ਹੋਇਆ। ਏਦਾਂ ਨੀ ਹੈਗਾ ਉਹਨੂੰ ਕੋਈ ਨਾ ਕੋਈ ਜਾਣ ਪਛਾਣ ਜਾਂ ਉਹਨਾਂ ਕਿਸੇ ਗੱਲਬਾਤ ਕੀਤੀ ਉਹਨੂੰ ਦੇਖਿਆ ਤਾਂ ਉਹਨੂੰ ਪਤਾ ਲੱਗਿਆ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ ਵਪਾਰ ਸੰਦੇਸ਼ ਮੁੜ ਕੇ ਧੰਨਵਾਦ। ਵਿਨੀਪੈਗ ਚ ਹਰਪ੍ਰੀਤ ਸਿੰਘ ਜਵੰਦਾ ਨੇ ਫੇਸਬੁੱਕ ਤੇ ਉਹ ਲਿਖਦੇ ਨੇ, ਉਹ ਕਹਿੰਦੇ ਅਸੀਂ ਤੜਕੇ ਮੂੰਹ ਹਨੇਰੇ ਪਿੰਡੋਂ ਬਾਹਰ ਬਾਹਰ ਉਸ ਵਿਆਹ ਵਾਲੇ ਘਰ ਚ ਜਾ ਛਾਪਾ ਮਾਰਿਆ। ਡਿੱਗੀਆਂ ਰਜਾਈਆਂ ਚ ਕਿੰਨੇ ਸਾਰੇ ਲੋਕ ਗੂੜੀ ਨੀਂਦ ਸੁੱਤੇ ਪਏ ਸੀ। ਥਾਣੇਦਾਰ ਨੇ ਦੂਰ ਖਲਿਆਰੀ ਜਿਪਸੀ ਵਿੱਚੋਂ ਦੋਸ਼ ਪਾਈ ਤੇ ਇੱਕ ਹੌਲਦਾਰ ਨੂੰ ਅੰਦਰ ਘੱਲਿਆ। ਹੌਲਦਾਰ ਨੇ ਗੇਟ ਤੋਂ ਅੰਦਰ ਵੜਦੀਆਂ ਆਪਣੀ 47 ਲੋੜ ਖੱਲੀਆਂ ਵਿਚਕਾਰ ਜਾ ਕੇ ਆਖਣ ਲੱਗਾ, ਮੁਗਲ ਚੱਕ ਵਾਲਾ ਲਾਡੀ ਕੌਣ ਆ ਤੁਹਾਡੇ ਚੋਂ? ਜੀ ਮੈਂ ਹੀ ਆ, ਦੱਸੋ ਕੀ ਗੱਲ ਹੋਈ? ਇੱਕ 14-15 ਸਾਲ ਦਾ ਅੰਦਾੜੀਆ ਮੁੰਡਾ ਅੱਖਾਂ ਮਰਦਾ ਉੱਠ ਖਲੋਤਾ। ਹੌਲਦਾਰ ਨੇ ਸਾਲ ਦੀ ਨੋਕ ਤੇ ਅੱਗੇ ਲਾ ਲਿਆ, ਜਿਪਸੀ ਵੱਲ ਤੋਰ ਲਿਆ, ਫਿਰ ਮੇਰੇ ਕੋਲ ਬਿਠਾ, ਛੇਤੀ ਨਾਲ ਉਸਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਸਾਰੇ ਦਾ ਜਿਪਸੀ ਚ ਚੁੱਪ ਰਹੀ। ਅੱਧੇ ਘੰਟੇ ਮਗਰੋਂ ਡਰਾਈਵਰ ਨੇ ਤਨ ਤਨ ਸ਼ਹਿਰ ਤੋਂ ਬਾਹਰ ਇੱਕ ਢਾਬੇ ਤੇ ਬ੍ਰੇਕ ਮਾਰ ਲਈ। ਸਾਰੇ ਚਾਹ ਪੀਣ ਲਈ ਉਤਰ ਗਏ, ਮੈਂ ਉਸਦੇ ਕੋਲ ਅੰਦਰੇ, ਮੈਨੂੰ ਬਿਠਾ ਗਏ। ਮੈਂ ਗੌਰ ਨਾਲ ਤੱਕਿਆ, ਮੈਨੂੰ 10ਵੀਂ ਚ ਪੜ੍ਹਦੇ ਪੁੱਤਰ ਗੱਲ ਲੱਗਿਆ। ਮੌਕਾ ਪਾ ਕੇ ਮੈਂ ਹੌਲੀ ਜਿਹਾ ਪੁੱਛਿਆ, ਜਦੋਂ ਹੌਲਦਾਰ ਨੇ ਆਵਾਜ਼ ਮਾਰੀ ਸੀ ਤੂੰ ਕਾਹਤੋਂ ਬੋਲ ਪਿਆ ਕਿ ਮੈਂ ਹੀ ਲਾਡੀਆਂ ਘੇਸ ਮਾਰ ਵੜੇ ਰਹਿਣਾ ਸੀ ਰਜਾਈ ਦਾ, ਤੈਨੂੰ ਕਿਹੜਾ ਕੋਈ ਪਛਾਣਦਾ ਏ? ਸਾਹਿਬ ਜੀ ਮੈਂ ਕਿਹੜਾ ਕੋਈ ਗਲਤ ਕੰਮ ਕੀਤਾ, ਮੈਨੂੰ ਕਾਹਦਾ ਡਰ, ਸਿਰਫ ਰਾਹ ਹੀ ਦੱਸਿਆ ਸੀ ਉਹਨਾਂ ਨੂੰ, ਰਾਹ ਦੱਸਣ ਨਾਲ ਕੋਈ ਗੁਨਾਹ? ਇਸ ਵਕਤ ਦੀ ਹਨੇਰੀ ਚ ਗਲਤ ਠੀਕ ਵੇਖਣ ਦੀ ਵਿਹਲ ਕਿਹਦੇ ਕੋਲ ਆ ਪੁੱਤਰਾ? ਮੇਰੇ ਅੰਦਰੋਂ ਆਵਾਜ਼ ਆਈ। ਚਾਰ ਦਿਨ ਦੀ ਪੁੱਛ ਗਿਛ ਮਗਰੋਂ ਇੱਕ ਸਵੇਰੇ ਤੜਕੇ ਮੂੰਹ ਹਨੇਰੇ ਉਹਨੂੰ ਮੁੜ ਜਿਪਸੀ ਚ ਪਾ ਕੇ ਤੁਰਨ ਲੱਗੇ ਤਾਂ ਉਸ ਤੋਂ ਖਲੋਤਾ ਨੀ ਸੀ ਜਾ ਰਿਹਾ। ਮੈਨੂੰ ਆ ਮੈਂ ਉਹਨੂੰ ਆਸ ਦੇ ਅੰਦਰ ਬਿਠਾਇਆ, ਮੈਂ ਪੁੱਛਣ ਲੱਗਿਆ, ਮੈਨੂੰ ਪੁੱਛਣ ਲੱਗਿਆ ਭਾਊ ਕਿੱਥੇ ਕੁ ਖੜ ਕੇ ਕੰਮ ਕਰਨਾ? ਮੈਥੋਂ ਜਵਾਬ ਨਾ ਦਿੱਤਾ ਗਿਆ। ਅੱਧੇ ਕੁ ਘੰਟੇ ਦੀ ਮਗਰੋਂ ਵਾਰਸ ਤੋਂ ਨਹਿਰ ਵਾਲੀ ਲਿੰਕ ਰੋਡ ਤੇ ਗੱਡੀ ਮੁੜ ਗਈ ਤੇ ਫਿਰ ਥੋੜੀ ਦੂਰ ਗਾਂਹ ਜਾ ਕੇ ਰੁੱਖਾਂ ਦੇ ਝੁੰਡ ਕੋਲ ਬ੍ਰੇਕ ਮਾਰ ਲਈ। ਕਿਸੇ ਨੂੰ ਕੁੱਝ ਨੀ ਆਖਿਆ, ਸਭ ਨੂੰ ਪਤਾ ਸੀ ਕਿ ਉਹਨਾਂ ਨੇ ਕੀ ਕਰਨਾ। ਫਿਰ ਉਹੀ ਹੌਲਦਾਰ ਨੇ ਇੱਕ ਵਾਰ ਫੇਰ ਥੱਲੇ, ਉਹੀ ਹੌਲਦਾਰ ਉਤਰਿਆ, SLR ਸੈਲਫ ਲੋਡਿੰਗ ਰਾਈਫਲ ਉਹਨੇ ਲੋਡ ਕਰਕੇ ਆਸੇ ਪਾਸੇ ਵੇਖਿਆ, ਆਖਣ ਲੱਗਿਆ ਆਓ ਜੀ ਬਾਹਰ। ਉਹਨੂੰ ਹੇਠਾਂ ਲਾਉਣ ਲੱਗੇ ਤਾਂ ਮੈਨੂੰ ਕਹਿਣ ਲੱਗਿਆ, ਭਾਊ ਕੰਮ ਤਾਂ ਕਰੀ ਇੱਕ, ਮੇਰਾ ਮੇਰੀ ਮਾਂ ਨੂੰ ਇੱਕ ਸੁਨੇਹਾ ਦੇਈ ਜ਼ਰੂਰ, ਰਾਖੀ ਲਾਡੀ ਬਹੁਤ ਚਿੱਤੇ ਕਰਦਾ ਸੀ, ਜਾਣ ਲੱਗਿਆ। ਫਿਰ ਸਾਰਿਆਂ ਵੱਲ ਹੱਥ ਜੋੜਦਾ ਆਖਣ ਲੱਗਾ, ਚੰਗਾ ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਫਤਿਹ ਦਾ ਜਵਾਬ ਦਿੱਤਾ, ਮੇਰੇ ਗਾਤਰਾ ਪਾਇਆ ਸੀ ਮਹਿਕਮੇ ਚ, ਸਾਰੇ ਮੈਨੂੰ ਨਿਹੰਗ ਆਖ ਕੇ ਬੁਲਾਉਂਦੇ ਸੀ। ਥਾਣੇਦਾਰ ਗੱਲ ਪੈਣ ਲੱਗਿਆ, ਕਹਿਣ ਲੱਗਾ ਨਿਹੰਗਾ ਤੈਨੂੰ ਕੀ ਲੋੜ ਸੀ ਫਤਿਹ ਦਾ ਜਵਾਬ ਦੇਣ ਦੀ? ਮੈਂ ਨਿਸੰਗ ਹੋ ਕੇ ਆ ਕੇ ਦੇਖਿਆ, ਬਗਰੂਆਂ ਦੀ ਬਖਸ਼ੀ ਹੋਈ ਫਤਿਹ ਆ, ਜਵਾਬ ਦੇਣਾ ਹਰੇਕ ਸੰਗ ਸਿੱਖ ਦਾ ਫਰਜ਼ ਹੈ। ਇਸ ਤੋਂ ਪਹਿਲਾਂ ਸਾਡੀ ਬਹਿਸ ਕੋਈ ਹੋਰ ਰੂਪ ਧਾਰ ਕਰਦੀ, ਠਾ ਠਾ ਦੀਆਂ ਕਿੰਨੀਆਂ ਸਾਰੀਆਂ ਆਵਾਜ਼ਾਂ ਰੁੱਖ ਤੇ ਬੈਠੇ ਕਿਸੇ ਸਾਰੇ ਪੰਛੀ ਰੌਲਾ ਪਾਉਂਦੇ, ਜਿੱਧਰ ਨੂੰ ਭੱਜੇ ਉੱਡ ਗਏ। ਘੰਟੇ ਕੁ ਮਗਰੋਂ ਅਸੀਂ ਵਾਪਸ ਆਏ 9 ਵਜੇ। ਕਿੰਨਿਆਂ ਦਿਨਾਂ ਦਾ ਥਾਣੇ ਦੇ ਬਾਹਰ ਬੈਠੇ, ਉਹਦੇ ਪਿਓ ਨੂੰ ਕੋਲ ਸੱਦ ਕੇ ਉਹਦੇ ਲੀੜੇ ਕੱਪੜੇ ਉਹਨੂੰ ਫੜਾ ਤੇ। ਉਹ ਬਿਲਕੁਲ ਵੀ ਰੋਇਆ ਨੀ, ਨਾ ਹੀ ਉਹਨੇ ਕਿਸੇ ਨੂੰ ਚੰਗਾ ਮੰਦਾ ਆਖਿਆ, ਚੁੱਪ ਚਾਪ ਉੱਥੋਂ ਚਲਿਆ ਗਿਆ। ਮਹਿਕਮੇ ਚ ਮੈਂ ਉਸੇ ਹਫ਼ਤੇ ਅਸਤੀਫਾ ਦਿੱਤਾ। ਅੱਜ ਤਕਰੀਬਨ 30 ਵਰ੍ਹਿਆਂ ਮਗਰੋਂ ਉਹ ਅੰਦਾੜੀਆ ਲਾਡੀ ਕਿੰਨੀ ਵਾਰ ਮੈਨੂੰ ਸੁਪਨੇ ਚ ਆਉਂਦਾ ਤੇ ਬਸ ਇਹੀ ਗੱਲ ਪੁੱਛੀ ਜਾਂਦਾ, ਭਾਊ ਉਦਣ ਮੇਰੀ ਮਾਂ ਨੂੰ ਸੁਨੇਹਾ ਦਿੱਤਾ ਸੀ ਕਿ ਨਹੀਂ? ਮੇਰੇ ਪਿੰਡ ਦੀ ਉਸ ਨਹਿਰ ਨੂੰ ਸੁਨੇਹਾ ਦੇ ਦਿਓ, ਨਹੀਂ ਮੈਂ ਫੇਰ ਧਾਰੀ ਲਾਊਂ ਸਿਵਿਆਂ ਚ ਸੜ ਕੇ। ਦੋਸਤੋ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅੱਤਵਾਦ ਰੋਕਣ ਤੇ ਤਰੱਕੀਆਂ ਲੈਣ ਦੀ ਖਾਤਰ ਸਦਾ ਦੀ ਨੀਂਹ ਸਵਾ ਦਿੱਤੇ ਗਏ ਮਾਵਾਂ ਦੇ ਪੁੱਤਾਂ ਨੂੰ ਸਿਵਿਆਂ ਦੀ ਅੱਗ ਵੀ ਨਸੀਬ ਨਹੀਂ ਸੀ ਹੋਈ। ਅਸਲ ਬਾਪਰੀ ਦਾ ਵਾਰਤਕ ਰੂਪ ਹਰਪ੍ਰੀਤ ਸਿੰਘ ਜਵੰਦਾ ਉਹਨੇ ਦੱਸਿਆ, ਕਿਸੇ ਨੇ ਜਦ ਉਹਨਾਂ ਨੂੰ ਨਿੱਜੀ ਤੌਰ ਤੇ ਦੱਸਿਆ। ਇਹ ਪੰਜਾਬ ਸੀ ਉਸ ਸਮੇਂ ਦਾ। ਮਨੀ ਲੌਂਡਰਿੰਗ ਦੀ ਗੱਲਬਾਤ ਸ਼ੁਰੂ ਕਰਦੇ ਹਾਂ, ਉਸ ਤੋਂ ਪਹਿਲਾਂ ਪ੍ਰਭਜੋਤਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਲਾਈਨ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਵੀਰ ਜੀ। ਹਾਂਜੀ ਸਿੰਘ ਸਾਹਿਬ, ਤੁਹਾਡੀ ਕਹਾਣੀ ਸੁਣਦਾ ਸੀ ਤੇ ਵੀ ਕਹਾਣੀ ਘੱਟ ਤੇ ਅਸਲੀਅਤ ਜ਼ਿਆਦਾ ਆਦਿ ਦੀ ਆ। 85 ਤੋਂ ਬਾਅਦ ਜਦੋਂ ਕਾਲਜ ਗਏ ਆ ਤਾਂ ਉੱਥੇ ਮੈਂ ਜੋ ਦੇਖਿਆ ਉਸੇ ਗੱਲ ਨੇ ਜਿਹੜਾ ਆ ਇੱਕ ਗੱਲ ਸਮਝਾਈ ਤੇ ਸਾਡਾ ਇੱਥੇ ਜੀਣਾ ਔਖਾ। ਆਵਾਜ਼ ਥੋੜੀ ਘੱਟ ਗਈ, ਪਹਿਲਾਂ ਵਧੀਆ ਸੀ, ਆਵਾਜ਼ ਠੀਕ ਕਰੋ। ਹਾਂਜੀ ਹਾਂਜੀ ਹਾਂ ਠੀਕ ਆ ਜੀ। ਹੈਲੋ ਹਾਂਜੀ,
ਹਾਂਜੀ ਸਿੰਘ ਸਾਹਿਬ, ਚਲੋ 85 ਤੋਂ ਬਾਅਦ ਕਾਲਜ ਗਿਆ ਤਾਂ ਉਸ ਵੇਲੇ ਇਹੋ ਦੇਖ ਦੇਖ ਕੇ ਸਮਝ ਆਈ ਵੀ ਉੱਥੇ ਇੱਕ ਤਾਂ ਅੱਜ ਫੈਸ਼ਨ ਚੱਲਦਾ ਆ, ਦਸਤਾਰਾਂ ਸਜਾਉਂਦੇ ਆ, ਥੜੀ ਕੱਟ ਕੇ ਨਾ ਮੱਛਮ ਰੋੜ ਕੇ ਰੱਖਦੇ, ਤੇ ਇੱਕ ਉਸ ਵੇਲੇ ਆਮ ਜਿਹੜੇ ਯੂਥ ਸੀ ਉਹਨਾਂ ਨੇ ਸਹੀ ਕੇਸਰੀ ਦਸਤਾਰ ਸਜਾਉਣੀ, ਥੜੀ ਕੇਸ ਰੱਖਣੇ, ਤੇ ਇਹ ਜਿੱਦਾਂ ਵੀ ਇੱਕ ਜਿੱਦਾਂ ਉਸ ਵੇਲੇ ਦਾ ਪੁਰਤਾਰਾ ਸੀ ਤੇ ਉਹਦੇ ਵਿੱਚ ਜਿੰਨੇ ਯੂਥ ਆ ਸਾਰੇ ਏਦਾਂ ਰਹਿੰਦੇ ਸੀ, ਉਹਨਾਂ ਦੇ ਕਿਸੇ ਤਰ੍ਹਾਂ ਦੀ ਵੀ ਸੋਚ ਹੋਵੇ ਜੋ ਮਰਜ਼ੀ ਹੋਵੇ, ਪਰ ਬਾਹਰੀ ਦਿੱਖ ਇੱਕ ਇਹੋ ਜਿਹੀ ਸੀ, ਤੇ ਇਹੋ ਦਿੱਖ ਜਿਹੜੀ ਆ ਉੱਥੇ ਉਹਨਾਂ ਦਾ ਦੁਸ਼ਮਣ ਬਣਦੀ ਸੀ, ਅੱਜ ਕਾਲਜ ਵਿੱਚੋਂ ਆ ਚੁੱਕ ਲਿਆ, ਕੱਲ ਨੂੰ ਆ ਚੁੱਕ ਲਿਆ, ਇਹੋ ਦੇਖਦਿਆਂ ਦੇਖਦਿਆਂ ਸਮਝ ਆਈ ਵੀ ਯਾਰ ਕਸੂਰ ਤਾਂ ਕਿਸੇ ਦਾ ਕੋਈ ਹੈ ਹੀ ਨੀ, ਕੋਈ ਕਿਸੇ ਦੀ ਇਨਵੋਲਵਮੈਂਟ ਨੀ, ਕੋਈ ਉਹਨਾਂ ਦੀ ਸੋਚ ਨੀ ਹੈਗੀ, ਕਿਸੇ ਨੇ ਕੋਈ ਹਥਿਆਰ ਨੀ ਚੁੱਕਿਆ, ਜਿਹੜਾ ਇੱਕ ਤੁਹਾਡਾ ਜਿਹੜਾ ਦੇਖਣ ਜਿਹੜਾ ਸਿੱਖੀ ਸਰੂਪ ਆ ਦੀਰਾ ਆ, ਪਿੱਛੇ ਭਾਵੇਂ ਸੋਚ ਤੁਹਾਡੀ ਕੋਈ ਹੋਰ ਹੋਵੇ, ਉਹਦੇ ਕਰਕੇ ਤੁਹਾਨੂੰ ਟਾਰਗੇਟ ਕੀਤਾ ਜਾ ਰਿਹਾ, ਇੱਕ ਸਪੈਸ਼ਲੀ ਤੁਹਾਨੂੰ ਐਲੀਮੀਨੇਟ ਕੀਤਾ ਜਾ ਰਿਹਾ, ਤੇ ਹੁਣ ਇਹ ਵੀ ਜਿੱਦਾਂ ਤੁਸੀਂ ਕਹਾਣੀ ਵੀ ਸੁਣਾਈ ਆ, ਤੇ ਇੱਕ ਕੀ ਕਿਸੇ ਨੂੰ ਰਸਤਾ ਦੱਸ ਦੇਣਾ ਕੀ ਉਹ ਗੁਨਾਹ ਹੈਗਾ ਆ, ਸੋ ਇਹ ਗੱਲਾਂ ਜਿਹੜੀਆਂ ਆ ਰੜਕਦੀਆਂ ਆ, ਜਿਹੜੇ ਤਾਂ ਭੁੱਲ ਜਾਂਦੇ ਆ ਉਹਨਾਂ ਲਈ ਗੱਲ ਹੀ ਕੋਈ ਨੀ ਹੈਗੀ, ਮੇਰਾ ਖਿਆਲ ਆ ਜਿਹਨਾਂ ਦੀ ਜੀਵੀ ਜ਼ਮੀਰ ਆ, ਜਿਹਨਾਂ ਨੂੰ ਅਣਖ ਹੈਗੀ ਆ, ਉਹਨਾਂ ਨੂੰ ਉਹਨਾਂ ਦਾ ਇੱਕ ਤਰ੍ਹਾਂ ਰਿਸਪੋਂਸੀਬਿਲਟੀ ਵੀ ਬਣ ਜਾਂਦੀ ਆ, ਵੀ ਜਿਹੜਾ ਕੋਈ ਕੱਲ ਪਿਛੋਕੜ ਜੇ ਹੋਇਆ ਅੱਜ ਹੋ ਰਿਹਾ, ਅੱਜ ਭਵਾਂ ਦੀ ਉਹ ਸੀ ਉਹ ਆਪਣਾ ਚਿਹਰਾ ਮੋਹਰਾ ਬਦਲ ਲਿਆ, ਪਰ ਉਹ ਨਹੀਂ ਭੁੱਲੇ ਹੈਗੇ, ਕਦੀ ਤਾਂ ਉਹ ਸਾਡੇ ਤੇ ਨਸ਼ੇ ਲਿਆ ਕੇ, ਤੇ ਕਦੀ ਸਾਡਾ ਜਿਹੜਾ ਉੱਥੇ ਜਾ ਕੇ ਜਿਹੜਾ ਹੈਗਾ ਆ ਜੈਨੋਸਾਈਡ ਕਰਦੇ ਹੈਗੇ ਆ, ਜਿਹੜਾ ਆਪਣੇ ਤੁਸੀਂ ਉੱਥੇ ਟੋਪਿਕ ਵੀ ਲੈ ਕੇ ਆਏ ਸੀ, ਸੋ ਉਹ ਸਰਕਾਰਾਂ ਤਾਂ ਲਗਾਤਾਰ ਸਾਡੀ ਸੋਚ ਬਦਲਣ ਦੇ ਤੇ ਸਾਡੇ ਜਿਹੜਾ ਜੀਨ ਬਦਲਣ ਦੀ ਕੋਸ਼ਿਸ਼ ਕਰ ਰਹੀਆਂ, ਜੇ ਅਸੀਂ ਭੁੱਲ ਜਾਂਦੇ ਆ ਤੇ ਫਿਰ ਸਾਡਾ ਖਾਤਮਾ ਹੋਣਾ ਸਿੰਘ ਜਵੰਦੇ ਉਹਨਾਂ ਨੇ ਅਸਲ ਜਵਾਨੀ ਉਹ ਛਾਪੀ ਹੈ ਜਦ ਕੋਈ ਬੰਦਾ ਮਿਲ ਜਾਂਦਾ ਹੈ, ਪਰ ਬੜਾ ਹੌਲਨਾਕ ਹੈ, ਤੁਸੀਂ ਉਹਨੂੰ ਪੜ੍ਹੋ ਵੀ 15 ਵਰਿਆਂ ਦੇ ਜਵਾਕ ਤੋਂ ਪਿੰਡ ਦਾ ਰਾਹ ਕਿਸੇ ਨੇ ਪੁੱਛ ਲਿਆ, ਉਹਨੇ ਰਾਹ ਦੱਸਤਾ, ਉਹ ਬੰਦੇ ਫੜੇ ਗਏ ਜਾਂ ਫਿਰ ਉਹ ਪੁਲਿਸ ਦੇ ਕੈਟ ਹੋਣਗੇ, ਫੜੇ ਹੋਏ ਨੇ ਤਾਂ ਰਾਹ ਕੀ ਦੱਸਣਾ, ਪੁਲਿਸ ਦੇ ਕੈਟਾਂ ਨੇ ਜਾਣ ਕੇ ਪੁੱਛ ਕੇ ਫਿਰ ਮੁੰਡੇ ਨੂੰ ਉਹਨੂੰ ਲੋਕੇਟ ਕਰ ਲਿਆ, ਨਹੀਂ ਕਿੱਥੇ ਪਤਾ ਹੋਣਾ ਸੀ, ਕੀ ਤੋਂ ਰਾਹ ਪੁੱਛਿਆ, ਪਿੰਡਾਂ ਦੇ ਵਿੱਚ ਰਾਹ ਆਪਾਂ 10 ਪੁੱਛ ਲੈਂਦੇ ਹਾਂ, ਉਹ ਇੱਕ ਸਮਾਂ ਸੀ ਜਦ ਅੰਦਾੜੀਏ ਤੇ ਲੂਈ ਜਿਨ੍ਹਾਂ ਦੇ ਫੁੱਟ ਰਹੀ ਸੀ ਉਹਨਾਂ ਨਾਲ ਇਸ ਤਰ੍ਹਾਂ ਹੋਇਆ। ਖਾਲਸਾ ਰੈਸਲਿੰਗ ਕਲੱਬ ਸਰੀ ਨੇ ਜਿਹੜਾ ਰੋਬਰਟ ਰੰਬਲ ਰੈਸਲਿੰਗ ਟੂਰਨਾਮੈਂਟ ਸੀ ਉਹ ਜਿੱਤਿਆ, ਸਾਰੀ ਟੀਮ ਨੇ ਵਧਾਈਆਂ ਖਾਲਸਾ ਕਲੱਬ ਨੂੰ, ਸ਼੍ਰੀ ਪਹਿਲਵਾਨ ਉਹਨਾਂ ਦਾ ਇਹ ਕਲੱਬ ਹੈ, ਤੇ ਇਹ ਪਹਿਲਵਾਨਾਂ ਮੁੰਡਿਆਂ ਨੇ ਬੜੀਆਂ ਮੱਲਾਂ ਮਾਰੀਆਂ, ਬੜਾ ਵੱਡੇ ਇਨਾਮ ਜਿੱਤੇ ਨੇ, ਰੁਸਤਮ ਤੇ ਹੋਰ ਸਾਡੇ ਬਹੁਤ ਕਲੱਬ ਨੇ ਜਿਹੜੇ ਵਧੀਆ ਕਰ ਰਹੇ ਨੇ ਐਪੀਸੋਡ ਦੇ ਵਿੱਚ। ਮੇਰੀ ਪੀਰੀ ਰੈਸਲਿੰਗ ਕਲੱਬ ਹੈ ਸ਼ਾਇਦ ਮੈਂ, ਤੇ ਸਾਰੇ ਮੁੰਡੇ ਫੂਲ ਕੇ ਆਉਣੀ ਜਿਉਂਦੇ ਵਸਦੇ ਰਹੋ, ਵਧੀਆ ਕੋਈ ਫੈਸਿਲਿਟੀ ਤੁਹਾਡੀ ਬਣਨੀ ਚਾਹੀਦੀ ਹੈ, ਜਿੱਥੇ ਤੁਸੀਂ ਟ੍ਰੇਨਿੰਗ ਤੁਹਾਡੀ ਹੋਵੇ ਇਹਦੇ ਲਈ ਕੰਮ ਕਰਨਾ ਚਾਹੀਦਾ, ਕੋਸ਼ਿਸ਼ ਕਰੋ ਆਪਾਂ ਰਲ ਕੇ ਕਮਿਊਨਿਟੀ ਦੇ ਨਾਲ ਇਹ ਰਲ ਕੇ ਕੋਈ ਫੰਡ ਰੇਜਿੰਗ ਕਰਕੇ ਅਜਿਹਾ ਕੁਛ ਕਰ ਸਕੀਏ ਜਿੱਥੇ ਤੁਸੀਂ ਤੁਹਾਡੇ ਮੁੰਡੇ ਤਕੜੇ ਹੋਣ ਇਹ ਆਪਣੇ। ਤੇ ਰੈਸਲਿੰਗ ਕਲੱਬ ਸਾਰੇ ਬਹੁਤ ਵੱਡੀ ਗੱਲ ਹੈ, ਜੇ ਇਹ ਇੱਕ ਵੱਡਾ ਹੰਬਲਾ ਹੈ ਜਿਹੜਾ ਆਪਣੇ ਜਵਾਕਾਂ ਨੂੰ ਬਚਾਉਣ ਲਈ 100-150 ਜਵਾਕ ਸਾਡਾ ਟ੍ਰੇਨ ਹੁੰਦਾ, ਤੇ ਇਹਨਾਂ ਦੀ ਪਲੇਸਮੈਂਟ ਵੀ ਹੋਵੇ, ਇਹਨਾਂ ਦੀ ਨੌਕਰੀ ਵੀ ਹੋਵੇ ਕਿਤੇ, ਨਹੀਂ ਤਾਂ ਇਹ ਜਦ ਘੋਲੋਂ ਹਟ ਜਾਂਦੇ ਅੱਗੇ ਦਿਖਦਾ ਕੱਖ ਨਹੀਂ, ਇਹਦੇ ਤੇ ਕੰਮ ਕਰਨ ਦੀ ਲੋੜ ਹੈ। ਚੁਣੀਂਦੇ ਜਿਹੜੇ ਨੇਤਾ ਜਾਣੇ ਇਹਨਾਂ ਨੂੰ ਕਹੋ ਜਿੱਥੇ ਮਿਲਦੇ ਆ ਕਿ ਹੁਣ ਸਾਡਾ ਕਰੋ ਕੁਛ, ਕਿ ਸਾਨੂੰ ਕੋਈ ਫੈਸਿਲਿਟੀ ਸਾਡੇ ਜਵਾਕਾਂ ਦੀ ਪਲੇਸਮੈਂਟ, ਤੇ ਇਹਨਾਂ ਨੂੰ ਲੈ ਕੇ ਜਾਓ ਉੱਥੇ ਆਊਟਵਾ ਦਿਖਾਓ ਮਿਨਿਸਟਰ ਨੂੰ, ਸਪੋਰਟਸ ਮਿਨਿਸਟਰ ਨੂੰ, ਕਿ ਇਸ ਤਰ੍ਹਾਂ ਸਾਡੇ ਜਵਾਕ ਕਰਦੇ।
ਮੇਪਰਵਿਜ ਦੇ ਵਿੱਚ ਲੋਟਸ ਕੁਛ ਸੇਲ ਤੇ ਨੇ, ਬਹੁਤ ਸਪੈਸ਼ਲ ਲੋਟਾਂ ਨੇ ਤੇ 6 ਰਹਿ ਗਈਆਂ ਸਿਰਫ। ਸਿਲਵਰ ਵੈਲੀ ਜਿੱਥੇ ਗੋਲਡਨ ਈਅਰ ਪਾਰਕ ਹੈ ਉਹਦੇ ਨਾਲ ਏਲੀਅਟ ਲੇਕ ਹੈ ਤੇ ਉਸ ਏਰੀਏ ਦੇ ਵਿੱਚ ਆ, ਮਿੰਟਾਂ ਦੇ ਵਾਕਿੰਗ ਡਿਸਟੈਂਸ ਨੇ ਗੋਲਡਨ ਈਅਰ ਪਾਰਕ ਦੇ ਵਿੱਚੋਂ। ਤੇ ਇਹਦੇ ਨਾਲ ਬਹੁਤ ਕੁਦਰਤੀ ਆਲੇ ਦੁਆਲੇ ਵਾਤਾਵਰਨ ਹੈ ਗ੍ਰੀਨ ਬੈਲਟ ਨਾਲ, ਤੇ ਉਸ ਤੋਂ ਬਾਅਦ ਵਿਊ ਬਹੁਤ ਵਧੀਆ ਪਹਾੜਾਂ ਦਾ ਤੇ ਪਾਣੀ ਦਾ, ਤੇ ਗੱਲ ਕੀ ਕੁਦਰਤ ਦੀ ਗੋਦ ਦੇ ਵਿੱਚ 6 ਲੋਟਾਂ ਨੇ ਤੇ ਜਿਹਦੇ ਤੇ ਕੁਝ ਮਿੰਟ ਲੱਗਦੇ ਆ ਮੈਂ ਆਪਣੇ ਮੇਪਲ ਰਿਜ ਦੇ ਡਾਊਨ ਟਾਊਨ ਤੋਂ ਤੇ ਗੋਲਡਨ ਈਅਰ ਬ੍ਰਿਜ ਤੋਂ 12-15 ਮਿੰਟ ਲੱਗਦੇ ਆ, ਨਾਲ ਲੇਕ ਬੀਚ ਤੇ ਸਕੂਲ ਤੇ ਡਾਊਨ ਟਾਊਨ ਕੋਰ ਨੇੜੇ ਆ, ਗੋਲਡਨ ਈਅਰ ਬ੍ਰਿਜ ਤੋਂ ਬਹੁਤ ਤੇ ਵੈਸਟ ਕੋਸਟ ਐਕਸਪ੍ਰੈਸ ਨੇੜੇ ਆ, ਪਰਫੈਕਟ ਡਿਵੈਲਪਮੈਂਟ ਓਪਰਚੁਨਿਟੀ ਹੈ ਤੇ 4,000 ਤੋਂ ਲੈ ਕੇ 1700 ਸਕੇਅਰ ਫੁੱਟ ਤੇ 3 ਜਿਹੜਾ ਲੈਵਲ ਹਾਊਸ 3 ਲੈਵਲ ਘਰ ਇਹਦੇ ਤੇ ਬਣਨਾ ਤੇ ਲੀਗਲ ਜਿਹੜੀ ਅਬਵ ਗਰਾਊਂਡ ਬੇਸਮੈਂਟ ਹੈ, 180 ਡਿਗਰੀ ਦਾ ਵਿਊ ਹੈ। ਕੁਲਵੰਤ ਬਾਸੀ ਉਹਨਾਂ ਨਾਲ ਸਟਨ ਰਿਐਲਟੀ ਦੇ ਰੀਅਲਟਰ ਨੇ, 604-377-4500 ਤੇ ਗੱਲਬਾਤ ਕਰਿਓ, 604-377-4500 ਗੋਲਡਨ ਈਅਰ ਬ੍ਰਿਜ ਪਹਿਲਾਂ ਗੋਲਡਨ ਈਅਰ ਪਾਰਕ ਆਉਂਦਾ ਉਹਦੇ ਨਾਲ ਬਿਲਕੁਲ ਆਲੇ ਦੁਆਲੇ ਗ੍ਰੀਨ ਬੈਲਟ ਹੈ ਤੇ ਬਹੁਤ ਵਧੀਆ ਵਿਊ ਹੈ ਏਅਰਪੋਰਟ ਆਪਣੇ ਵੈਸਟ ਕੋਸਟ ਦੀ ਜਿਹੜੀ ਵੈਸਟ ਕੋਸਟ ਐਕਸਪ੍ਰੈਸ ਨੇੜੇ ਹੈ ਤੇ ਡਾਊਨ ਟਾਊਨ ਹੈ ਜਿਹੜਾ ਉਹ ਥੋੜਾ ਸਮਾਂ ਲੱਗਦਾ। ਤੇ ਹੁਣ ਮੇਪਲ ਰਿਜ ਦੂਰ ਨੀ, ਗੋਲਡਨ ਈਅਰ ਦਾ ਬ੍ਰਿਜ ਟੱਪਦੇ ਹੁਣ ਕਿਹੜਾ ਟੋਲ ਹੈ ਵਿੱਚ ਹੈ ਜਮਾ ਹੀ, ਪਰ ਬਹੁਤ ਵਧੀਆ ਨੇਬਰਹੁੱਡ ਹੈ ਤੇ ਬਹੁਤ ਵਧੀਆ ਇੱਕ ਏਰੀਆ ਰਹਿਣ ਦੇ ਲਈ ਤੇ ਬੱਚੇ ਜਿਹੜੇ ਨੇ ਪੜ੍ਹਾਉਣ ਲਈ, ਸਕੂਲ ਬਹੁਤ ਵਧੀਆ ਨੇ ਆਲੇ ਦੁਆਲੇ। 604-377-4500 604-377-4500 ਕੁਲਵੰਤ ਬਾਸੀ ਉਹਨਾਂ ਨਾਲ ਗੱਲਬਾਤ ਕਰ ਲਿਓ। ਵੱਡੀ ਸਬ ਡਿਵੀਜ਼ਨ ਸੀ, 6 ਹੀ ਲੋਟਾਂ ਉਹਦੇ ਵਿੱਚ ਰਹਿ ਗਈਆਂ। ਸਰ ਪਰਮਜੀਤ ਸਿੰਘ ਜੀ ਕੋਈ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਹਰਪ੍ਰੀਤ ਸਿੰਘ ਜਵੰਦਾ ਵਾਰਾ ਲਿਖੀ ਜਿਹੜੀ ਆ ਨਿੱਕੀ ਕਹਾਣੀ ਪਰ ਰੂਹ ਨੂੰ ਟੰਬਦੀ ਆ ਬਹੁਤ, ਉਹ ਸੋਸ਼ਲ ਮੀਡੀਆ ਤੇ ਪੜੀ ਵੀ ਸੀ ਤੇ ਤੁਸੀਂ ਵੀ ਬਾ ਖੂਬੀ ਸੁਣਾਈ ਆ। ਗਿੱਲ ਸਾਹਿਬ, ਆਪਾਂ ਪੰਜਾਬੀ ਕੌਮ ਜਿਹੜੇ ਜਾਂ ਸਿੱਖ ਖਾਸ ਕਰਕੇ ਆਪਾਂ ਜਜ਼ਬੇ ਤੇ ਅਣਖ ਦੇ ਨਾਲ ਬੜੇ ਭਰਪੂਰ ਆ। ਸਾਡੇ ਸ਼ਹਿਰ ਵਿੱਚ ਇੱਕ ਗੁਰਦੁਆਰਾ ਸਾਹਿਬਾਨ ਆ ਜਿਹੜਾ ਕਿ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਸਮਰਪਿਤ ਤੇ ਸ਼ਹੀਦਾਂ ਸਿੰਘਾਂ ਨੂੰ ਵੀ ਜਾਣ ਕੇ ਪੂਰਾ ਮਾਣ ਸਨਮਾਨ ਦਿੰਦੇ ਆ। ਗੁਰਦੁਆਰਾ ਸਾਹਿਬਾਨ ਦੇ ਹਾਲ ਦੇ ਵਿੱਚ, ਲੰਗਰ ਹਾਲ ਦੇ ਵਿੱਚ ਸ਼ਹੀਦਾਂ ਸਿੰਘਾਂ ਦੀਆਂ ਪੁਰਾਤਨ ਤੇ ਨਵਿਆਂ ਦੀਆਂ ਨਵੇਂ ਜਿਹੜੇ ਮੌਜੂਦਾ ਸਮੇਂ 'ਚ ਸ਼ਹੀਦ ਹੋਏ ਉਹਨਾਂ ਦੀਆਂ ਤਸਵੀਰਾਂ ਬਕਾਇਦਾ ਲੱਗੀਆਂ ਆ ਤੇ ਜਿਹੜਾ ਮੇਨ ਹਾਲ ਦੇ ਵਿੱਚ ਖਾਲਿਸਤਾਨ ਵੀ ਲਿਖਿਆ ਆ। ਤੇ ਕਈ ਵਾਰੀ ਜਿੱਦਾਂ ਸਿੱਖ ਖਾਸ ਕਰਕੇ ਸਿੱਖ ਤੇ ਪੰਜਾਬੀ ਉਹ ਕਹਿਣ ਲੱਗ ਪੈਂਦੇ ਜੀ ਇਹ ਮੁੰਡਿਆਂ ਦੀਆਂ ਫੋਟੋਆਂ ਕਿਉਂ ਲਾਈਆਂ ਇਹਨਾਂ ਨੇ ਖਾਲਿਸਤਾਨ ਕਿਉਂ ਲਿਖ ਦਿੱਤਾ। ਫਿਰ ਬੜੀ ਹੈਰਾਨੀ ਹੁੰਦੀ ਆ ਵੀ ਇਹ ਕਿਹੜੀ ਨਸਲ ਦੇ ਪੰਜਾਬੀ ਆ, ਇਹ ਕਿਹੜੀ ਨਸਲ ਦੇ ਸਿੱਖ ਆ, ਹੈਰਾਨਗੀ ਹੁੰਦੀ ਉਹਨਾਂ ਨੂੰ ਸੁਣ ਕੇ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਮਿਚਲ ਆਈਲੈਂਡ ਰਿਚਮੰਡ ਦੇ ਵਿੱਚੋਂ RCMP ਨੇ ਸੈੱਟ ਕੀਤਾ ਇੱਕ ਫਰੇਟ ਟਰੱਕ ਜਿਹਨੂੰ ਉਹ ਫੋਲੋ ਕਰ ਰਹੇ ਸੀ ਤੁਰਦਾ, 6 ਟਨ ਹਸ਼ੀਸ਼ ਹੈ ਜਿਹੜੀ, ਹਸ਼ੀਸ਼ ਕੀ ਹੈ ਜਿਹੜਾ ਭੰਗ ਤੋਂ ਬਣਦੀ ਹੈ, ਤੁਸੀਂ ਇਹਨੂੰ ਸੁਲਫਾ ਕਹਿ ਲਓ ਜਾਂ ਕੁਝ ਹੋਰ ਕਹਿ ਲਓ, ਭੰਗ ਦੇ ਰਸ ਤੋਂ ਬਣਦੀ ਹੈ ਜਾਂ ਭੰਗ ਤੋਂ ਬਣਦੀ ਹੈ, ਜਿਹੜੀ ਲੱਕੜ ਦੇ ਬਕਸਿਆਂ ਦੇ ਵਿੱਚ ਹੈ। 40 ਟਨ ਦੀ ਸ਼ਿਪਮੈਂਟ ਦੇ ਵਿੱਚੋਂ ਜਿਹੜੀ $140 million ਦੀ ਆ ਉਹਦੇ ਵਿੱਚੋਂ ਇਹ 6 ਟਨ ਤੇ RCMP ਨੂੰ ਉਸ ਸਮੇਂ ਨਹੀਂ ਸੀ ਪਤਾ ਜਦ ਅਮੈਰੀਕਾ ਦੀ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਵੱਡਾ ਜਿਹੜਾ ਡਰੱਗ ਟ੍ਰੈਫਿਕਿੰਗ ਕਿੰਗ ਪਿੰਨ ਜਿਹੜਾ ਹੈਸ਼ ਦੀ ਸ਼ਿਪਮੈਂਟ ਕਰਦਾ ਸੀ ਤੇ ਗਲੋਬਲ ਕਾਰਟਲ ਦਾ ਇੱਕ ਮੇਨ ਬੰਦਾ ਸੀ ਤੇ 150 million ਸਾਲ ਦੀ ਉਹਦੀ ਕਮਾਈ ਸੀ, ਉਸਨੇ ਜਿਹੜਾ ਟਰੱਕ ਇਹ ਫੜਿਆ ਤੇ ਟਰੱਕ ਤੋਂ ਬਾਅਦ ਵੇਅਰ ਹਾਊਸ ਬਸਟ ਕੀਤਾ ਤਾਂ ਉਹਦੇ ਵਿੱਚੋਂ BC ਦਾ ਰਿੰਗ ਲੀਡਰ ਲੌਰੀ ਬਰਡਨ, ਜਾਰਜ ਲੌਰੀ ਬਰਡਨ,
ਜਿਹਨੇ 20 ਟਨ ਵਾਲੀ ਹਸ਼ੀਸ਼ ਇੱਥੋਂ ਵੇਚ ਦਿੱਤੀ ਸੀ ਉਹ ਫੜਿਆ। ਇਹ 1993 ਦੀ ਗੱਲ ਹੈ। ਇਹ ਮਤਲਬ ਮਨੀ ਲੌਂਡਰਿੰਗ ਤੇ ਪੈਸਾ ਇਹ ਹੁਣ ਨਵੀਂ ਗੱਲ ਨਹੀਂ, 40 ਵਰਿਆਂ ਦੀ ਗੱਲ ਹੈ। ਬ੍ਰਿਟਿਸ਼ ਕੋਲੰਬੀਅਨਸ ਨੂੰ ਪਿਛਲੇ ਸਾਲ ਤੋਂ ਇਹ ਮਨੀ ਲੌਂਡਰਿੰਗ ਦੀ ਗੱਲ ਤੁਰੀ। ਜਦ 17 ਚ ਬਹਿੰਦਿਆਂ ਸਾਰ ਹੀ ਬੀਸੀ ਦੀ NDP ਸਰਕਾਰ ਨੇ DVDB ਦੇ ਥੱਲੇ ਮੇਜਰ ਰਿਫੋਰਮ ਲਿਆਉਣ ਦੀ ਗੱਲ ਕੀਤੀ। ਡਾਕਟਰ ਪੀਟਰ ਜਰਮਨ ਨੂੰ ਇੱਕ ਰਿਪੋਰਟ ਲੈਣ ਲਈ ਦਿੱਤੀ, ਜਿਨ੍ਹਾਂ ਨੇ ਕਿਤਾਬਾਂ ਵੀ ਛਾਪੀਆਂ ਨੇ, ਉਹ ਪੜ੍ਹਨ ਵਾਲੀਆਂ ਨੇ ਉਹ। ਔਰ ਇਹੀ ਸ਼ਹਿਰ, ਇਹੀ ਸੂਬਾ, ਇਹਦੇ ਚ ਧੜਾ ਧੜਾ ਆ ਰਹੀ ਕਮਾਈ ਤੇ 2-2 ਲੱਖ ਦੀਆਂ ਪ੍ਰੋਪਰਟੀਆਂ ਜਾਂ 15-15 ਲੱਖ ਦੀਆਂ ਹੋਈਆਂ, ਸੂਬਾ ਸਰਕਾਰ ਜਾ ਕੇ ਪਹਿਲੀ ਲਿਬਰਲ ਦੇ ਸਮੇਂ ਦੀ ਜਾ ਕੇ ਚਾਈਨਾ ਦੇ ਵਿੱਚ ਓਪਨ ਹਾਊਸ ਲਾ ਰਹੀ ਹੈ। ਗੋਲਡਨ ਕੈਂਬਲ ਜਦ ਤੋਂ ਲੈ ਕੇ ਕ੍ਰਿਸਟੀ ਕਲਾਰਕ ਤੱਕ ਬਾਹਾਂ ਖੋਲ ਕੇ ਉਹਨਾਂ ਨੇ ਇਨਵੈਸਟਰ ਜਿਹੜੇ ਸੱਦੇ। 1993 ਦੀ ਇਹ ਗੱਲ ਹੈ, ਪਰ ਇਹ ਮਨੀ ਜਿਹੜੀ ਹੈ ਇਹ ਕਿਵੇਂ ਆਉਂਦੀ, ਇਹ ਕਿੱਥੇ ਦੀ ਆਉਂਦੀ ਹੈ? ਇਹ ਇਕੱਲੀ ਮਨੀ ਲੌਂਡਰਿੰਗ ਦੀ ਨਹੀਂ, ਹੋਰ ਵੀ ਜਿਹੜੀ ਸਕੀਮ ਆ, ਫਿਸ਼ਿੰਗ ਈਮੇਲ ਦੀ ਹੈ, ਜਿਹੜੇ ਸਟਾਕ ਦਾ ਫਰਾਡ ਹੈ ਜਾਂ ਕਿਤੇ ਹੋਰ ਫਰਾਡ ਕਰਕੇ ਜਿਹੜਾ ਪੈਸਾ ਜਾਣਾ ਹੈ ਮਿਲੀਅਨਸ ਆਫ ਡਾਲਰ, ਉਹ ਵਾਈਟ ਕਿਵੇਂ ਹੋਣਾ? BC ਸਰਕਾਰ ਨੇ ਦੱਸਿਆ ਕਿ 2018 ਦੇ ਵਿੱਚ $5 ਅਰਬ 2018 ਚ BC ਦੀ ਰੀਅਲ ਅਸਟੇਟ ਚ ਆਇਆ ਤੇ ਇਹ ਮਾਡਲ ਉਹਨਾਂ ਨੇ ਸੈੱਟ ਕੀਤਾ, ਡਾਟਾ ਕੱਢਿਆ ਮਨੀ ਲੌਂਡਰਿੰਗ ਦਾ। ਤੇ ਵੈਨਕੂਵਰ ਦਾ ਲੋਇਰ ਜਿਹੜਾ ਗਾਰਥ ਇਵਾਨਸ ਲਿਖਦਾ ਹੈ ਪੋਸਟ ਮੀਡੀਆ ਨੂੰ, ਉਹ ਕਹਿੰਦਾ ਲੋਇਰਸ ਤੇ ਬੈਂਕਾਂ ਜਿਹੜੀਆਂ ਨੇ ਉਹ ਅਮਾਊਂਟ, ਲਾਰਜ ਅਮਾਊਂਟ ਦਾ ਕੈਸ਼ ਨਹੀਂ ਲੈਂਦੀਆਂ, ਪਰ ਇਹ ਮਿਲੀਅਨਸ ਆਫ ਡਾਲਰ ਫਿਰ ਇਹ ਕਿਵੇਂ ਆਉਂਦੇ ਆ? ਲੋਕ ਇਸ ਤਰ੍ਹਾਂ ਜਿਹੜਾ ਸੋਚਦੇ ਆ ਕਿ ਬੈਂਕਾਂ ਦੇ ਬੈਗ ਭਰ ਕੇ ਬੈਂਕਾਂ ਜਾਂਦੇ ਆ, ਉਹ ਨਹੀਂ ਹੈ। ਕਿਉਂਕਿ 10,000 ਦੇ ਟ੍ਰਾਂਜੈਕਸ਼ਨ ਦੀ ਕੈਸ਼ ਦੀ ਹੁਣ ਸਿੰਟਰੈਕ ਨੂੰ ਜਿਹੜੀ ਇਨਫੋਰਮੇਸ਼ਨ ਜਾਂਦੀ ਹੈ, ਜਿਹੜੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਨੂੰ ਮੋਨੀਟਰ ਕਰਦੀ ਹੈ ਕੈਨੇਡਾ ਦੇ ਵਿੱਚ। ਤੇ ਇਹ ਬਹੁਤ ਵੱਡਾ ਸਵਾਲ ਰਿਹਾ ਜਿਹੜਾ ਜੌਨ ਹਾਰਗਨ ਦੀ BC ਦੀ NDP ਸਰਕਾਰ ਨੇ ਅਗਲੇ ਸਾਲ ਇਹਦੇ ਐਵੀਡੈਂਸ ਤੁਹਾਨੂੰ ਦੇਣੇ ਸ਼ੁਰੂ ਕਰਨੇ ਨੇ 2020 ਦੇ ਵਿੱਚ, ਸਾਰੀ ਉਹ ਰਿਪੋਰਟ ਤੇ ਕੀ ਇਹਦੇ ਵਿੱਚ ਲੱਭਿਆ। ਇਹਦੇ ਚ ਪੋਸਟ ਮੀਡੀਆ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ, ਵੈਨਕੂਵਰ ਸਨ ਤੇ ਪ੍ਰੋਵਿੰਸ ਦੇ ਇਸ ਗਰੁੱਪ ਨੇ 12 ਕੇਸ ਪਿਛਲੇ 30 ਸਾਲਾਂ ਚ, ਜਿਹ ਚ ਰਿਚਮੰਡ ਦੀ ਇਹ ਹੈਸ਼ ਬਸਟ ਹੈ, ਤੇ ਉਹਦੇ ਬਾਅਦ ਫਾਈਨੈਂਸ਼ੀਅਲ ਸਿਸਟਮ ਕਿਵੇਂ ਆਪਰੇਟ ਕਰਦਾ, ਕਿਵੇਂ ਪੈਸੇ ਜਾਂਦੇ ਆ, ਤੇ ਜਿਹਦੇ ਵਿੱਚ ਅਮਰੀਕਾ ਤੇ ਕੈਨੇਡਾ ਦੀਆਂ ਹਜ਼ਾਰਾਂ ਹੀ ਜਿਹੜੇ ਸਫ਼ੇ ਨੇ ਅਦਾਲਤਾਂ ਦੇ ਉਹਨਾਂ ਨੇ ਪੜ੍ਹੇ ਨੇ, BC ਦੀ ਪ੍ਰੋਪਰਟੀ ਤੇ ਕਾਰਪੋਰੇਟ ਰੈਕਰਡ ਨੇ, ਤੇ ਇਹਨਾਂ ਦੀ ਆਪਣੇ ਆਰਕਾਈਵ ਦੇ ਵਿੱਚੋਂ ਖ਼ਬਰਾਂ ਨੇ, ਉਹਨਾਂ ਨੂੰ ਕੱਢ ਕੇ ਇਹ ਜਿਹੜੀ ਖ਼ਬਰ ਤੁਹਾਡੇ ਤੱਕ ਉਹਨਾਂ ਨੇ ਲੈ ਕੇ ਆਉਂਦੀ ਹੈ। ਆਪਰੇਟ ਕਿਵੇਂ ਕਰਦੇ, ਪੈਸਾ ਘੁੰਮਦਾ ਕਿਵੇਂ ਆ, ਕੇਸ ਜਿਹੜੇ ਨੇ ਵੱਡੇ ਛੋਟੇ ਨੇ, ਡੋਮੈਸਟਿਕ ਨੇ, ਇੱਥੇ ਦੇ ਨੇ ਜਾਂ ਇੰਟਰਨੈਸ਼ਨਲ ਨੇ, ਪਰ ਪਤਾ ਲੱਗ ਸਕਦਾ ਕਿ ਮਨੀ ਲੌਂਡਰਿੰਗ ਹੁੰਦੀ ਕਿਵੇਂ ਆ। ਵੱਡੇ ਮਨੀ ਲੌਂਡਰਿੰਗ ਦੇ ਕੇਸ ਕੀ ਨੇ? ਅੰਡਰਗਰਾਊਂਡ ਜਿਹੜੀ ਬੈਂਕ ਫੜੀ ਸੀ ਨਾ ਸਿਲਵਰ ਇੰਟਰਨੈਸ਼ਨਲ ਰਿਚਮੰਡ ਚ, ਉਹਨੇ $220 ਮਿਲੀਅਨ ਇੱਕ ਸਾਲ ਦੇ, ਜਿਹਦੇ ਚ ਜ਼ਿਆਦਾਤਰ ਡਰੱਗ ਮਨੀ ਆ ਉਹ ਵਾਈਟ ਕੀਤੇ ਨੇ, $220 ਮਿਲੀਅਨ ਇੱਕ ਸਾਲ ਚ। ਔਰ ਸ਼ਰੇਆਮ ਉਹਦੇ ਤੇ ਛਾਪਾ ਮਾਰਿਆ, ਫੜਿਆ, ਕੇਸ ਨਹੀਂ ਪ੍ਰਸੀਵ ਕਰ ਸਕੇ ਕਿਉਂਕਿ RCMP ਕੁਛ ਐਵੀਡੈਂਸ ਤੇ ਇੱਧਰ ਤੇ ਉੱਧਰ, ਉਹ ਕੇਸ ਨਹੀਂ ਚੱਲ ਸਕਿਆ ਕਿਉਂਕਿ ਇੱਥੇ ਬੜਾ ਇਹ ਇਸ਼ੂ ਆ ਜੀ, ਇਹ ਚਾਰਜ ਸਟੇ ਹੋ ਗਏ ਜੀ, ਇਹ ਤਾਂ ਕੇਸ ਦੇ ਵਿੱਚ ਵਿਟਨਸਾਂ ਨੇ ਆਹ ਕਰ ਦਿੱਤਾ ਤੇ ਆਹ ਕਰ ਦਿੱਤਾ ਤੇ ਇਹ ਇਹਦੇ ਸਬੂਤ ਨਹੀਂ ਮਿਲੇ। ਸਮਾਂ ਬਹੁਤ ਅਲੱਗ ਕਿਸਮ ਦਾ ਸਾਡਾ ਜੁਡੀਸ਼ਰੀ ਸਿਸਟਮ ਹੈ ਤੇ ਇਹ ਜਿਹੜਾ ਮਨੀ ਲੌਂਡਰਿੰਗ ਹੈ ਉਹਦੇ ਵਿੱਚ
ਕੈਸ਼ ਜਿਹੜਾ ਬੈਂਕਾਂ ਚ ਰੱਖ ਕੇ ਉਹਨਾਂ ਤੋਂ ਡਰਾਫਟ ਲੈਣੇ, ਲੋਟਰੀ ਸਕੀਮ ਦੇ ਨਾਲ ਜਿਹਨਾਂ ਨੇ ਵਿਨਿੰਗ ਟਿਕਟਸ ਛਾਪਣੀਆਂ ਨੇ ਵੀ ਇਹਨੂੰ 2 ਮਿਲੀਅਨ ਮਿਲ ਗਿਆ, ਇਹ ਮਿਲ ਗਿਆ, ਤੇ ਉਹਦੇ ਬਾਅਦ ਸੂਟਕੇਸਾਂ ਦੇ ਸੂਟਕੇਸ ਭਰ ਕੇ ਵੈਨਕੂਵਰ ਦੇ ਵਿੱਚੋਂ, ਵੈਨਕੂਵਰ ਦੇ ਏਅਰਪੋਰਟ ਤੋਂ ਤੇ ਟੋਰਾਂਟੋ ਦੇ ਏਅਰਪੋਰਟ ਦੇ ਵਿੱਚੋਂ ਫਲਾਈ ਬਾਹਰ ਨੂੰ ਕਰਨੇ, ਤੇ ਜਾਂ ਫਿਰ ਅੰਡਰਗਰਾਊਂਡ ਬੈਂਕਿੰਗ ਦੇ ਵਿੱਚ ਸ਼ੈਲ ਕੰਪਨੀਆਂ ਬਣਾਉਣੀਆਂ, ਨੋਮੀਨੀ ਉਹਦੇ ਡਾਇਰੈਕਟਰ ਬਣਾਉਣੇ, ਟਰੂ ਓਨਰ ਨੇ ਜਿਹੜੇ ਉਹ ਨਹੀਂ ਕਦੇ ਲੱਭਣੇ। ਸ਼ੈਲ ਕੰਪਨੀਆਂ ਮੰਨ ਲਓ ਬਹਾਮਾ ਚ ਬਣਾਤੀ, ਉਹਦੇ ਬਾਅਦ ਜਮੇਕਾ ਚ ਬਣਾਤੀ, ਟ੍ਰਿਨੀਡੈਡ ਟੋਬੈਗੋ ਚ ਬਣਾਤੀ, ਹੋਰ ਜਿਹੜੀਆਂ ਆਈਲੈਂਡਸ ਨੇ ਉੱਥੇ ਬ੍ਰਿਟਿਸ਼ ਵਰਜਨ ਆਈਲੈਂਡ ਤੇ ਬਣਾਤੀ, ਉਹ ਬੰਦੇ ਹੋਰ ਨੇ, ਨੌ ਹੋਰ ਹੈ, ਸ਼ੈਲ ਕੰਪਨੀਆਂ ਹੋਰ ਨੇ। ਗਬਲੇ ਬੰਦੇ ਨੂੰ ਕਿਸੇ ਨੂੰ ਕਹਿਤਾ ਸਾਲ ਦਾ 2 ਲੱਖ ਦੇਵਾਂਗੇ ਤੈਨੂੰ, ਤੂੰ ਆਪਣਾ ਨਾਂ ਲਿਖਾਏ ਦਿੱਤੇ, ਬੰਦੇ ਫਸ ਜਾਂਦੇ। ਤੇ ਜਿਹੜੇ ਸਟਾਕ ਫਰਾਡ ਬੈਂਕ ਤੇ ਕੰਪਨੀ ਦਾ ਜਿਹੜਾ ਰਲ ਕੇ ਬੈਂਕ ਦੇ ਵੱਡੇ ਇੰਪਲਾਈਜ਼ ਤੋਂ, ਤਾਂ ਹੀ ਮੈਂ ਕਹਿੰਦਾ ਹੁੰਦਾ, ਹੁਣ ਵੀ ਕਹਿੰਦਾ, ਪੰਜਾਬ ਦੇ ਵਿੱਚ ਜਿਹੜੀਆਂ ਐਫਡੀਆਂ ਸ਼ੈਫਡੀਆਂ ਪਈਆਂ ਬੈਂਕਾਂ ਦੇ ਵਿੱਚ ਵਰਿਆਂ ਦੀਆਂ ਪਈਆਂ, ਅਕਾਊਂਟ ਤੁਹਾਡੇ ਫਰੀਜ਼ ਕੀਤੇ ਹੋਏ ਨੇ, ਮੈਨੇਜਰਾਂ ਨੂੰ ਪਤਾ, ਉਹਨਾਂ ਤੇ ਨਿਗਾਹ ਮਾਰ ਲਿਓ ਜਾ ਕੇ ਕਦੇ ਜਾਂਦੇ ਬੈਂਕਾਂ ਚ ਕਰਾ ਕੇ ਜਮਾਂ, ਦਾ 10-10 ਸਾਲ ਇੱਥੇ ਮੁੜਨਾ ਨੀ, ਉੱਥੇ ਫਿਰ ਪਲਾਟ ਵਾਲੀ ਗੱਲ ਹੋਣੀ ਹੈ, ਕਹਿੰਦਾ ਇੱਥੇ ਕੋਠੀ ਥੱਲੇ ਨਾ ਆ ਗਿਆ ਹੋਵੇ। ਬਹੁਤ ਵੱਡੇ ਫਰਾਡ ਉੱਥੇ ਵੀ ਹੋ ਰਹੇ ਨੇ, ਕਿਉਂਕਿ ਬੈਂਕਾਂ ਨੂੰ ਕੋਈ ਨੀ ਉੱਥੇ ਪੁੱਛ ਰਿਹਾ, ਬੈਂਕਾਂ ਕੋਈ ਮਰਜ ਹੋ ਰਹੀ ਹੈ, ਕੋਈ ਕਿਤੇ ਹੋ ਰਹੀ ਹੈ। ਪੰਜਾਬ ਬੈਂਕ ਦੇ ਵਿੱਚ ਲੋਕਾਂ ਨੇ ਬੜੇ ਪੈਸੇ ਫਸੇ ਮੁੱਚ ਕੇ, ਮੁੜ ਕੇ HDFC ਚ ਵੜ ਗਈ ਤੇ ਲੱਭਦਾ ਹੀ ਨੀ ਉੱਥੇ ਕੁਛ। ਤੇ ਉਹ ਠੱਗਾਂ ਨੂੰ ਜਿਹੜੇ ਉੱਥੇ ਬੈਠੇ ਨੇ, ਬਾਬੂਗਿਰੀ ਜਿਹੜਾ ਤਬਕਾ, ਉਹਨਾਂ ਨੂੰ ਪਤਾ ਵੀ ਕਿਹੜੇ ਬੰਦੇ ਦਾ ਕਿੰਨਾ ਪੈਸਾ ਪਿਆ ਤੇ ਆ ਪਿਆ, ਤੇ 4 ਸਾਲ ਹੋ ਗਏ ਟ੍ਰਾਂਜੈਕਸ਼ਨ ਨਹੀਂ ਹੋਈ, ਤੇ ਕਦੇ ਵੀ ਉੱਥੇ ਬੈਂਕ ਚ ਜੁਆਇੰਟ ਅਕਾਊਂਟ ਨਾ ਕਰਿਓ, ਜੇ ਦੋਨੇ ਜੀ ਜਾਓਗੇ ਤਾਂ ਦੁਆਰਾ ਉਹਨਾਂ ਨੇ ਉਹ ਤੁਹਾਡਾ ਅਕਾਊਂਟ ਤੋੜਨਾ ਨਹੀਂ, ਉਹ ਤੋੜਨਾ ਨਹੀਂ ਉਹਨਾਂ ਨੇ, ਜੇ ਇੱਕ ਦਿਨ ਆਉਣਾ ਤਾਂ ਤੁਰਪੂ ਤੁਸੀਂ ਜਾਓਗੇ, ਜੇ ਤੁਹਾਡੇ ਨਾਲ ਜੁਆਇੰਟ ਅਕਾਊਂਟ ਆ ਦੋਨਾਂ ਨੂੰ ਜਾਣਾ ਪੈਣਾ ਬੈਂਕ ਚ। ਉਹਦੇ ਲਈ ਫਿਰ ਜਾ ਕੇ ਗਿਆ ਤੇ ਉਹ ਪਤਾ ਨੀ ਆਧਾਰ ਕਾਰਡ ਮੰਗ ਲੈਣ, ਪੈਨ ਕਾਰਡ ਮੰਗ ਲੈਣ, ਪਤਾ ਨੀ ਕੀ ਕੁਛ ਮੰਗ ਲੈਣ, ਉਹਨਾਂ ਦੀ ਮਰਜ਼ੀ ਹੈ। 1 ਮਹੀਨੇ ਤੁਹਾਨੂੰ ਗੇੜ ਚ ਪਾ ਕੇ ਮੁੜ ਕੇ 10-20 ਲੱਖ ਜਿਹੜਾ ਉਹਨਾਂ ਦਾ ਪਿਆ, ਉਹਨਾਂ ਨੂੰ ਪਤਾ, ਉਹ ਉੱਥੋਂ ਚੱਕ ਜਾਣ, ਉਹਦੇ ਅਗੇਂਸਟ ਕਿਸੇ ਨੂੰ ਲੋਨ ਦੇ ਦੇਣ, ਕਿਹਨੇ ਪੁੱਛਣਾ ਉੱਥੇ ਕੀ ਲੱਭਣਾ। ਇੱਥੇ ਨੂੰ ਆਈਏ ਫਿਰ, ਇਹਦੇ ਵਿੱਚ ਬੈਂਕਾਂ ਤੇ ਕੰਪਨੀਆਂ ਦੀ ਸਾਂਝਗਿਰੀ, ਫਿਸ਼ਿੰਗ, ਈਮੇਲ ਫਰਾਡ ਜਿਹੜੇ ਡਰੱਗ ਟ੍ਰੈਫਿਕਰ ਨੇ, ਤੇ ਉਹਦੇ ਬਾਅਦ ਕ੍ਰਿਪਟੋ ਕਰੰਸੀ ਵਾਲਾ ਚੱਕਰ ਜਿਹੜਾ ਬਿਟਕੋਇਨ ਵਾਲਾ ਪਿਆ ਹੈ। ਇਹ $2 ਅਰਬ ਦਾ ਜਿਹੜਾ ਉਹਨਾਂ ਨੇ ਸਿਸਟਮ ਇਹਨਾਂ ਨੇ ਚੈੱਕ ਕੀਤਾ, ਤੇ $100 ਮਿਲੀਅਨ ਇਹਦੇ ਵਿੱਚੋਂ ਰੀਅਲ ਅਸਟੇਟ ਦੇ ਵਿੱਚ ਪਤਾ ਲੱਗਿਆ। ਕੈਨੇਡਾ ਦਾ ਜਿਹੜਾ ਫਾਈਨੈਂਸ਼ੀਅਲ ਇੰਟੈਲੀਜੈਂਸ ਗੈਦਰਿੰਗ ਏਜੰਸੀ ਦਾ ਫਾਰਮਰ ਡਿਪਟੀ ਡਾਇਰੈਕਟਰ ਹੈ ਡੈਨਿਸ ਮੇਨਰ, ਉਸਨੇ ਦੱਸਿਆ ਕਿ ਜਿਹੜੇ 12 ਦੇ ਕਰੀਬ ਇਹਨਾਂ ਨੇ ਕੇਸ ਲੱਭੇ, ਉਹ ਕਹਿੰਦੇ ਇਹ ਨਹੀਂ ਮਤਲਬ ਡਰੱਗ, ਇਹ ਡਰੱਗ ਦੀ ਹੈ, ਇਹ ਫਰਾਡ ਦੀ ਹੈ, ਪੰਪ ਐਂਡ ਡੰਪ ਸਕੀਮ ਹੈ। ਜਦ ਇਹ ਡਲਟੀ ਹੈ ਤੇ ਸੋਰਸ ਇਹਦਾ ਇਲੀਗਲ ਆ, ਫਿਰ ਉਹਨਾਂ ਨੇ ਇਹ ਪੈਸੇ ਜਿਹੜੇ ਨੇ ਲੁਕਾਉਣੇ। ਤੇ ਇਹ ਬੰਦਾ ਕੈਨੇਡਾ ਰੈਵਨਿਊ ਏਜੰਸੀ ਚ ਕ੍ਰਿਮੀਨਲ ਇਨਵੈਸਟੀਗੇਸ਼ਨ ਦਾ ਡਾਇਰੈਕਟਰ ਜਨਰਲ ਵੀ ਰਿਹਾ। ਤੇ ਉਹ ਕਹਿੰਦਾ ਵੀ ਰੀਅਲ ਅਸਟੇਟ ਯੂਜ਼ ਹੋਈ ਆ, ਯੂਜ਼ ਹੋ ਰਹੀ ਹੈ ਤੇ ਯੂਜ਼ ਹੋਵੇਗੀ। ਹੁਣ ਇਹ ਯੂਜ਼ ਕਿਵੇਂ ਹੁੰਦੀ ਆ, ਰੀਅਲ ਅਸਟੇਟ ਉਹ ਕਹਿੰਦੇ ਕਿਵੇਂ ਖਰੀਦਦੇ, ਮੈਟਰੋ ਵੈਨਕੂਵਰ ਚ, ਵਿਸਲਰ ਚ, ਕਲੋਨਾ ਚ ਪ੍ਰੋਪਰਟੀਆਂ, ਤੇ ਇਹਦੇ ਵਿੱਚ 20 ਕੰਟਰੀਆਂ ਤੇ ਟੈਰੀਟਰੀਜ਼ ਇਨਵੋਲਵ ਨੇ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਪਾਕਿਸਤਾਨ, ਇੰਡੀਆ, ਜਪਾਨ, ਨਿਊਜ਼ੀਲੈਂਡ, ਤਾਇਵਾਨ, ਮੈਕਸੀਕੋ, ਚਾਈਨਾ, ਹਾਂਗਕਾਂਗ, ਬਹਾਮਸ, ਸਿੰਗਾਪੁਰ, ਬਹਿਰੀਨ, ਪੈਨਾਮਾ, ਬਲੀਜ਼, UK, ਮੌਰੀਸ਼ੀਅਸ, ਮਾਲਟਾ, UAE, ਸਵਿਟਜ਼ਰਲੈਂਡ ਤੇ ਜਰਮਨੀ ਜਿਹੜੇ ਕੇਸ ਲੱਭੇ ਆ। ਮੇਜਰ ਬੈਂਕਾਂ ਇਹਦੇ ਚ ਇਨਵੋਲਵ ਨੇ ਜਿਨ੍ਹਾਂ ਨੇ ਮਨੀ ਜਿਹੜੀ ਮੂਵ ਕੀਤੀ, ਲੈ ਕੇ ਆਉਂਦੀ, ਲੀਗਲੀ ਐਸਟੈਬਲਿਸ਼ ਅਕਾਊਂਟ ਕੀਤੇ ਤੇ ਕੰਪਨੀਆਂ ਦੇ ਨਾਂ ਲੀਗਲੀ ਐਸਟੈਬਲਿਸ਼ ਕੀਤੇ। 12 ਕੇਸਾਂ ਦੇ ਵਿੱਚ ਮਨੀ ਜਿਹੜੀ 30 ਬੈਂਕਾਂ ਰਾਹੀਂ ਆਈ ਹੈ, ਉਹ ਚ ਮੇਜਰ ਬੈਂਕਾਂ ਕੈਨੇਡਾ ਦੀਆਂ CIBC, ਰੋਇਲ ਬੈਂਕ, ਬੈਂਕ ਆਫ ਮੌਂਟਰੀਅਲ, TD ਤੇ ਬੈਂਕ ਆਫ ਨੋਵਾ ਸਕੋਸ਼ੀਆ। ਉਹਦੇ ਬਾਅਦ ਹੋਰ ਜਿਹੜੀਆਂ ਮੇਜਰ ਬੈਂਕਾਂ ਬਾਹਰਲੀਆਂ ਨੇ, HSBC, ਦਾ ਬੈਂਕ ਆਫ ਚਾਈਨਾ, ਦਾ ਇੰਡਸਟਰੀਅਲ ਐਂਡ ਕਮਰਸ਼ੀਅਲ ਬੈਂਕ ਆਫ ਚਾਈਨਾ, ਕ੍ਰੈਡਿਟ ਸਵਿਸ, ਕ੍ਰੈਡਿਟ
ਡਾਇਨੈਸ, ਸਿਟੀ ਬੈਂਕ, ਵੈਲਸ ਫਾਰਗੋ, DBS ਬੈਂਕ, ਬਾਰਕਲੇ ਬੈਂਕ ਤੇ ਡੱਚ ਪੋਸਟ ਬੈਂਕ, ਇਹ ਬਾਹਰਲੀਆਂ ਬੈਂਕਾਂ ਨੇ। ਹੁਣ ਇਹਦੇ ਚ ਗੱਲ ਕਿੱਥੋਂ ਤੁਰਦੀ ਹੈ ਕਿ ਇੱਕ ਕਲੌਡ ਡਿਬੌਕ ਨਾਂ ਦਾ ਇੱਕ ਬਹੁਤ ਵੱਡਾ ਬੰਦਾ, ਗੈਂਗਸਟਰ ਕਹਿ ਦੋ ਜਾਂ ਜਿਹੜੇ ਹਸ਼ੀਸ਼ ਦੀ ਜਿਹੜੀ ਸ਼ਿਪਮੈਂਟ ਕਰਦਾ ਸੀ, ਜਿਹਦਾ 1993 ਚ ਉਹਦੀ ਖੇਪ ਫੜੀ ਗਈ, ਹੁਣ ਜੇਲ੍ਹ 'ਚ ਬੈਠਾ ਅਮਰੀਕਾ ਦੇ ਵਿੱਚ, ਉਹਦੀ ਜਾਇਦਾਦ ਵਗੈਰਾ ਲੈ ਲਈ, 70 ਵਰਿਆਂ ਦਾ ਹੋ ਗਿਆ। ਉਹਦਾ ਗਲੋਬਲ ਕੈਪੀਟਲ ਸੀ ਜਿਹੜਾ ਸਿੱਧੀ ਹਸ਼ੀਸ਼ ਪਾਕਿਸਤਾਨ ਤੋਂ ਕੈਨੇਡਾ ਤੇ ਅਮਰੀਕਾ ਤੇ ਆਸਟ੍ਰੇਲੀਆ ਲੈ ਕੇ ਆਉਂਦਾ ਸੀ। ਉਹਦੇ ਕੋਲ ਉਹਦੇ ਕੋਰੀਅਰਸ ਨੇ ਕੈਸ਼ ਜਿਹੜਾ ਕੈਨੇਡਾ ਤੋਂ ਯੂਰਪ ਤੇ ਸਿੰਗਾਪੁਰ ਸਿੱਧਾ ਜਿਹੜਾ ਉਹ ਭੇਜਿਆ ਕੈਸ਼, ਸੂਟਕੇਸਾਂ ਦੇ ਸੂਟਕੇਸ ਭਰ ਕੇ ਵੈਨਕੂਵਰ ਤੇ ਮੌਂਟਰੀਅਲ ਤੋਂ ਫਲਾਈਟਾਂ। ਇੱਕ ਕੋਰੀਅਰ ਨੇ ਅਬਾਊਟ $80 million ਕੈਨੇਡਾ ਦੇ ਵਿੱਚੋਂ ਬਾਹਰ ਸ਼ਿਪ ਕੀਤਾ 39 ਅਲੱਗ ਅਲੱਗ ਟ੍ਰਿਪਾਂ ਦੇ ਵਿੱਚ, ਤੇ ਬਹਿਰੀਨ ਦੇ ਵਿੱਚ, ਹਾਂਗਕਾਂਗ ਦੇ ਵਿੱਚ ਵੀ ਇਸ ਨੇ ਬੰਦੇ ਨੇ ਇਹ ਕਿਰਾਇਆ, ਇਹਦੇ ਥੱਲੇ ਬਾਕੀ ਕੰਮ ਕਰਦੇ ਸੀ। ਤੇ ਉਸਨੇ ਜਿਹੜੀ ਮਨੀ ਗਲੋਬਲੀ ਮੂਵ ਕੀਤੀ ਤਾਂ ਜਿਹੜੇ ਵਾਪਸ BC ਚ ਆਈ ਉਹ 5 million ਦੀ ਇੱਕ ਬੋਗਸ ਕੰਪਨੀ ਬਹਿਰੀਨ ਦੇ ਵਿੱਚ ਬਣਾਈ, ਜਿਹਦਾ ਨਾਂ ਅਰਬ ਲੰਬਰ ਪ੍ਰੋਡਕਟ ਸੀ, ਤੇ ਉਹਦਾ ਅੱਗੇ ਕੋਸਟਲ ਫੋਰੈਸਟ ਪ੍ਰੋਡਕਟ ਉਹਦਾ ਨਾਂ ਸੀ। ਉਹਦੇ ਬਾਅਦ ਸ਼ਿਪਸ ਤੇ ਬਾਜ ਉਸਨੇ ਬਣਾਏ ਹੋਏ ਸੀ ਡਰੱਗ ਟਰਾਂਸਪੋਰਟ ਕਰਨ ਲਈ, ਤੇ ਰਿਚਮੰਡ ਬ੍ਰਾਂਚ CIBC ਦੇ ਵਿੱਚ ਮਨੀ ਬਹਿਰੀਨ ਤੋਂ ਮੁੜ ਕੇ $5 million। ਤੇ ਜਿਹੜਾ ਉਹਦਾ ਪ੍ਰੋਫਿਟ ਵੀ ਹੁੰਦਾ ਸੀ, ਉਹਦੇ ਬਾਅਦ ਘਰ ਜਿਹੜੇ ਬਣਾਏ ਗਏ ਵੈਨਕੂਵਰ ਆਈਲੈਂਡ ਤੇ ਸਨਸ਼ਨ ਕੋਸਟ ਤੇ। ਹੁਣ ਇਹਦੇ ਵਿੱਚ ਜਿਹੜਾ ਬੰਦਾ ਮਿਚਲ ਆਈਲੈਂਡ ਤੇ ਫੜਿਆ ਸੀ ਹਸ਼ੀਸ਼ ਦਾ ਜਿਹੜਾ ਉਹਦਾ ਹਿੱਸਾ ਸੀ, ਉਹਨੇ ਇਹ ਜਿਹੜੀਆਂ ਸਿੱਧੀਆਂ ਬੈਂਕਾਂ ਦੇ ਵਿੱਚ ਵੀ 1993-94 ਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਸੀ ਸਿਸਟਮ ਕਰਦਾ, ਉਹਨੇ ਲੋਟਰੀ ਟੈਕਸ ਸਕੀਮ ਵੀ ਕੀਤੀ। ਅੱਜ ਤੋਂ ਮਤਲਬ ਤੁਸੀਂ 93 ਦੀ ਇਹ ਗੱਲ ਹੈ, 25-26 ਸਾਲ ਪਹਿਲਾਂ ਮਨੀ ਲਾਂਡਰਿੰਗ ਬਰਡਨ ਦੇ ਕੇਸ ਦੀ ਰਸ ਲੈਫਲਰ ਜਿਹੜਾ ਉਸਨੇ ਇਨਵੈਸਟੀਗੇਟ ਕੀਤੀ 90 ਦੇ ਵਿੱਚ, ਤੇ ਉਹ ਕਹਿੰਦਾ ਵੀ ਮੈਨੂੰ ਯਾਦ ਹੈ ਕਿ ਜਦ ਇਸਨੇ ਕੈਸ਼ ਬੈਂਕ ਜਿਹੜੀ ਕੈਸ਼ ਡਿਪੋਜ਼ਿਟ ਕੀਤੇ ਬੈਂਕਾਂ ਦੇ ਵਿੱਚ ਤੇ ਕਿੰਗਸਬੇ ਦੀਆਂ ਆਲੇ ਦੁਆਲੇ ਦੀਆਂ ਬੈਂਕਾਂ ਤੇ, ਤੇ ਉਹ ਕਰਦਾ ਰਿਹਾ ਜਮ੍ਹਾਂ ਕਰਾਉਂਦਾ ਰਿਹਾ ਤੇ ਜਾਣਾ ਤੇ ਬੈਂਕ ਡਰਾਫਟ ਲੈ ਕੇ ਵਾਪਸ ਆ ਜਾਣਾ। ਲੋਟਰੀ ਸਕੀਮ ਵੀ ਇਸ ਤਰ੍ਹਾਂ ਹੀ, ਉਹਨਾਂ ਅਖੀਰ ਆਮ ਬੰਦੇ ਲੱਭ ਲੈਣੇ ਨੇ ਜਿਹਨਾਂ ਨੇ ਕੈਸ਼ ਕਰਾਉਣੀਆਂ ਵਿਨਿੰਗ ਟਿਕਟਸ, ਤੇ ਜਦ ਇਸ ਬਰਡਨ ਦਾ ਘਰ ਉਹਨਾਂ ਨੇ ਪੁਲਿਸ ਨੇ ਰੇਡ ਕੀਤਾ ਤੇ ਬਹਾਮਸ ਦੇ ਵਿੱਚ ਟੈਪਾਈ ਟ੍ਰੇਡਿੰਗ ਕਾਰਪੋਰੇਸ਼ਨ ਦਾ ਆਉਂਦੇ ਹੀ ਇੱਕ ਉਹਨੇ ਵਿਨਿੰਗ ਟਿਕਟ ਜਿਹੜੀ ਮਨੀ ਜਮ੍ਹਾਂ ਹੋਈ 5 lakh ਦੀ ਇੱਕ ਲੋਟਰੀ ਦੀ ਵਿਨਿੰਗ ਟਿਕਟ ਉਹਦੇ 'ਚ ਲੱਭੀ। ਸੋ ਵੀ ਜਿਹੜਾ ਹੁਣ ਇਹ ਮਰ ਗਿਆ ਬੰਦਾ, ਉਹਨੂੰ 5 ਦੀ ਸਜ਼ਾ ਹੋਈ ਤੇ 1997 'ਚ ਮਰ ਗਿਆ, ਤੇ ਡਿਬੌਕ ਜਿਹੜਾ ਉਹ ਲਾਈਫ ਜਿਹੜੀ ਉਮਰ ਕੈਦ ਜੇਲ੍ਹ ਦੇ ਵਿੱਚ ਕੱਢ ਰਿਹਾ। ਵਪਾਰਕ ਸੰਦੇਸ਼ਾਂ ਤੋਂ ਬਾਅਦ ਹੁਣ ਬੈਂਕਾਂ ਕਿਵੇਂ ਘੁਮਾਉਂਦੀਆਂ ਇਹ ਮੈਂ ਤੁਹਾਨੂੰ ਦੱਸਦਾ ਵਪਾਰਕ ਸੰਦੇਸ਼ਾਂ ਤੋਂ ਬਾਅਦ। 2 ਦੇ ਇਸ ਧੰਦੇ ਦੇ ਵਿੱਚ ਇਹ ਕਦੇ ਡਰੱਗ ਦੀ ਮਨੀ ਨਹੀਂ ਹੈ, ਫਰਾਡਸਟਰ ਦੀ ਮਨੀ ਜਾਂ ਕਿਤੇ ਧੋਖਾ ਕੀਤਾ ਉਹਦੀ ਮਨੀ ਤੇ ਜਾਂ ਕੁਛ ਵੀ, ਇੱਥੇ ਹੁਣ ਵੀ ਜਿਹੜਾ 2 ਦਾ ਪੈਸਾ, ਮੰਨ ਲਓ 2 ਦਾ ਜਿਹੜਾ ਕੈਸ਼ ਹੈ, ਵੈਨਕੂਵਰ ਮਾਡਲ ਬਹੁਤ ਪ੍ਰਸਿੱਧ ਹੋਇਆ ਦੁਨੀਆ ਦੇ ਵਿੱਚ। ਕਾਰਨ ਕੀ? ਰੂਲ ਕੋਈ ਨਹੀਂ, ਸਰਕਾਰਾਂ ਖੁੱਲੇ ਹੱਥਾਂ ਨਾਲ ਤੁਹਾਨੂੰ ਸੱਦ ਰਹੀਆਂ ਨੇ, ਪਹਿਲੀਆਂ ਸਰਕਾਰਾਂ ਦੇ ਵਿੱਚ ਕਿਸੇ ਨੇ ਪੁੱਛ ਪ੍ਰਤੀਤ ਨਹੀਂ ਕੀਤੀ। ਜਿਹੜੀ ਸਿਲਵਰ ਇੰਟਰਨੈਸ਼ਨਲ ਅੰਡਰਗਰਾਊਂਡ ਰਿਚਮੰਡ ਬੈਂਕ ਹੈ, ਜਿਸ ਦੀਆਂ ਫੋਟੋਆਂ ਛਪੀਆਂ ਨੇ ਕਿ ਨੋਟ ਜਿਹੜੇ ਨੇ $20 ਦੇ ਅਕਤੂਬਰ 2015 ਦੀ RCMP ਦੀ IE ਪਾਇਰੇਟ ਇਨਵੈਸਟੀਗੇਸ਼ਨ ਹੈ, ਜਿਹੜੀ ਸਿਲਵਰ ਇੰਟਰਨੈਸ਼ਨਲ ਦੀ ਰਿਚਮੰਡ ਬੈਂਕ ਦੇ ਵਿੱਚ ਵੈਂਡਿੰਗ ਮਸ਼ੀਨ ਭਰੀ ਹੋਈ ਨੋਟਾਂ ਦੀ ਦਿਖਾਈ ਹੈ। ਸੋ ਇਹਦੇ ਚ ਜਿਹੜੀ ਵੈਨਕੂਵਰ ਮਾਡਲ ਆ ਬਹੁਤ ਜਿਹੜਾ ਮਸ਼ਹੂਰ ਹੋਇਆ, ਉਹਦੇ ਚ ਕੀ ਹੈ ਕਿ ਪੈਸਾ ਇਕੱਠਾ ਹੋ ਗਿਆ, 20 ਦੇ ਨੋਟ ਹੋ ਗਏ, ਰਬੜ ਬੈਂਡ ਪਾ ਲਏ ਤੇ ਭਰ ਕੇ ਵੱਡੇ ਬੈਗ ਚਾਈਨਾ ਤੋਂ ਜਿਹੜੇ ਬਹੁਤ ਮਸ਼ਹੂਰ ਜੂਏਬਾਜ਼ ਨੇ ਉਹਨਾਂ ਨੂੰ ਸੱਦ ਕੇ ਮੈਟਰੋ ਵੈਨਕੂਵਰ ਦੇ ਕਸੀਨੋਆਂ ਦੇ ਵਿੱਚ ਉਹ ਪੈਸਾ ਗਿਆ। ਕਸੀਨੋਆਂ ਤੋਂ ਫਿਰ ਉਹ ਵਾਇਰ ਮਨੀ ਹੋਈ ਬਾਹਰਲੀਆਂ ਬੈਂਕਾਂ ਦੇ ਵਿੱਚ। ਜਦ ਇੱਕ ਵਾਰ ਵਾਇਰ ਮਨੀ ਹੋ ਗਈ
ਨੋਟਾਂ ਤੋਂ ਬਾਅਦ ਉਹ ਡਿਜੀਟਲ ਮਨੀ ਬਣ ਗਈ, ਉਹਦੇ ਬਾਅਦ ਉਹ ਤੁਹਾਡੀ ਮਨੀ ਬਸ ਫਿਰ ਜਿੱਧਰ ਨੂੰ ਤੁਸੀਂ ਉਹਨੂੰ ਮਰਜ਼ੀ ਲੈ ਜਾਓ। ਉਹਦੇ ਨਾਲ ਉਹਨਾਂ ਨੇ ਕਰਜ਼ੇ ਲਾਏ, ਉਸ ਤੋਂ ਬਾਅਦ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਜਦ ਹੋਲੇ ਗਈ ਉਹ, ਉਹਦੇ ਬਾਅਦ ਉਹ ਪ੍ਰੋਫਿਟ ਬਦੇ ਚਲੇ ਗਈ ਜਿਹੜੇ ਡਰੱਗ ਟ੍ਰੈਫਿਕਰ ਨੇ ਤੇ ਹੋਰ ਆਪਰੇਸ਼ਨ ਦੇ ਲਈ, ਤੇ ਉਹਦੇ ਬਾਅਦ ਉਹ ਘਰਾਂ ਦੇ ਵਿੱਚ ਖਰੀਦੋ ਕਿਉਂਕਿ ਵਾਇਰ ਵਾਲੀ ਮਨੀ ਜਦ ਫੇਰ ਲੋਅਰ ਦੇ ਅਕਾਊਂਟ ਚ ਗਈ ਤਾਂ ਲੋਅਰ ਨੇ ਚੱਕ ਕੇ ਉੱਥੋਂ ਜਿਹੜਾ ਕੋਈ ਮਰਜ਼ੀ ਖਰੀਦ ਲਓ। ਓਰੀਜਨ ਹੁਣ ਜਿਹੜਾ ਹੁਣ ਨੈਕਸਟ ਫੇਜ਼ ਦੇ ਵਿੱਚ ਜਾ ਰਹੀ ਹੈ ਸਰਕਾਰ ਕਿੰਨਾ ਕੁ ਕਾਮਯਾਬ ਹੋਊ ਰੱਬ ਜਾਣਦਾ, ਕਿ ਉਹ ਓਰੀਜਨ ਤੇ ਗੱਲ ਕਰ ਰਹੀ ਹੈ। 47 million ਦੀਆਂ ਪ੍ਰੋਪਰਟੀਆਂ ਜਿਹੜੀਆਂ ਲੋਅਰ ਮੇਨਲੈਂਡ ਦੇ ਵਿੱਚ ਇਹਦੇ ਚੋਂ ਖਰੀਦੀਆਂ ਗਈਆਂ, ਜਿਹੜੀਆਂ ਕੁਛ ਕੇਸ ਨੇ ਇਹ ਪੀਟਰ ਜਰਮਨ ਉਹਨਾਂ ਨੇ ਜਿਹਨਾਂ ਨੇ ਇਹ ਤੇ ਕੰਮ ਕੀਤਾ, CMP ਦੇ ਉਹ ਡਿਪਟੀ ਕਮਿਸ਼ਨਰ ਰਿਟਾਇਰ ਹੋਏ ਨੇ, ਨਾਲ ਉਹਨਾਂ ਦੀ ਲਾਅ ਦੇ ਵਿੱਚ PhD ਹੈ। ਉਹ ਕਹਿੰਦੇ ਵੀ ਜਦ ਰੀਅਲ ਸਟੇਟ ਦੀ ਤੁਸੀਂ ਗੱਲ ਕਰਦੇ ਹੋ ਤਾਂ ਤੁਸੀਂ ਮਨੀ ਇਹ ਸੋਚਦੇ ਹੋ ਕਿ ਆਲਰੇਡੀ ਜਿਹੜੀ ਸਿਸਟਮ 'ਚ ਹੈ ਉਹਦੇ ਨਾਲ, ਇਸ ਤਰ੍ਹਾਂ ਨਹੀਂ ਵੀ ਲੋਕ ਬੈਗ ਭਰ ਕੇ ਲੋਅਰਾਂ ਦੇ ਦਫ਼ਤਰ 'ਚ ਜਾਂਦੇ ਨੇ, ਨਹੀਂ ਇਸ ਤਰ੍ਹਾਂ ਨਹੀਂ, ਮਨੀ ਆਲਰੇਡੀ ਸਿਸਟਮ 'ਚ ਹੈ। ਜਿਹੜੀ ਇਹ ਕੈਸ਼ਲੈਸ ਮਨੀ ਲਾਂਡਰਿੰਗ ਹੈ ਇਹ ਸਭ ਤੋਂ ਜਿਹੜੀ ਬੈਸਟ ਹੈ, ਅਤੇ ਵੈਨਕੂਵਰ ਦਾ ਮਾਡਲ ਇਹਦੇ ਵਿੱਚ ਜਿਹੜਾ ਸੈੱਟ ਕੀਤਾ ਗਿਆ। ਪੋਸਟ ਮੀਡੀਆ ਨੇ ਇੱਕ ਹੋਰ ਸਿਸਟਮ ਜਿਹੜਾ ਲੱਭਿਆ, ਜਿਹੜਾ ਬੈਂਕ ਆਫ ਚਾਈਨਾ ਦਾ 1992 ਤੋਂ 2001 ਦੇ ਵਿੱਚ, ਜਿਹਦੇ ਵਿੱਚ ਬੈਂਕ ਦੇ ਸੀਨੀਅਰ ਐਗਜ਼ੈਕਟਿਵ ਨੇ, ਯੂ ਚਾਫਾਨ, ਯੂ ਗੋਜ਼ੋਂਗ, ਯੂ ਜੈਂਗਡੋਂਗ, ਇਹਨਾਂ ਨੇ 670 million ਬੈਂਕ ਦਾ ਹੀ ਲੁਕੋ ਲਿਆ, ਜਿਨ੍ਹਾਂ ਨੇ ਇੱਕ ਚੋਰੀ ਦੇ ਨਾਲ ਸਟਾਫ ਲਾ ਦੇ, ਚੋਰੀ ਦੀ ਕੰਪਨੀ ਸ਼ੁਰੂ ਕਰ ਲਈ, ਚੋਰੀ ਦੀ ਕੰਪਨੀ ਨੂੰ ਲੋਨ ਦੇਤਾ, ਚੋਰੀ ਦੀ ਕੰਪਨੀ ਦੇ ਲੋਨ ਤੋਂ ਫਿਰ ਸ਼ੈਲ ਕੰਪਨੀ 'ਚ ਹਾਂਗਕਾਂਗ 'ਚ ਪੈਸੇ ਚਲੇ ਗਏ, ਸ਼ੈਲ ਕੰਪਨੀ ਦੇ ਵਿੱਚ ਜਦ ਪੈਸੇ ਚਲੇ ਗਏ ਉੱਥੋਂ ਸ਼ੈਲ ਕੰਪਨੀ ਦੇ ਵਿੱਚੋਂ ਹਾਂਗਕਾਂਗ ਦੇ ਵਿੱਚੋਂ ਉਹ ਮਨੀ ਜਿਹੜੀ ਹੈ ਹੋਰ ਐਵਰ ਜੁਆਇੰਟ ਲਿਮਿਟਡ ਅਤੇ ਐਵਰ ਜੁਆਇੰਟ ਪ੍ਰੋਪਰਟੀ ਦੇ ਨਾਲ ਉਹ ਮਨੀ ਫਿਰ ਜਿਹੜੀ ਉਹ ਵੈਨਕੂਵਰ ਦੇ ਵਿੱਚ ਜਿਹਨਾਂ ਰੀਅਲ ਅਸਟੇਟ ਖਰੀਦਿਆ, 8.5 million ਟ੍ਰਾਂਸਫਰ ਕੀਤੇ ਰੋਇਲ ਬੈਂਕ HSBC ਦੇ CIBC BC ਦੇ ਵਿੱਚ, ਜਿਹੜਾ ਹੁਣ ਇਹ ਪੁਲਿਸ ਕੇਸ ਕਰ ਰਹੀ ਹੈ। ਉਹਦੇ ਬਾਅਦ ਰਿਚਮੰਡ ਦੇ ਘਰ 3 ਖਰੀਦੇ ਗਏ, 2 ਉਡੀ ਰੋਡ ਤੇ, 1 ਮੈਂਗ ਰੋਡ ਤੇ, 2000 ਦੇ ਵਿੱਚ ਇਹ ਖਰੀਦੇ ਗਏ, ਤੇ ਉਹਨਾਂ ਦੇ 9 ਜਿਹੜੇ ਬੈਂਕ ਆਫ ਚਾਈਨਾ ਦੇ ਐਗਜ਼ੈਕਟਿਵ, ਉਹਨਾਂ ਦੇ ਘਰ ਵਾਲੇ ਜਿਹੜੇ ਮੈਂ ਤੁਹਾਨੂੰ 9 ਦੱਸਿਆ, ਜਿਹਨਾਂ ਨੇ ਸਿਸਟਮ ਬੈਂਕ ਹੀ ਲੁੱਟ ਲਈ ਆਪਣੀ। ਸੋ ਇਹਦੇ ਵਿੱਚ ਇੱਕ ਸਿਕਿਉਰਿਟੀ ਤੇ ਐਕਸਚੇਂਜ, ਜਿਹੜਾ ਪੰਪ ਤੇ ਡੰਪ ਹੈ, ਪੰਪ ਤੇ ਡੰਪ ਵਾਲੇ ਸਿਸਟਮ ਦੇ ਵਿੱਚ ਕੀ ਹੈ, ਸਟਾਕ ਸੈੱਟ ਕੀਤਾ ਜਾਣਾ, ਸਟਾਕ ਦੇ ਵਿੱਚੋਂ ਫਿਰ ਸਟਾਕ ਦੀ ਕੀਮਤ ਵਧਾਈ ਜਾਣੀ ਹੈ, ਸਟਾਕ ਲੋਕਾਂ ਨੇ ਖਰੀਦ ਲੈਣਾ, ਫਿਰ ਤੁਸੀਂ ਆਪਣਾ ਸ਼ੇਅਰ ਵੇਚ ਕੇ ਆਪਣੇ ਪੈਸੇ ਲੈ ਲੈਣੇ। ਇਹਦਾ ਮੇਨ ਬੰਦਾ ਜਿਹੜਾ ਇਹਦਾ ਮਾਸਟਰ ਮਾਈਂਡ ਗ੍ਰੈਗ ਮਲਹੋਲੈਂਡ ਉਸਦਾ ਨਾਂ ਹੈ, ਉਹਨੇ ਸ਼ੈਲ ਕੰਪਨੀ ਅਮਰੀਕਾ ਤੇ ਕੈਨੇਡਾ 'ਚ 12-13 ਬਣਾ ਲਈਆਂ ਸੀ, ਜਿਹਦੇ ਨਾਲ ਜਿਹਦੇ 'ਚ ਬਿਜ਼ਨ ਕ੍ਰੈਸਟ ਕਾਉਂਸਲਿੰਗ ਗਰੁੱਪ ਤੇ 1943 ਹਾਈ ਡਰਾਈਵ, ਹਾਈ ਪੁਆਇੰਟ ਡਰਾਈਵ ਵਿਸਲਰ ਹੋਲਡਿੰਗ ਲਿਮਿਟਡ, ਜਿਹਨੇ 5 million ਦਾ ਪਾਰਸਲ ਵੈਸਟ ਵੈਨਕੂਵਰ 'ਚ, 14 'ਚ 3 million ਦਾ ਪਾਰਸਲ ਵਿਸਲਰ ਦੇ ਵਿੱਚ ਇਹਨਾਂ ਨੇ ਖਰੀਦਿਆ, ਇਹ ਬੰਦਾ ਵੀ ਫੜ ਲਿਆ ਤੇ ਇਹਨੂੰ ਵੀ ਸਜ਼ਾ ਹੋਈ ਹੋਈ ਹੈ। ਤੇ ਇਹ ਪੈਸਾ 5 million ਉਹਨੇ ਵਾਇਰ ਕਰ ਦਿੱਤਾ ਅਮਰੀਕਾ ਤੋਂ ਵੈਨਕੂਵਰ ਦੀ ਲਾ ਫਰਮ 'ਚ, 3 million ਉਹਨੇ ਵਾਇਰ ਕਰ ਦਿੱਤਾ CIBC 'ਚ, ਬਿਜ਼ਨ ਕ੍ਰੈਸ਼ ਦੇ ਨਾਂ ਤੇ ਸ਼ੈਲ ਕੰਪਨੀਆਂ 'ਚ। ਜਦ ਵਾਇਰ ਮਨੀ ਹੁੰਦੀ ਆ ਲੋਅਰ ਦੇ ਦਫ਼ਤਰ 'ਚ ਤੇ ਬੈਂਕਾਂ ਦੇ ਵਿੱਚ, ਓਰੀਜਨ ਨੂੰ ਨਹੀਂ ਜਾਂਦੇ, ਉਹ ਕਹਿੰਦੇ ਆ ਤੇਰੀ ਮਨੀ ਪਈ ਆ ਚੱਕ ਲੈ, ਪਹਿਲਾਂ ਜਮਾਂ ਹੀ ਕੈਸ਼ ਸੀ, ਕੈਸ਼ ਤੋਂ ਬਾਅਦ ਹੁਣ ਓਰੀਜਨ ਨੂੰ ਹੀ ਸੀ। ਹੁਣ ਜਿਹੜਾ ਇਹ 17 'ਚ ਫੜਿਆ ਗਿਆ, 12 ਸਾਲ ਦੀ ਇਸ ਨੂੰ ਜੇਲ੍ਹ ਹੋਈ ਹੈ। ਉਹਦੇ ਬਾਅਦ ਈਮੇਲ ਫਿਸ਼ਿੰਗ ਆ, ਜਿਹੜੀ ਈਮੇਲ ਫਿਸ਼ਿੰਗ ਜਿਵੇਂ ਫਰਾਡਸਟਰਾਂ ਨੇ ਗ੍ਰੈਗ ਮੈਕੇਵਨ ਯੂਨੀਵਰਸਿਟੀ ਦੇ ਵਿੱਚੋਂ $12 million ਦੇ ਕਰੀਬ ਬਿਲਡਰ ਕੰਟਰੈਕਟ ਦੀਆਂ ਪੇਮੈਂਟਾਂ ਬੈਂਕ ਅਕਾਊਂਟ ਦੇ ਰਾਹੀਂ ਮੌਂਟਰੀਅਲ 'ਚ ਕਢਾ ਲਈ। ਪੈਸਾ ਜਦ ਉਹ ਕੱਢ ਲੈਣਾ, ਉਹਦੇ ਵਿੱਚੋਂ ਟ੍ਰਾਂਜੈਕਸ਼ਨ ਹੋਏ, BC ਪ੍ਰੋਪਰਟੀ ਡਿਵੈਲਪਰ ਜਿਹੜੇ ਨੇ ਹੋਏ, ਫੂ ਇੰਟਰਪ੍ਰਾਈਜ਼, ਉਹਨਾਂ ਨੇ ਇੱਕ ਹੋਰ ਇੰਜੀਨੀਅਰਿੰਗ ਕੰਪਨੀ ਨਾਲ 30 million ਦੀ ਪਰਚੇਜ ਲੈਂਡ ਕੀਤੀ ਰਿਚਮੰਡ ਦੇ ਵਿੱਚ, ਜਿਹੜੇ ਪੈਸੇ ਇਹਨਾਂ ਨੇ ਚੱਕੇ ਇਸ ਯੂਨੀਵਰਸਿਟੀ ਦੇ ਵਿੱਚੋਂ। ਇਹਦੇ ਬਾਅਦ ਇੰਜੀਨੀਅਰਿੰਗ ਫਰਮ ਜਿਹੜੀ ਕੇਸ 'ਚ ਇਨਵੋਲਵ ਸੀ, ਇਹਨੇ $1 million ਚਾਈਨੀਜ਼ ਕਰੰਸੀ ਚਾਈਨਾ ਨੂੰ, 2 ਜਣਿਆਂ ਨੂੰ ਭੇਜਤਾ, ਕਿਉਂਕਿ ਚਾਈਨਾ ਦੇ ਵਿੱਚੋਂ ਪੈਸੇ ਨਹੀਂ ਕੱਢ ਹੁੰਦੇ।
ਪੈਸੇ ਨਿਕਲਦੇ ਹਾਂਗਕਾਂਗ ਤੋਂ ਦੁਨੀਆਂ ਦੇ ਵਿੱਚੋਂ, ਔਰ ਇਹ ਬਹੁਤ ਵੱਡੀ ਪ੍ਰੋਬਲਮ ਹੈ। ਇਹ ਤਾਂ ਇੰਨਾ ਕੁ ਵੈਨਕੂਵਰ ਜਿਹੜਾ ਇਹਦੇ ਸਾਰੀ ਇਨਵੈਸਟੀਗੇਸ਼ਨ ਦੇ ਵਿੱਚੋਂ ਕਹਿ ਰਿਹਾ ਵੈਨਕੂਵਰ ਮਾਡਲ ਦੁਨੀਆਂ 'ਚ ਬੜਾ ਪਸੰਦ ਕੀਤਾ ਜਾਂਦਾ। ਕਾਹਦੇ ਲਈ ਪਸੰਦ ਕੀਤਾ ਜਾਂਦਾ? ਕਿ ਕਾਨੂੰਨ ਲਾਉਣ ਦੇ ਰਹੇ ਸੀ 17-18 ਬੜੇ ਧੱਜੀਆਂ ਉਡਾ ਦਿੱਤੀਆਂ NDP ਤੋਂ ਪਹਿਲਾਂ, ਚੱਕ ਲਓ ਚੱਕ ਲਓ। ਇਹਦੇ 'ਚ ਹੋਇਆ ਕੀ? ਇਹ ਮਾਰਕੀਟ 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 ਸਭ ਨੂੰ ਵਧੀਆ ਲੱਗੇ, ਘਰ ਵੇਗੇ ਘਰ ਵੱਗ ਗਏ, ਪਰ ਆਉਣ ਵਾਲੀ ਪੀੜ੍ਹੀ ਤੁਹਾਡੀ ਘਰ ਖਰੀਦ ਸਕੇਗੀ? ਕਦੇ ਇਹ ਸੋਚਿਓ, ਕਿਉਂਕਿ ਜਦ ਇਲੀਗਲ ਮਨੀ ਆ ਉਹਨੇ ਤਾਂ ਡੰਪ ਕਰਨੀ ਆ, ਉਹਨਾਂ ਨੇ 10 ਲੱਖ ਵਾਲਾ ਘਰ 14 ਲੱਖ ਦਾ ਲੈਣਾ, ਕਹਿੰਦਾ ਟ੍ਰਾਂਜੈਕਸ਼ਨ ਨਿਬੇੜ ਛੇਤੀ ਖਤਮ ਕਰ। ਹੋਇਆ ਨਾ ਵਿਚਮਿੰਟ ਤੇ ਵਿਸਲੇ, ਉਹ ਕਹਿੰਦੇ ਬੰਦੇ ਆਏ 10 ਮਿਲੀਅਨ ਦਾ ਲੱਗਿਆ, 10 ਲੱਖ ਦਾ ਲੱਗਿਆ, ਉਹ ਕਹਿੰਦੇ ਆਹ ਪੜ 14 ਲੱਖ ਨਾਨ ਸਬਜੈਕਟ ਆਫਰ। ਇਹ ਗੱਲਾਂ ਡਿਵੈਲਪਰ ਕਰਦੇ ਰਹੇ, ਅੱਗ ਲੱਗ ਗਈ, ਉਹ ਅੱਗ ਲੱਗ ਗਈ, ਹੁਣ ਹੁਣ ਅੱਗ ਬੁਝੀ ਹੋਈ ਹੈ, ਹੁਣ ਖੜੇ ਨੇ, ਹੁਣ ਉਹੀ ਪੈਸਾ ਹੈ, ਉਹੀ ਮਾਰਕੀਟ ਹੈ, ਹੁਣ ਡੱਡ ਕੇ ਹੋਗੀ। ਸਰਕਾਰਾਂ ਨੇ ਟਾਈਟ ਕਰ ਦਿੱਤਾ ਕੰਮ, ਚੈੱਕ ਕਰਨ ਲੱਗ ਗਏ, ਇਨਵੈਸਟੀਗੇਸ਼ਨ ਹੋ ਰਹੀ ਹੈ। ਇਸ ਸਮੇਂ ਸਭ ਤੋਂ ਵੱਧ ਜਿਹੜਾ CRA ਕੰਮ ਕਰ ਰਿਹਾ ਮਨੀ ਲਾਂਡਰਿੰਗ ਤੇ ਕਰ ਰਿਹਾ ਸਭ ਤੋਂ ਵੱਧ ਹੁਣ, ਪਰ ਉਹਨਾਂ ਕੋਲ ਵੀ ਇੱਕ ਸਰਟਨ ਲਿਮਿਟ ਆ, 2 ਸਾਲ 4 ਸਾਲ 5 ਸਾਲ, ਜਿਹੜੇ 1993 ਦੇ ਲੱਗੇ ਹੋਏ ਆ। ਹੁਣ ਜੇ ਅੱਜ ਕੋਈ ਆਡਿਟ ਸ਼ੁਰੂ ਹੋਊ, ਉਹ 2000 ਜਿਹੜਾ 12 ਤੱਕ ਚਲੇ ਜਾਣਗੇ, 13 ਤੱਕ ਚਲੇ ਜਾਣਗੇ, 6 ਸਾਲ ਮੈਕਸੀਮਮ ਹੈ, 7 ਸਾਲ ਚਲੇ ਜਾਣਗੇ। ਔਰ ਜੇ ਕਿਸੇ ਨੇ 100 ਮਿਲੀਅਨ ਇੱਧਰ ਉੱਧਰ ਕਰਤਾ, ਉਹ 2 ਮਿਲੀਅਨ ਲੈ ਵੀ ਲੈਣਗੇ ਤਾਂ ਕੀ ਹੈ? ਸ਼ੈਲ ਕੰਪਨੀ ਦੇ ਰਾਹੀਂ ਕਿਸ ਤਰ੍ਹਾਂ ਪੈਸਾ ਦੁਨੀਆ 'ਚੋਂ ਆ ਰਿਹਾ ਹੈ, ਕਿਸ ਤਰ੍ਹਾਂ ਵੱਡੀਆਂ ਕੰਪਨੀਆਂ ਇਨਵੋਲਵ ਨੇ, ਪਰ ਇੱਕ ਸ਼ਰੇਆਮ ਰਿਚਮੰਡ ਦੇ ਵਿੱਚ ਇੱਕ ਬੈਂਕ ਚੱਲ ਰਹੀ ਹੈ ਜਿੱਥੇ ਕੈਸ਼ ਲੋਕ ਜਮ੍ਹਾਂ ਕਰਾ ਰਹੇ ਨੇ, ਉੱਥੋਂ ਕੈਸ਼ ਬੈਗਾਂ 'ਚ ਭਰ ਭਰ ਕੇ ਕਸੀਨੋਆਂ 'ਚ ਜਾ ਰਹੇ ਨੇ। ਔਰ ਸਰਕਾਰ ਇੱਥੇ, ਦੇਸ਼ ਇੱਥੇ, ਪੁਲਿਸ ਇੱਥੇ, ਉਹਨਾਂ ਵੱਲ ਕਿਸੇ ਨੇ ਦੇਖਿਆ? ਕਿਤੇ ਕੁਝ ਅਜਿਹਾ ਨੈਕਸਸ ਤਾਂ ਨਹੀਂ ਜਿਹੜਾ ਸਾਨੂੰ ਦਿਖਦਾ ਨਹੀਂ, ਵੀ ਜੁੰਡਲੀ ਜਿੱਥੇ ਕਿਤੇ ਜੁੜੀ ਹੋਵੇ? ਵੈਨਕੂਵਰ ਮਾਡਲ ਸੈਟਅਪ ਕਿਵੇਂ ਕੀਤਾ? ਵੈਨਕੂਵਰ ਦੇ ਉਸ ਸਮੇਂ ਦੇ ਰਾਜਨੀਤਿਕ ਬੰਦੇ ਕੌਣ ਨੇ? ਰਾਜਨੀਤਿਕ ਬੰਦੇ ਫਿਰ ਨੈਕਸਟ ਲੈਵਲ ਤੇ ਕਿੱਥੇ ਗਏ? ਕਿਵੇਂ ਇਹ ਮਨੀ ਇਨਵੋਲਵ ਹੋਈ? ਕਿਸ ਤਰ੍ਹਾਂ ਇਹ ਗੱਲ ਹੋਈ? ਇਹ ਬਹੁਤ ਵੱਡਾ ਸਵਾਲ ਹੈ ਜਿਹਦੇ ਤੇ ਕੰਮ ਹੋ ਰਿਹਾ। ਸੋ ਵੈਨਕੂਵਰ ਮਾਡਲ ਦੇ ਰਾਹੀਂ ਕੀ ਕੁਛ ਹੋਇਆ, ਇਹ ਥੋੜ੍ਹੀ ਜਿਹੀ ਰਿਪੋਰਟ ਤੁਹਾਡੇ ਮੈਂ ਸਨਮੁਖ ਕੀਤੀ ਸੀ। ਬਹੁਤ ਵੱਡੀ ਰਿਪੋਰਟ ਜਿਹੜੀ ਛਾਪੀ ਹੈ, ਐਨਾਟਮੀ ਆਫ ਮਨੀ ਲਾਂਡਰਿੰਗ ਇਨ BC ਰੀਅਲ ਸਟੇਟ, 12 ਕੇਸਿਸ, 1.7 ਬਿਲੀਅਨ, 20 ਕੰਟਰੀਜ਼ ਐਂਡ 30 ਬੈਂਕਸ। ਗੋਲਡਨ ਐਕਸਟਰਾ ਨੇ ਇਹਦੇ ਤੇ ਬੜਾ ਕੰਮ ਕੀਤਾ। ਸੋ ਅਵਤਾਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਰਿਪੋਰਟ ਪੜ੍ਹੀ ਹੈ ਸਰ, ਟੋਟਲੀ ਐਗਰੀ ਆ। ਮੈਂ ਇਹਦੇ ਵਿੱਚ ਸਿਰਫ 2-3 ਚੀਜ਼ ਐਡ ਕਰਨਾ ਚਾਹੁੰਦਾ। ਕਰੋ ਜੀ। ਬਿਨਾਂ ਬ੍ਰਿਜ ਦੇ ਵਿੱਚ ਨਾ ਕੋਈ ਚੀਜ਼ ਐਡ ਹੀ ਨਹੀਂ ਹੋ ਸਕਦੀ। 16 ਸਾਲ ਤੱਕ ਬਹੁਤ ਪੁਰਾਣਾ ਮਾਡਲ ਆ, ਟੋਟਲੀ ਐਗਰੀ। ਇਹ ਨਹੀਂ ਹੈਗਾ ਵੀ 2015 ਸ਼ੁਰੂ ਹੋਇਆ। ਵੱਡੀ ਥਿੰਗ ਇਜ਼, ਜਿਸ ਤਰ੍ਹਾਂ ਗਵਰਨਮੈਂਟ ਦਾ ਇੱਕ 16 ਸਾਲ ਲਿਬਰਲ ਪਾਰਟੀ ਰਹੀ, ਉਹਨਾਂ ਨੂੰ ਟੈਕਸ ਜਨਰੇਟ ਕਰਨੇ ਹੁੰਦੇ ਆ, ਜਾਂ ਲੈਫਟ ਵਿੰਗ ਵਾਲੇ ਦੀ ਇਹ ਪ੍ਰੋਬਲਮ ਰਹੀ ਆ ਕਿ ਉਹ ਜਦੋਂ ਸੋਸ਼ਲਿਜ਼ਮ ਦੇ ਨਾਂ ਤੇ ਫ੍ਰੀ ਫੰਡਿੰਗ ਦੇਣ ਲੱਗ ਪੈਂਦੇ, ਤਾਂ ਉਹਨਾਂ ਨੂੰ ਟੈਕਸ ਜਨਰੇਟ ਕਰਨ 'ਚ ਬੜਾ ਪ੍ਰੋਬਲਮ ਆਉਂਦੀ ਆ। ਤੇ ਨੋਟ ਈਵਨ ਇਨ BC ਅਕਰੋਸ ਦਾ ਕੈਨੇਡਾ, ਜਿਹੜਾ ਸਭ ਤੋਂ ਜ਼ਿਆਦਾ GDP ਦੇ ਵਿੱਚ ਕੰਟਰੀਬਿਊਸ਼ਨ ਆ, ਉਹ ਰੀਅਲ ਸਟੇਟ ਆ। ਦੈਟ ਮੀਨਸ ਪੀਪਲ, ਇੱਥੋਂ ਦੇ ਪੋਲੀਟੀਸ਼ਨ ਨੇ ਬੜਾ ਈਜ਼ੀ ਵੇ ਅਡੋਪਟ ਕਰ ਲਿਆ ਕਿ ਰੀਅਲ ਸਟੇਟ ਨੂੰ ਇਸ ਲੈਵਲ ਤੱਕ ਪ੍ਰਮੋਟ ਕਰੋ, ਫੋਰਨ ਬਾਇਰ ਮਨੀ ਲਾਂਡਰਿੰਗ ਪ੍ਰਵਾਹ ਨਾ ਕਰੋ, ਕਿਉਂਕਿ ਸਾਨੂੰ ਟੈਕਸ ਜਨਰੇਟ ਹੁੰਦਾ। ਈਵਨ BC ਦੇ ਵਿੱਚ ਸੈਕਿੰਡ ਹਾਈਐਸਟ ਟੈਕਸ ਜਨਰੇਸ਼ਨ ਹੁੰਦੀ ਆ, ਉਹ ਰੀਅਲ ਸਟੇਟ ਤੋਂ ਹੁੰਦੀ ਆ। ਉਹਦੇ ਹੁਣ 2 ਕਾਰਨ ਹੋ ਸਕਦੇ। ਇੱਕ ਤਾਂ ਈਜ਼ੀ ਵੇ ਘਰ ਬਣਾਈ ਜਾਓ, ਪ੍ਰਾਈਸਿਸ ਉੱਪਰ ਉੱਪਰ ਜਾਏ ਜਾਓ, ਲੋਕਾਂ ਦੀ ਇਨਕਮ, ਡੈਟ ਟੂ ਇਨਕਮ ਰੇਸ਼ੋ ਦੀ ਸਾਨੂੰ ਪਰਵਾਹ ਨਹੀਂ ਹੈਗੀ ਕੋਈ, ਆਪਣੀ ਸਰਕਾਰ ਚਲਾਉਣ ਲਈ ਸਾਨੂੰ ਫੰਡਿੰਗਾਂ ਜਨਰੇਟ ਕਰੀ ਜਾਓ, ਚਲੋ ਇੱਕ ਵਨ ਆਫ ਦਾ ਈਜ਼ੀਸਟ ਵੇ ਫਾਰਡ ਹੈ। ਦੂਸਰਾ ਜਿਹੜਾ ਹੁੰਦਾ, ਤੁਹਾਡੇ ਕੋਲ ਨੈਚੁਰਲ ਰਿਸੋਰਸਿਸ ਆ, ਜਾਂ ਤੁਹਾਡੇ ਕੋਲ ਤੁਹਾਡੀ ਮੈਨੂਫੈਕਚਰਿੰਗ ਸੈਕਟਰ ਵਾ, ਜਾਂ ਤੁਹਾਡੇ ਸਕਿੱਲ ਵਰਕਰ ਆ, ਜਾਂ ਤੁਸੀਂ ਕਿਸ ਤਰ੍ਹਾਂ ਇੱਥੋਂ ਜਿਹੜੀ ਆਊਟਸੋਰਸ ਕਰ ਸਕਦੇ ਆਪਣੀ ਮੈਨੂਫੈਕਚਰਿੰਗ ਨੂੰ, ਉਹ 'ਤੇ ਕਿਸੇ ਨੇ ਧਿਆਨ ਨਹੀਂ ਦਿੱਤਾ। ਅੱਜ ਦੇ ਟਾਈਮ ਦੇ ਵਿੱਚ ਸਰ ਸਮੱਸਿਆ ਹੈ ਕਿ ਰੀਅਲ ਸਟੇਟ ਜੇ ਡੁੱਬਦੀ ਹੈ ਤਾਂ ਕੈਨੇਡਾ ਦੀ ਇਕਨੋਮੀ ਡੁੱਬ ਜਾਣੀ ਆ। ਸੋ ਹੁਣ ਸਰਕਾਰ ਦੇ ਵਿੱਚ 2 ਸਮੱਸਿਆਵਾਂ, ਉਹਦੇ ਇਸ ਰੂਪ ਦਾ ਫਾਇਦਾ, ਸਭ ਤੋਂ ਜ਼ਿਆਦਾ ਫਾਇਦਾ ਮਨੀ ਲਾਂਡਰ ਨੂੰ ਮਿਲਿਆ। ਦੇਖੋ, ਕਿਸੇ BC ਦੀ ਪ੍ਰੀਮੀਅਰ ਕ੍ਰਿਸਟੀ ਕਾਰਕ 2016 ਦੇ ਵਿੱਚ ਚਾਈਨਾ ਏਸ਼ੀਆ ਵਿਜ਼ਿਟ ਤੇ ਜਾਂਦੀ ਹੈ ਤੇ ਕਹਿ ਕੇ ਜਾਂਦੇ ਆ ਕਿ ਅਸੀਂ ਕਮਰਸ਼ੀਅਲ ਪ੍ਰੋਪਰਟੀਜ਼ ਨੂੰ ਪ੍ਰਮੋਟ ਕਰਨ ਲਈ ਜਾ ਰਹੇ ਹਾਂ, ਬਟ ਬਾਅਦ ਵਿੱਚ ਰਿਪੋਰਟਸ ਆਈਆਂ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਹੋਈ। ਜਦੋਂ 150th ਕੈਨੇਡਾ ਡੇ ਮਨਾਇਆ ਜਾ ਰਿਹਾ ਸੀਗਾ, ਤਾਂ ਟੋਰੋਂਟੋ ਤੋਂ ਹਾਂਗਕਾਂਗ ਦੇ ਵਿੱਚ ਇੱਕ ਇਨਵੈਸਟੀਗੇਟਿਡ ਰਿਪੋਰਟਰ ਨੇ ਜਾ ਕੇ ਨਾ ਉੱਥੇ ਇੱਕ ਛਾਣਬੀਣ ਕੀਤੀ, ਤਾਂ ਉੱਥੇ ਨਾ ਇੱਕ ਬਿਲਡਿੰਗ ਜਿਹੜੀ ਬਣੀ ਨਹੀਂ ਸੀ, ਪ੍ਰੀ ਸੇਲ ਸੀਗੀ,
ਤਾਂ 150th ਸੇ ਤੇ ਉਹਨਾਂ ਨੇ ਇੱਕ ਸਪੈਸ਼ਲ ਹੋਸਟਿੰਗ ਕੀਤੀ ਵੀ ਇੱਕ ਬਿਲਡਿੰਗ ਬਣੀ ਆ, ਤੁਸੀਂ ਯਕੀਨ ਮੰਨੋ ਉਸ ਹੋਸਟ ਨੇ ਕਿਹਾ ਵੀ ਵਿਦ ਇਨ 2 hours ਪੂਰੀ ਦੀ ਪੂਰੀ ਬਿਲਡਿੰਗ ਸੋਲਡ ਆਊਟ ਹੋ ਗਈ। ਮਤਲਬ ਕੈਨੇਡੀਅਨ ਤਾਂ ਲਾਈਨ ਦੇ ਵਿੱਚ ਵੀ ਨੀ ਹੈਗੇ ਸਰ, ਜਿਹੜੀ ਉਹ ਖਰੀਦਣ ਵਾਲੀ ਲਾਈਨ ਹੁੰਦੀ ਨਾ ਟੈਕਸ ਪੇਅਰ, ਜਿਹੜਾ ਇੱਥੋਂ ਦਾ ਟੈਕਸ ਪੇਅਰ ਉਹਨੂੰ ਤਾਂ ਕੰਸਿਡਰ ਵੀ ਨੀ ਕਰਦੇ, ਉਹਨੂੰ ਤਾਂ ਨੀ ਕੰਸਿਡਰ ਕਰਦੇ ਉਹਦੀ ਇਨਕਮ ਹੈ ਨੀ। 5 lakh ਦਾ ਪੌਂਡੋ ਜਿਹੜਾ ਜਾਂ 7 lakh ਦਾ ਪੌਂਡੋ ਕੌਣ ਖਰੀਦ ਲਓ, ਜਿਹੜੀ ਲਿਵਿੰਗ ਵੇਜ ਇਨ ਵੈਨਕੂਵਰ ਉਹ $19 ਆ ਐਸ ਪਰ ਦਾ ਸਟੈਟਿਸਟਿਕਸ ਕੈਨੇਡਾ। ਹੁਣ ਉਹ $19 ਵਾਲਾ ਜਿਹੜਾ ਕਮਾਉਂਗਾ ਉੱਥੇ ਸਿਰਫ ਲਿਵਿੰਗ ਵੇਜ ਆ, ਮਤਲਬ ਰਹਿ ਸਕਦਾ। ਸਪੋਜ਼ ਉਹਨੇ ਇਨਕਮ ਇਨਵੈਸਟਮੈਂਟ ਕਰਨੀ ਆ, ਬੱਚਿਆਂ ਦੇ ਖਰਚੇ ਹੋਰ ਕਰਨੇ, ਉਹਦੀ 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 ਜਿਹੜੀ ਵੇਜ ਕਿੱਥੇ ਜਾਣੀ ਚਾਹੀਦੀ ਆ। ਸੋ ਇਸ ਕਰਕੇ ਉੱਪਰ ਸਰਕਾਰਾਂ ਧਿਆਨ ਨਹੀਂ ਰਿਹਾ, ਇਹਦੇ ਵਿੱਚ ਪ੍ਰੋਪਰ ਸਰਕਾਰਾਂ ਦਾ ਪੂਰਾ ਹੱਥ ਰਿਹਾ ਆ। ਐਨਡੀਪੀ ਆਈ ਆ ਪਰ ਕਿਉਂਕਿ ਵਾਅਦੇ ਕਰਕੇ ਰਿਸਪੋਂਸੀਬਿਲਟੀ ਆ, ਬਟ ਇਹਨਾਂ ਨੂੰ ਵੀ ਫੀਅਰ ਵਾ ਕਿ ਅਸੀਂ ਇੰਨੀ ਸਟ੍ਰਿਕਟਨੈਸ ਨਹੀਂ ਕਰ ਸਕਦੇ ਰੀਅਲ ਸਟੇਟ ਤੇ, ਕਿ ਇਸੇ ਕਰਕੇ ਹਲੇ ਪ੍ਰਾਈਸਿਸ ਜਿਹੜੀਆਂ ਬਿਲਕੁਲ ਲਗਜ਼ਰੀ ਮਾਰਕੀਟ ਆ, 3.5-3 million ਘਰ ਆ ਜਾਂ 4-4 million ਘਰ, ਉਹਨਾਂ ਨੂੰ ਫਰਕ ਪੈ ਰਿਹਾ। ਬਟ ਹਲੇ ਵੀ ਜਿਹੜਾ ਮੋਰ ਦੈਨ 1 million 1.5 million ਉਹ ਸਟਿਲ ਦਾ ਮਾਰਕੀਟ ਇਜ਼ ਅਨਅਫੋਰਡੇਬਲ ਫੋਰ ਅ ਨਿਊ ਪਰਸਨ। ਔਰ ਜਿਹੜੀ ਤੁਸੀਂ ਲਾਸਟ ਗੱਲ ਇੱਕ ਬਹੁਤ ਵਧੀਆ ਕਹੀ ਕਿ ਜਨਰੇਸ਼ਨ, ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨ ਨਾਲ ਰਿਪੋਰਟ ਕਹਿ ਰਹੀਆਂ ਕਿ ਅਸੀਂ ਇੰਨਾ ਕੁ ਜ਼ਿਆਦਾ ਡੈਟ ਕਰ ਦਿੱਤਾ ਆ ਕਿ ਉਹ ਕਦੇ ਇਸ ਅਫੋਰਡੇਬਲ ਲਾਈਫ ਜੀ ਨਹੀਂ ਸਕਦੇ। ਡੈਟ ਟੂ ਇਨਕਮ ਰੇਸ਼ੋ 1980 ਦੇ ਵਿੱਚ 60% ਸੀ, ਡੈਟਸ ਵਾ ਜਦੋਂ ਉਦੋਂ ਪੀਪਲ ਅਰਨ ਕਰਦੇ ਸੀਗੇ। ਉਹਦੇ ਮੇਰੇ ਨਾਲ ਬਹੁਤ ਸਾਰੇ ਗੋਰੇ ਸਿਆਣੇ ਕੰਮ ਕਰਦੇ, ਉਹ ਕਹਿੰਦੇ ਉਸ ਟਾਈਮ ਤੇ ਨਾ ਇੱਕ ਮੋਟਿਵ ਹੁੰਦਾ ਸੀ, ਸਾਡੇ ਪੇਰੈਂਟਸ ਕਹਿੰਦੇ ਸੀਗੇ ਵੀ ਜੇ ਤੁਸੀਂ ਜ਼ਿੰਦਗੀ 'ਚ ਤਰੱਕੀ ਕਰਨੀ ਆ ਕੰਮ ਤੇ ਜਾਓ, ਗੋ ਟੂ ਵਰਕ, ਦੈਟ ਇਜ਼ ਦਾ ਮੋਟਿਵ ਫੋਰ ਪ੍ਰੋਸਪੈਰਿਟੀ। ਉਹ ਕੰਮ ਕਰਦਾ ਸੀ ਬੰਦਾ, ਖਰਚੇ ਵੀ ਪੂਰੇ ਹੋ ਜਾਂਦੇ ਸੀ, ਇਨਵੈਸਟਮੈਂਟ ਵੀ ਹੋ ਜਾਂਦੀ ਸੀਗੀ, ਆਪਣਾ ਬੰਦਾ ਘਰ ਵੀ ਲੈ ਲੈਂਦਾ ਸੀਗਾ। ਰਾਈਟ ਨਾਓ ਜਿੰਨਾ ਸਾਡਾ ਡੈਟ ਟੂ ਇਨਕਮ ਰੇਸ਼ੋ ਆ ਉਸ ਹਿਸਾਬ ਦੇ ਨਾਲ ਅੱਜ ਕੱਲ੍ਹ ਤੁਹਾਨੂੰ ਜੇ ਤੁਸੀਂ ਕੰਮ ਨਹੀਂ ਕਰਦੇ ਯੂ ਵਿਲ ਬਿਕਮ ਹੋਮਲੈਸ, ਤੁਹਾਨੂੰ ਸਰਵਾਈਵਲ ਦੇ ਲਈ ਕੰਮ ਕਰਨਾ ਪੈ ਰਿਹਾ। ਇਨਵੈਸਟਮੈਂਟ ਜਾਂ ਤਰੱਕੀ ਕਰਨ ਲਈ ਤਾਂ ਗੱਲਾਂ ਛੱਡੇ ਤੋਂ ਬਹੁਤ ਜ਼ਿਆਦਾ, ਇਸੇ ਕਰਕੇ ਹੋਮਲੈਸਨੈਸ ਬਹੁਤ ਜ਼ਿਆਦਾ ਵੱਧ ਰਹੀ ਆ, ਬਿਕੋਜ਼ ਪੀਪਲ ਕੈਨ ਨਾਟ ਅਫੋਰਡ ਦਾ ਲਾਈਫ ਔਰ ਰੈਂਟ ਇੰਨਾ ਜ਼ਿਆਦਾ। ਆਈ ਡੋਂਟ ਨੋ, ਪਤਾ ਨਹੀਂ, ਪਰ ਫਿਰ ਵੀ ਯੈਸ, ਬੈਨੀਫਿਸ਼ੀਅਲ ਓਨਰਸ਼ਿਪ ਜਿਹੜਾ ਕਲੋਜ਼ ਲੈ ਕੇ ਆਇਆ ਉਹਦੇ ਨਾਲ ਸਲੋ ਡਾਊਨ ਹੋ ਰਹੀ ਹੈ, ਕਿਉਂਕਿ ਜਿਹੜੀ ਸ਼ੈਲ ਕੰਪਨੀਜ਼ ਆ ਜਾਂ ਟਰੱਸਟ ਹੁੰਦੇ ਆ ਜਾਂ ਲੋਇਰ ਦੇ ਥਰੂ ਜਿਹੜੀ ਮਨੀ ਲਾਉਣ ਬਹੁਤ ਵਧੀਆ ਕੰਮ ਕੀਤਾ। ਦੇਖੋ ਹੁਣ ਜਿਹੜੀ ਪਬਲਿਕ ਇਨਕੁਆਇਰੀ ਹੋਈ ਉਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ, ਆਈ ਥਿੰਕ ਉਸ ਤੋਂ ਬਾਅਦ ਸ਼ਾਇਦ ਜ਼ਿਆਦਾ ਸਟ੍ਰਿਕਟਨੈਸ ਹੋ। ਥੈਂਕ ਯੂ ਸਰ, ਥੈਂਕ ਯੂ ਸੋ ਵੈਰੀ ਮਚ। ਸੋ ਬੇਸਿਕਲੀ ਇਹ ਹੈ ਕਿ ਸਰਕਾਰਾਂ ਨੇ ਆਪਣਾ ਸੂਬਾ, ਜਿਹੜਾ ਸੂਬੇ ਦੀ ਆਰਥਿਕਤਾ ਉੱਪਰ ਦਿਖਾਉਣ ਦੇ ਲਈ ਇਹ ਰਾਹ ਖੋਲਣੇ ਫੋਰਨ ਇਨਵੈਸਟਰ ਨੇ ਪੈਸਾ ਲਿਆਉਣਾ, ਪੈਸਾ ਜਿਹੜਾ ਲਿਆਉਣਾ ਉਹ ਕੁਛ ਲੀਗਲ ਆ ਜਾਣਾ, ਕੁਛ ਉਹ ਇਲੀਗਲ ਮਨੀ ਲਾਂਡਰਿੰਗ ਹੋਣੀ ਆ, ਕਿਵੇਂ ਨਹੀਂ ਪਤਾ ਲੱਗਦਾ। ਇੱਥੇ ਤੁਹਾਨੂੰ 10 ਦਿਨਾਂ 'ਚ, 20 ਦਿਨਾਂ 'ਚ, 15 ਦਿਨਾਂ 'ਚ, 25 ਦਿਨਾਂ 'ਚ, 100 ਦਿਨਾਂ 'ਚ ਫੜ ਲੈਂਦੀ ਆ ਪੁਲਿਸ, ਤੁਸੀਂ ਗਲਤ ਕਿੰਨਾ ਚਿਰ ਕਰ ਲਓਗੇ। ਜੇ ਤਾਂ ਛੋਟਾ ਪੈਟੀ ਕ੍ਰਾਈਮ ਆ ਉਹਨੂੰ ਕੁਛ ਨਹੀਂ, ਪਰ ਜੇ ਵੱਡੇ ਲੈਵਲ ਤੇ ਆ ਤੁਹਾਨੂੰ ਲੱਭ ਲੈਂਦੇ ਵੀ ਤੂੰ ਕਰਦਾ ਕੀ ਹੈ, ਕਿੱਥੋਂ ਤੇਰਾ ਲੈਵਲ ਆਇਆ, ਕਿੱਥੋਂ ਤੇਰੇ ਪੈਸੇ ਬਣੇ। ਸ਼ਰਮ ਇੱਕ ਬੈਂਕ ਜਿਹਦੇ ਵਿੱਚ ਨਗਦੀ ਜਿਹੜੀ ਆ ਤੂਸੀ ਪਈ ਹੈ, ਅਲਮਾਰੀਆਂ 'ਚ ਧਰਤੀ ਤੇ ਵਿਛੀ ਪਈ ਹੈ ਜਾਂ ਰੇਡ ਕੀਤੀ। ਸਿਲਵਰ ਇੰਟਰਨੈਸ਼ਨਲ ਉਹਦਾ ਨਾਂ ਹੈ, $250 billion ਉਹ ਮਨੀ ਲਾਂਡਰ ਕਰ ਰਿਹਾ, ਉਹਨਾਂ ਦਾ ਵੱਡਾ ਚੰਕ ਹੈ, ਉਹਦੇ 'ਚ ਆਪ ਇਨਵੋਲਵ ਨੇ, ਉੱਥੋਂ ਭਰ ਭਰ ਕੇ ਉਹ ਬੈਗ ਜਾਂਦੇ ਨੇ, ਉੱਥੋਂ ਵਾਇਰ ਹੁੰਦੀ ਹੈ, ਤੇ ਸਰਕਾਰਾਂ ਦੇ ਨੱਕ ਥੱਲੇ ਹੋਇਆ ਇਹ। ਵਰਚੁਅਲੀ ਇੱਕ ਬਿਲਡਿੰਗ ਹਲੇ ਜਿਹੜੀ ਹਵਾ 'ਚ ਹੈ ਉਹ 2 ਘੰਟੇ 'ਚ ਵਿਕ ਰਹੀ ਹੈ ਹਾਂਗਕਾਂਗ ਦੇ ਵਿੱਚ, ਕਿ ਉਹ ਲੋਕਾਂ ਦੇ ਕੋਲ ਕਾਰਨ ਹੈ, ਡਾਲਰ ਬਦਲੇ ਡਾਲਰ ਹੈ। $2 million ਦੀ ਇੱਕ ਬੈਡਰੂਮ ਦੀ ਅਪਾਰਟਮੈਂਟ ਆ, $2 million ਨਾਲ ਇੱਥੇ ਘਰ ਤੇ ਕਾਰ ਤੇ ਸਭ ਕੁਛ ਆ ਜਾਣਾ। ਕਿਸੇ ਨਾਲ ਗੱਲ ਨਹੀਂ ਕਰਨੀ, ਕਿਸੇ ਨਾਲ ਨਹੀਂ ਕਰ, ਲੋ ਇਨਕਮ ਦੇ ਵਿੱਚ ਪਾਸ ਲੈ ਕੇ ਸ਼ਹਿਰ ਦੇ ਰਿਕਰੇਸ਼ਨਲ ਸੈਂਟਰਾਂ 'ਚ ਨਹਾਉਣਾ ਸਾਰਾ ਦਿਨ, ਲਗਜ਼ਰੀ ਗੱਡੀਆਂ ਚਲਾਉਣੀਆਂ ਨੇ, ਜਵਾਕ UVC ਜਾਣਗੇ 2-2 lakh ਦੀਆਂ ਕਾਰਾਂ ਲੈ ਕੇ, ਫਿੱਟ ਆ ਕੰਮ। ਇੱਕ ਬੰਨੇ ਜਿਹੜਾ 4 lakh ਕਮਾਉਂਦਾ 2 lakh ਸਰਕਾਰ ਨੂੰ ਦਿੰਦਾ, ਇੱਕ ਬੰਨੇ $250 million ਇੱਕ ਬੈਂਕ ਜਿਹੜੀ ਅੰਡਰਗਰਾਊਂਡ ਬੈਂਕ ਆ ਉਹ ਕਲੀਨ ਕਰ ਰਹੀ ਹੈ ਪੈਸੇ। ਆਰਥਿਕਤਾ ਨਾਲ ਜੁੜੇ ਬਿਲਡਰ ਘਰ ਬਣਾਉਣ ਵਾਲੇ, ਅਸੀਂ ਸਾਨੂੰ ਵੀ ਉਹ ਮਾਰਕੀਟ ਬਹੁਤ ਸੋਹਣੀ ਲੱਗਦੀ ਹੈ ਵੀ ਪੈਸੇ ਘਰ ਵਿਕ ਰਹੇ ਨੇ, ਬੰਦੇ 50 ਕੰਮ ਕਰ ਰਹੇ ਨੇ, ਅਸੀਂ ਆਪਣੀ ਰੋਟੀ ਚਲਾਉਣੀ ਹੈ। ਇਹ 'ਚ ਨਾ ਬਿਲਡਰਾਂ ਦਾ ਕਸੂਰ ਆ, ਨਾ ਕੰਮ ਕਰਨ ਵਾਲੇ ਮੁੰਡਿਆਂ ਦਾ ਕਸੂਰ ਆ, ਹੁਣ ਕੰਮ ਹੈ ਨਹੀਂ ਉਹ ਬੈਠੇ ਨੇ। ਸਟ੍ਰੈਸਡ ਟੈਸਟ ਦੇ ਨਾਲ ਨਾਲ ਜਿਹੜਾ ਸ਼ਿਕੰਜਾ ਕੱਸਿਆ ਹੋਇਆ ਪਿਛਲੇ 2 ਸਾਲਾਂ ਤੋਂ ਉਹ ਵੀ ਕਾਰਨ ਹੈ ਤੁਹਾਡਾ। ਆ ਜਿਹੜੀਆਂ ਖਬਰਾਂ ਅੱਜ ਤੱਕ ਛਪ ਰਹੀਆਂ ਨੇ, ਇਦੋਂ ਖਬਰਾਂ ਪੀਟਰ ਜਰਮਨ ਦੀ ਰਿਪੋਰਟ ਨੇ ਹਿਲਾਇਆ ਪਿਆ, ਲੋਕਾਂ ਨੇ ਹੱਥ ਖਿੱਚ ਲਏ, ਲੋਕ ਜਿਵੇਂ ਪੈਸਾ ਆਉਂਦਾ ਸੀ ਬੰਦ ਹੋ ਗਿਆ। ਗੱਲ ਇਹ ਆ ਵੀ ਕਮਾਈ ਕਿਹਦੇ ਲੈਵਲ ਤੇ, ਕਮਾਈ ਜਿਹੜੀ ਅਮੀਰੀ ਹੈ ਉਹਦਾ ਬੇਸ ਕੀ ਹੈ,
ਕਿਵੇਂ ਜਵਾਕ ਮੈਂ ਤਾਂ ਹੀ ਤੁਹਾਨੂੰ ਦੱਸਿਆ ਵੀ 2002 ਦੇ ਵਿੱਚ ਜਿਹੜੀ 1.5 ਲੱਖ ਦੀ ਲੋਟ ਹੈ ਹੁਣ ਉਹ 11 ਲੱਖ ਦੀ ਹੈ, ਕਿਵੇਂ ਅਫੋਰਡ ਕਰੋਗੇ ਤੁਸੀਂ? $10 ਦੀ ਮਿਨੀਮਮ ਵੇਜਿਸ, $8 ਦੇ ਮਿਨੀਮਮ ਵੇਜਿਸ 14 ਤੇ ਪਹੁੰਚੀ ਹੈ, ਦਿਹਾੜੀ ਦੇ ਡਾਲਰ ਤਾਂ ਤੁਸੀਂ 30 ਵੱਧ ਕਮਾ ਰਹੇ ਹੋ, ਤੇ 22 ਦਿਨ ਕਮਾਉਂਦੇ ਹੋ ਤਾਂ 600-700 ਕਮਾ ਰਹੇ ਹੋ, ਘਰ ਤੁਹਾਡਾ 1.5 ਲੱਖ ਦੀ ਜਗ੍ਹਾ ਹੋ ਗਿਆ ਆ ਕੇ 14 ਲੱਖ ਦਾ, ਕਿਵੇਂ ਅਫੋਰਡ ਕਰੋਗੇ? ਕਿਵੇਂ ਜਵਾਕ ਤੁਹਾਡਾ, ਤੁਸੀਂ ਫ੍ਰੀ ਘਰ ਦੇ ਦਿਓ ਜਵਾਕ ਨੂੰ, ਅੱਜ ਤੋਂ 15 ਸਾਲਾਂ ਨੂੰ ਫ੍ਰੀ ਘਰ ਸ਼ਹਿਰ ਚ ਦਿੱਤਾ ਹੋਇਆ 1.5 ਮਿਲੀਅਨ 2 ਮਿਲੀਅਨ ਦਾ, ਉਹਦਾ ਖਰਚਾ 5,000 ਹੋਣਾ, 2,000 ਤਾਂ ਉਹਦਾ ਪ੍ਰੋਪਰਟੀ ਟੈਕਸ ਹੋ ਜਾਣਾ, $1,000 ਦੀਆਂ ਉਹਦੀਆਂ ਘੱਟੋ ਘੱਟ ਹੋ ਰਹੀਆਂ ਨੇ ਤੁਹਾਡੀਆਂ ਯੂਟਿਲਿਟੀਜ਼, $1,000 ਉਹਦਾ ਫੂਡ ਦਾ ਖਰਚਾ, ਤੇ 2 ਕਾਰਾਂ $1,000 ਚ $5,000 ਦਾ ਫ੍ਰੀ ਘਰ ਜਿਹੜਾ ਚੱਲਣਾ, ਜਿਹੜਾ ਮੀਆਂ ਬੀਬੀ ਦੋ ਜਣੇ ਕਮਾਉਣਗੇ, ਜੋਬਸ ਘੱਟ ਜਾਣੇ ਨੇ, ਆਟੋਮੇਸ਼ਨ ਨੇ, ਰੋਬੋਟਸ ਨੇ, ਇਹ ਸਭ ਕੁਝ ਟੇਕ ਓਵਰ ਕਰ ਰਿਹਾ, ਬਹੁਤ ਡਰਾਮੈਟਿਕਲੀ ਵਰਲਡ ਚੇਂਜ ਹੋ ਰਿਹਾ। ਠੀਕ ਹੈ, ਅਸੀਂ ਆਪਣੀ ਪਾਰੀ ਖੋਲ ਕੇ ਤੁਰ ਜਾਣਾ, ਇੱਥੇ ਦੇ ਜਿਹੜੇ ਜੰਮੇ ਪਲੇ ਨੇ ਉਹਨਾਂ ਨੇ ਆਪਣੇ ਰਾਹ ਲੱਭ ਲੈਣੇ ਨੇ, ਪਰ ਮਤਲਬ ਹੈ ਕੋਈ ਖਾਸ ਨਹੀਂ ਹੈ ਵੀ ਇਕੱਲੇ ਵੈਨਕੂਵਰ ਚ, ਦੁਨੀਆਂ ਚ ਹੋ ਰਿਹਾ, ਇਲੀਗਲ ਮਨੀ ਦੁਨੀਆਂ ਦੇ ਵਿੱਚ ਘੁੰਮਦੀ ਹੈ, ਅਮਰੀਕਾ ਚ ਮੈਂ ਤੁਹਾਨੂੰ ਕਿਹਾ ਟਰੱਕਾਂ ਦੇ ਟਰੱਕ ਨੋਟਾਂ ਦੇ ਅਮਰੀਕਾ ਮੈਕਸੀਕੋ ਨੂੰ ਜਾਂਦੇ ਨੇ, ਟਰੱਕਾਂ ਦੇ ਟਰੱਕ ਡਰੱਗ ਜਿਹੜੀ ਮੈਕਸੀਕੋ ਤੋਂ ਆਉਂਦੀ ਹੈ। ਇਸ ਤਰ੍ਹਾਂ ਸਾਡੇ ਬਾਰਡਰਾਂ ਤੇ ਕੇਸ ਜਿਹੜੇ 2 ਫੜੇ ਗਏ, 100 ਟਰੱਕ ਲੰਘਿਆ, 2 ਫੜੇ ਗਏ, 98 ਰਹਿ ਗਏ, ਭਾਈਚਾਰੇ ਦੇ ਵਿੱਚ ਆਪਾਂ ਵੇਖਦੇ ਹਾਂ ਸੈਟਲ ਹੋ ਗਏ, ਜਿਹੜੇ ਬੰਦੇ ਸੈਟਲ ਹੋ ਗਏ ਉਹਨਾਂ ਨੇ ਆਪਣਾ ਸਿਸਟਮ ਚੇਂਜ ਕਰਤਾ, ਕੋਈ ਬਿਜ਼ਨਸ ਲਾ ਗਿਆ, ਕੋਈ ਕਿਤੇ ਲਾ ਗਿਆ, ਕੋਈ ਕਿਤੇ ਲਾ ਗਿਆ, ਸਭ ਉਹ ਕਹਿੰਦੇ ਬਿਲਕੁਲ ਨਹੀਂ, ਐਨ ਬੀਬੇ ਬਣੇ ਫਿਰਦੇ ਨੇ, ਸਾਫ ਵਧੀਆ ਕੱਪੜੇ, ਮਹਿੰਗੇ ਮਹਿੰਗੀਆਂ ਗੱਡੀਆਂ, ਤੇ ਜੇ ਕੋਈ ਪਿਛੋਕੜ ਦੀ ਗੱਲ 20 ਸਾਲ ਪਹਿਲਾਂ ਕਰੇ, ਜਿਹੜੇ ਦੂਜੇ 2 ਨੰਬਰ ਦੇ ਨਾਂ ਰੱਖੇ ਜੀ, ਉਹ ਕਹਿੰਦੇ ਨਾ ਗਾ, ਉਹ ਤਾਂ ਬੰਦਾ ਮੈਂ ਤਾਂ ਜਾਣਦਾ ਨੀ ਕੌਣ ਸੋਨੂ ਸੀ, ਕੌਣ ਸੈਮ ਸੀ, ਕੌਣ ਰੌਬ ਸੀ, ਕੌਣ ਰੌਕ ਸੀ, ਉਹ ਕਹਿੰਦਾ ਨਾ ਭਾਜੀ ਮੈਂ ਤਾਂ ਪਤਾ ਨੀ ਇਹ ਚੀਜ਼ ਦਾ, ਤੁਸੀਂ ਕਿਹੜੀ ਗੱਲ ਕਰਦੇ ਹੋ ਇਹ? ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਫਿਰ ਇਹ ਮਾਡਲ ਦੇ ਵਿੱਚ ਮਿਲੀਅਨ ਵਰਸਿਸ 250 ਮਿਲੀਅਨ, ਸਰਕਾਰਾਂ ਨੂੰ ਇਸ ਤਰ੍ਹਾਂ ਹੀ ਆਪਰੇਟ ਕਰਨਾ ਚਾਹੀਦਾ ਜਿਸ ਤਰ੍ਹਾਂ ਹੁਣ ਸਰਕਾਰ ਆਪਰੇਟ ਕਰਦੀ ਆ, ਬੰਦੇ ਉਸ ਤਰ੍ਹਾਂ ਹੀ ਫਾਲੋ ਕਰ ਲੈਂਦੇ ਆ, ਉਸ ਤਰ੍ਹਾਂ ਹੀ ਕੀਮਤਾਂ ਫਿੱਟ ਆ ਜਾਂਦੀਆਂ, ਉਸ ਤਰ੍ਹਾਂ ਹੀ ਕੰਮ ਹੋਣ ਲੱਗ ਜਾਂਦੇ ਆ, ਪਰ ਇਹ ਬਹੁਤ ਮੇਜਰ ਰਿਫੋਰਮ ਹੋਣਾ ਸਰਕਾਰ ਕਰ ਸਕੂ, ਅਫੋਰਡ ਕਰ ਲੈਣਗੇ ਲੋਕ ਵੱਡੇ ਨੇ ਜਿਹੜੇ, ਉਹ ਕਿਤੇ ਸਰਕਾਰ ਦੂਜੀ ਵਾਰ ਜਿੱਤਣ ਦੇ ਦੇਣਗੇ, ਆਮ ਲੋਕ ਵੋਟਾਂ ਪਾ ਦੇਣਗੇ, ਜਿਹੜਾ ਹੈਂਡ ਟੂ ਮਾਊਥ ਲੋਕ ਨੇ ਵੋਟਾਂ ਵੇਲੇ ਉਹਨਾਂ ਦਾ ਵੀ ਵੱਡਿਆਂ ਨੂੰ ਦੇਖ ਕੇ ਉੱਧਰ ਨੂੰ ਝਾਕਣ ਲੱਗ ਜਾਂਦੇ ਨੇ, ਬੜੇ ਤਾਕਤ ਦੇ ਕੰਮ ਪੈ ਜੂ, ਕੁਛ ਕਰਾਵਾਂਗੇ, ਕੋਈ ਫਾਇਦਾ ਹੋ ਜੂ, ਸਿਟੀ 'ਚ ਕੋਈ ਇਲੀਗਲ ਚੀਜ਼ ਬਣਾਈ ਹੋਈ ਹੈ ਪਾਸ ਕਰਾ ਦੇਣਗੇ, ਬਾਈ ਲਾਲਿਆਂ ਨੂੰ ਰੋਕ ਦੇਣਗੇ, ਬਹੁਤ ਕੁਛ ਚੱਲਦਾ ਸਾਡਾ ਉਸੇ ਸਮੇਂ ਹੀ, ਔਰ ਕਲੀਅਰ ਮੇਰੇ ਕੋਲ ਐਡਰੈਸ ਨੇ ਸ਼ਹਿਰ ਦੇ, ਮੈਂ ਦਿੰਦਾ ਲੈ, ਮੈਂ ਸ਼ਹਿਰ ਨੂੰ ਦਿੰਦਾ ਤੇ ਸ਼ਹਿਰ ਐਕਸ਼ਨ ਕਰਕੇ ਦੇਵੇ ਤਾਂ ਉਹਦੇ ਉੱਤੇ, ਬਣੇ ਬਣਾਏ ਕੋਚ ਹਾਊਸ ਲੋਕਾਂ ਨੇ ਪਿਛਲੇ ਵਿਹੜੇ ਛੱਤ ਤੇ, ਆ ਪਿਛਲੇ 3 ਮਹੀਨਿਆਂ 'ਚ ਕੋਈ ਗੱਲਬਾਤ ਨਹੀਂ ਹੈ, ਸ਼ਹਿਰ ਵੀ ਨਹੀਂ ਕਰਦਾ ਕੁਛ, ਕਿ ਸਿਸਟਮ ਇੱਕ ਦੂਜੇ ਨਾਲ, ਤੁਸੀਂ ਕਹਿਤਾ ਦੂਜੇ ਬੰਨੇ ਅਗਲੇ ਦੀ ਸਿਫਾਰਸ਼ਾਂ ਉਹਨੇ ਉਦੋਂ ਬੜੇ ਨੇ, ਕਹਿਤਾ ਤੁਹਾਡੀ ਖਤਮ ਕਹਾਣੀ, ਦੁਸ਼ਮਣੀ ਤੁਹਾਡੀ ਅੱਗ ਪੈ ਜਾਣੀ, ਕੰਮ ਤੁਹਾਡਾ ਹੋਣਾ ਨਹੀਂ, ਇੱਕ ਸ਼ਿਫਟ ਆ ਜਿਹੜੀ ਉਹ ਬਹੁਤ ਵੱਡੀ ਸ਼ਿਫਟ ਹੈ, ਸਾਨੂੰ ਬੜੀ ਜਾਣਕ ਸੋਸ਼ਲ ਮੀਡੀਆ ਨੇ ਜਿੱਥੇ ਬੜੀ ਜਾਣਕਾਰੀ ਸਾਨੂੰ ਦਿੱਤੀ ਹੈ, ਜਿੱਥੇ ਪਲ ਪਲ ਦੀ ਖਬਰ ਸਾਨੂੰ ਮਿਲਦੀ ਹੈ, ਸੋਸ਼ਲ ਮੀਡੀਆ ਤੇ ਸਾਨੂੰ ਕਈ ਵਾਰ ਅਜਿਹੀ ਖਬਰ ਆ ਜਾਂਦੀ ਹੈ ਜਿਹਦਾ ਸਿਰ ਪੈਰ ਨਹੀਂ ਹੁੰਦਾ, ਖਾਸ ਤੌਰ ਤੇ ਸਾਡੇ ਮਹਿਕਮੇ ਚ ਕੰਮ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ ਤੋਂ ਖਬਰ ਸੁਣ ਕੇ ਅੱਗੇ ਨਹੀਂ ਦੇਣੀ ਚਾਹੀਦੀ, ਕਿਉਂਕਿ ਉੱਥੇ ਕੁਛ ਨਹੀਂ ਪਤਾ, ਪਰ ਕੁਝ ਕੁ ਜਿਹੜਾ ਫੇਸਬੁੱਕ ਨੇ ਤੇ ਯੂਟਿਊਬ ਨੇ ਸਾਡੇ ਜਾਣਕਾਰੀ ਚ ਫਰਕ ਪਾਇਆ ਉਹ ਬਹੁਤ ਹੈ, ਦੁਨੀਆਂ ਦੀ ਜਾਣਕਾਰੀ ਤੇ ਹੁਣ ਕੁਛ ਵੀ ਪਾ ਲਓ ਤੁਸੀਂ ਯੂਟਿਊਬ ਤੇ, ਕੁਛ ਪਾ ਦਿਓ, ਇੰਟਰਨੈਸ਼ਨਲ ਸਪੇਸ ਸਟੇਸ਼ਨ ਹੀ ਪਾ ਲਓ, ਬਸ ਉਹਦੀਆਂ 200 ਦੇ ਕਈ ਵੀਡੀਓ ਹੋਣਗੀਆਂ, ਸਪੇਸ ਵਾਕ ਕੀ ਹੈ, ਕਿਸ ਤਰ੍ਹਾਂ ਇਹ ਬਣਿਆ, ਕਿਵੇਂ ਚੱਲਦਾ, ਕਿੰਨਾ ਤੇਜ਼ ਚੱਲਦਾ, ਧਰਤੀ ਦਾ ਗੇੜਾ ਜਿਹੜਾ ਕਿਵੇਂ ਲਾਉਂਦਾ ਹੈ ਤੇ ਕਿੰਨੀ ਉੱਚਾ ਉੱਡਦਾ, ਇਹਦੇ ਵਿੱਚ ਕਿਵੇਂ ਰਹਿੰਦੇ ਨੇ, ਕਿਵੇਂ ਖਾਂਦੇ ਨੇ ਪੀਂਦੇ ਨੇ, ਕੋਈ ਵੀ ਚੀਜ਼, ਇੱਕ ਚੀਜ਼ ਵੀ ਸਿਹਤ ਸੰਬੰਧੀ ਵੀ ਬਹੁਤ ਜਾਣਕਾਰੀ ਹੈ ਯੂਟਿਊਬ ਤੇ ਨਾ, ਜੇ ਤੁਸੀਂ ਸਿੱਖਣਾ ਹੋਵੇ ਕੋਈ ਵੀ ਬਈ ਸਰੀਰ ਚੱਲਦਾ ਕਿਵੇਂ ਹੈ,
ਬੋਡੀ ਦੀ ਅਨਾਟਮੀ ਕੀ ਹੈ, ਬਾਇਓਲੋਜੀ ਕੀ ਹੈ, ਕਿਸ ਤਰ੍ਹਾਂ ਐਕਟ ਕਰਦਾ, ਕੀ ਨੇ ਹਾਰਮੋਨਸ, ਕੀ ਨੇ ਤੇ ਕਿੰਨੇ ਸੈੱਲ ਕੀ ਨੇ, DNA ਕੀ ਹੈ, ਬੋਡੀ ਫੰਕਸ਼ਨ, ਤੇ ਫਿਰ ਤੁਹਾਨੂੰ ਸਪੈਸੀਫਿਕ ਹੋਊਗਾ ਕੋਈ ਸਿਰ ਦੁਖਦਾ ਹੈ, ਕੋਈ ਦਰਦ ਹੈ, ਉਹਦਾ ਨਾਂ ਪਾ ਦਿਓ, ਟ੍ਰੀਟਮੈਂਟ ਆਫ ਹੈਡੇਕ, ਟ੍ਰੀਟਮੈਂਟ ਆਫ ਅਰਥਰਾਈਟਸ, ਟ੍ਰੀਟਮੈਂਟ ਆਫ ਕੋਲੈਸਟਰਲ, ਉਹਦੇ ਚ ਫਿਰ ਲਾਈਨਾਂ ਹੀ ਲਾਈਨਾਂ ਲੱਗੀਆਂ ਹੋਈਆਂ, ਉਹ ਚ ਪੜ੍ਹੇ ਲਿਖੇ ਡਾਕਟਰ ਨੇ ਜਿਹੜੇ ਉਹ ਵੀ ਨੇ, ਵੈਦ ਹਕੀਮ ਵੀ ਬੈਠੇ ਨੇ, ਤੇ ਤਾਕਤ ਦੀ ਗੱਲ ਜਾਂ ਕੁਛ ਵੀ ਸੋਸ਼ਲ ਮੀਡੀਆ ਤੇ ਰਾਜੀਵ ਦੀਕਸ਼ਿਤ ਉਹਨਾਂ ਦੀਆਂ ਵੀਡੀਓਜ਼ ਨੇ ਯੂਟਿਊਬ ਤੇ ਪਈਆਂ। ਰਾਜੀਵ ਦੀਕਸ਼ਿਤ ਹੋਣੀ ਕੌਣ ਨੇ? ਰਾਜੀਵ ਦੀਕਸ਼ਿਤ ਹੋਣੀ ਅਸਲ ਦੇਸ਼ ਨੂੰ ਆਪਣੇ ਨੂੰ ਪਿਆਰ ਭਾਰਤ ਨੂੰ ਕਰਨ ਵਾਲੇ ਸੋਸ਼ਲ ਜਿਹੜੇ ਇੱਕ ਐਕਟਿਵਿਸਟ ਸੀ ਤੇ ਜਿਹਨਾਂ ਨੇ ਬਹੁਤ ਕੰਮ ਕੀਤਾ ਗਲੋਬਲਾਈਜੇਸ਼ਨ ਤੋਂ ਉਹ ਵੀ ਭਾਰਤ ਨੂੰ ਮੈਂ ਭਾਰਤ ਵਰਗਾ ਰੱਖਣਾ ਹੈ, ਟੈਕਸੇਸ਼ਨ ਸਿਸਟਮ ਜਿਹੜਾ ਪੁਰਾਣਾ ਲੱਗਿਆ ਹੋਇਆ ਤੇ ਉਹਦੇ ਬਾਅਦ ਨਵਾਂ, ਕਰਪਸ਼ਨ ਕਿਵੇਂ ਬੰਦ ਹੋਵੇ, ਤੇ ਰਾਮਦੇਵ ਦੇ ਉਹਦਾ ਨੈਸ਼ਨਲ ਸੈਕਰਟਰੀ ਸੀ ਕਰਪਸ਼ਨ ਦੀ ਆਰਗੇਨਾਈਜੇਸ਼ਨ ਜਿਹੜੀ ਭਾਰਤ ਸਵਿਮਾਨ ਅੰਦੋਲਨ, ਰਾਮਦੇਵ ਉਹਨਾਂ ਦਾ ਜੁਗਾੜ ਉਹਦੇ ਵਿੱਚੋਂ ਆਪਣਾ ਕਾਰਪੋਰੇਟ ਜਗਤ ਸੈੱਟ ਕਰਨਾ ਸੀ ਵੀ ਇੱਕ ਵਾਰ ਲਾਲ ਕੱਪੜੇ ਪਾ ਕੇ ਬਹਿ ਜਾਓ, ਉਹਦੇ ਚੋਂ ਕੇਜਰੀਵਾਲ ਨਿਕਲਿਆ ਤੇ ਉਹਨੇ ਰਾਜਨੀਤੀ ਜਾ ਵੜਿਆ, ਇਹ ਆਪਣਾ ਹਰਿਦੁਆਰ ਚਲੇ ਗਿਆ ਤੇ ਸਰਕਾਰਾਂ ਨੇ ਲੀਜ਼ ਤੇ ਜ਼ਮੀਨਾਂ ਦੇ ਤੀਆਂ ਤੇ ਹਜ਼ਾਰਾਂ ਹੀ ਕਿੱਲਿਆਂ ਦੇ ਵਿੱਚ ਹੁਣ ਹਜ਼ਾਰਾਂ ਹੀ ਕਿਲੋ ਸੋਨਾ ਪਿਘਲਾ ਕੇ ਦਵਾਈਆਂ 'ਚ ਪਾਉਂਦੇ ਤੇ ਬਹੁਤ ਅਮੀਰ ਜਿਹੜਾ ਉਹ ਠੀਕ ਹੈ, ਟਰੱਸਟ ਹੁੰਦਾ ਜੀ, ਹਮਾਮ ਨਹੀਂ ਲੇਤੇ, ਯੇ ਨਹੀਂ ਲੇਤੇ, ਬੋਹ ਨਹੀਂ ਲੇਤੇ, ਤਾਂ ਗੱਲਾਂ ਨੇ ਟਰੱਸਟ ਦੇ ਵਿੱਚੋਂ ਹੀ ਲੋਕ ਲੈ ਕੇ ਜਾਂਦੇ ਹੁੰਦੇ। ਟਰੱਸਟ ਇੱਕ ਅਜਿਹਾ ਸ਼ਬਦ ਹੈ ਜਿਹਦੇ ਰਾਹੀਂ ਤੁਸੀਂ ਲੋਕਾਂ ਨੂੰ ਖੁਸ਼ ਕਰ ਸਕਦੇ ਹੁੰਦੇ। ਮੇਰੇ ਨਾਂ ਥੋੜ੍ਹਾ, ਇਹ ਤਾਂ ਟਰੱਸਟ ਦੇ ਨਾਂ ਹੈ, ਟਰੱਸਟ ਤੇ ਕੰਟਰੋਲ ਕਿਹਦਾ? ਸਾਡਾ, ਇਹ ਵੀ ਸ਼ੈਲ ਕੰਪਨੀਆਂ ਵਾਂਗੂ ਹੀ ਹੈ। ਰਾਜੀਵ ਦੀਕਸ਼ਿਤ ਉਹਨਾਂ ਨੇ ਬੜਾ ਕੰਮ ਕੀਤਾ ਤੇ ਫਿਰ 2010 ਚ ਅਚਾਨਕ ਉਹਨਾਂ ਦੀ ਮੌਤ ਹੋ ਗਈ 33 ਵਰਿਆਂ ਦੀ ਉਮਰ ਚ, 67 ਦੇ ਉਹ ਜੰਮਪਲ ਨੇ। ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਹੈ ਨਾ ਦਿੱਤੀ ਹੋਈ, ਇਹ ਮਰਜ਼ੀ ਅਗਲੇ ਦੀ, ਆਯੁਰਵੇਦ ਤੁਸੀਂ ਟਰਾਈ ਕਰਨਾ ਜਾਂ ਨਹੀਂ ਕਰਨਾ, ਇਹ ਜੀ ਮੈਂ ਕਹਿੰਦਾ ਨੀ ਕਿਸੇ ਨੂੰ। ਰਾਦਰ ਹੁਣ ਤਾਂ ਕੋਈ ਆਯੁਰਵੇਦ ਵਾਲਾ ਆਵੇ, ਪਹਿਲਾਂ ਕਹਿ ਦਿਆ ਕਰਨਾ ਭਾਈ ਬਾਇਰ ਬੀ ਵੇਅਰ, ਤੁਹਾਡੀ ਮਰਜ਼ੀ ਹੈ, ਇਹ ਪੇਡ ਸੈਗਮੈਂਟ ਹੈ, ਤੁਸੀਂ ਖਰੀਦਣਾ ਨਹੀਂ ਖਰੀਦਣਾ ਤੁਹਾਡੀ ਮਰਜ਼ੀ ਹੈ, ਕਿਉਂਕਿ ਜਦ ਫਾਇਦਾ ਹੁੰਦਾ ਹੈ, ਜਦ ਕੋਈ ਕੁਛ ਨਹੀਂ ਕਹਿੰਦਾ, ਜਦ ਨੁਕਸਾਨ ਹੁੰਦਾ ਹੈ, ਹਜ਼ਾਰਾਂ ਦੇ ਵਿੱਚੋਂ 2 ਦਾ ਨੁਕਸਾਨ ਹੋ ਗਿਆ, ਵਾ ਉਹਨੇ ਕੋਠੇ ਚੜ੍ਹ ਕੇ ਫਿਰ ਰੌਲਾ ਪਾਉਣਾ, ਇਸ ਤਰ੍ਹਾਂ ਹੀ ਹੁੰਦੀ ਹੈ। ਤੇ ਅਸੀਂ ਘੁੰਮ ਜਾਂਦੇ ਹਾਂ, ਫਿਰ ਪਹਿਲਾਂ ਤਾਂ ਮਿੰਨਤਾਂ ਕਰ ਲਏ ਜੀ, ਉਹ ਦਵਾਈ ਜੀ ਉਹਦਾ 2-2 ਮਹੀਨੇ ਦੀ ਵੇਟ ਆ ਜੀ, 3 ਦੀ ਉਹ ਲੈ ਕੇ ਦਿਓ ਜੀ, ਤੇ ਜੇ ਗੱਲ ਨਾ ਸੂਤ ਬੈਠੀ ਬਸ। ਇਹ ਸੁਭਾਅ ਸਾਨੂੰ ਬਦਲਣਾ ਚਾਹੀਦਾ। ਸੋ ਰਾਜੀਵ ਦੀਕਸ਼ਿਤ ਹੋਣਾ ਨੂੰ ਤੁਸੀਂ ਯੂਟਿਊਬ ਤੇ ਉਹਨਾਂ ਦੀਆਂ ਹਜ਼ਾਰਾਂ ਹੀ ਵੀਡੀਓ ਨੇ, ਉਹ ਗਾਹ ਉਹਨਾਂ ਨੇ ਫੇਰ ਬਦਲ ਵੀ ਲੋਕਾਂ ਨੇ ਕਰਤਾ, ਫੋਟੋ ਉਹਨਾਂ ਦੀ ਆ, ਚੈਨਲ ਆਪਣਾ ਉਹਨਾਂ ਨੇ ਬਣਾ ਲਿਆ, ਉਹਦੇ ਤੇ ਉਹਨਾਂ ਨੂੰ ਚਲਾਈ ਜਾਂਦੇ ਨੇ, ਕਿਉਂਕਿ ਜਿੰਨੇ ਵਿਊ ਉਹਨਾਂ ਤੇ ਗਏ ਯੂਟਿਊਬ ਥੋੜੇ ਬਹੁਤ ਪੈਸੇ ਦੇ ਦਿੰਦੀ ਆ, ਉੱਥੇ ਬਹੁਤ ਵੱਡੀ ਗੱਲ ਆ, ਕਿਸੇ ਨੂੰ $500 ਵੀ ਆ ਗਿਆ, ਉਹਦਾ 25,000-30,000 ਰੁਪਇਆ ਬਣ ਗਿਆ, ਕਰਨਾ ਕੀ ਆ, ਫੋਟੋ ਚੱਕ ਕੇ ਇੱਧਰ ਉੱਧਰ ਪਾਉਣੀਆਂ ਨੇ। ਰਾਜੀਵ ਦੀਕਸ਼ਿਤ ਉਹਨਾਂ ਦੇ ਜਿਹੜੇ ਦੇਸੀ ਘਰ ਦੇ ਟੋਟਕੇ ਨੇ ਨਾ, ਉਹ ਬਹੁਤ ਕੰਮ ਕਰ ਰਹੇ ਨੇ। ਘਰ ਦੇ ਵਿੱਚੋਂ ਇਲਾਜ ਕੀ ਸੀ ਉਹਨਾਂ ਦਾ ਨਾਂ, ਮਤਲਬ ਜਿਹੜੀਆਂ ਚੀਜ਼ਾਂ ਅਸੀਂ ਪੰਜਾਬ 'ਚ ਵਰਤਦੇ ਸੀ, ਉਹਨਾਂ ਨੂੰ ਰਾਜੀਵ ਦੀਕਸ਼ਿਤ ਉਹਨਾਂ ਨੇ ਬਹੁਤ ਜ਼ੋਰ ਨਾਲ ਚੀਨੀ ਦੇ ਖਿਲਾਫ, ਗੁੜ ਦੇ ਹੱਕ 'ਚ, ਰਸ ਦੇ ਹੱਕ 'ਚ, ਤੇ ਹੋਰ ਬਹੁਤ ਦਰਖਤ ਆਲੇ ਦੁਆਲੇ ਆਪਣੇ ਸਬਜ਼ੀਆਂ ਭਾਜੀਆਂ ਜਿਹਨਾਂ ਦੇ ਰਾਹੀਂ ਤੁਸੀਂ ਆਪਣਾ ਸਰੀਰ ਠੀਕ ਕਰ ਸਕਦੇ। ਹਜ਼ਾਰਾਂ ਹੀ ਜਿਹੜੀ ਉਹਨਾਂ ਦੀਆਂ ਵੀਡੀਓਜ਼ ਨੇ। ਸੋਸ਼ਲ ਮੀਡੀਆ ਦਾ ਇੱਕ ਵਰਦਾਨ ਵੀ ਹੈ ਕਿ ਕਿਸੇ ਚੀਜ਼ ਦੀ, ਚਲੋ ਪੜ੍ਹਾਈ ਤੇ ਬੰਦੇ ਦੀ ਵਿਰਵਤਾ ਜਿਹੜੀ ਆ, ਉਹ ਇੰਨਾ ਤਾਂ ਸਾਰਾ ਕੋਈ ਪਤਾ ਨਹੀਂ ਹੁੰਦਾ, ਤੁਹਾਡੇ 'ਚ ਉਤਸੁਕਤਾ ਹੋਵੇ ਕਿ ਮੈਂ ਹੁਣ ਇੱਕ ਆਹ ਚੀਜ਼ ਦਾ ਪਤਾ ਕਰਨਾ, ਤੇ ਲੱਗ ਜਾਓ ਤੁਸੀਂ, ਤੁਹਾਨੂੰ ਲੱਭ ਦੂਗਾ ਸਾਰਾ ਕੁਝ, ਤੁਹਾਨੂੰ ਯੂਟਿਊਬ ਨੇ ਲੱਭ ਕੇ ਦੇਣਾ। ਔਰ ਇਹੀ ਗੱਲ ਹੋਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਫੋਨ ਤੇ ਹੁਣ ਆਲਰੇਡੀ ਹੋਊਗੀ, ਤੁਸੀਂ ਜਿਹੜਾ ਕੋਈ ਦੇਖਣਾ ਲਾਈਵ ਕਿਤੇ ਚੱਲ ਰਿਹਾ, ਕੋਈ ਪ੍ਰੋਗਰਾਮ ਚੱਲ ਰਿਹਾ ਘਰੇ, ਹੁਣ ਟੀਵੀ ਦੇ ਮੂਹਰੇ ਕਿਹਨੇ ਵੇਖਣਾ, ਇੱਕ ਮਿੰਟ 'ਚ ਉਹਨਾਂ ਨੇ ਫੋਨ ਘੁਮਾ ਕੇ ਲਾਈਵ ਦੇਖਣ ਲੱਗ ਜਾਣਾ। ਆ ਹੁਣ ਤੁਸੀਂ ਫੋਨ ਐਪ ਤੇ ਸੁਣੇ ਰਹੇ ਹੋ, ਦੁਨੀਆਂ ਜਿੱਥੇ ਬੈਠੇ ਹੋ, ਜਿੰਨੇ ਬੈਠੇ ਹੋ, ਵੱਧ ਘੱਟ ਸੁਣਦੇ ਹੋ, ਜਿੰਨੇ ਸੁਣਦੇ ਹੋ ਐਪ ਤੇ ਸੁਣ ਰਹੇ ਹੋ, ਸਾਰੇ ਆਪਣੇ ਵਿੱਚ ਟਰੱਕ ਦੇ ਵਿੱਚ ਸਾਰੇ ਸਪੀਕਰਾਂ ਤੋਂ ਗੱਲ ਸੁਣ ਰਹੀ ਹੈ, ਉੱਚੀ ਸੁਣ ਰਹੀ ਹੈ। ਰਾਜੀਵ ਦੀਕਸ਼ਿਤ ਉਹਨਾਂ ਦੀਆਂ ਵੀਡੀਓ ਤੁਸੀਂ ਵੀ ਵੇਖੀਆਂ ਹੋਣੀਆਂ ਨੇ, ਮਤਲਬ ਉਹਨਾਂ ਨਾਲ ਇੱਕ ਹੀ ਉਹਨਾਂ ਦੇ ਜਿਹੜਾ ਉਹਨਾਂ ਨੂੰ ਲੋਕ ਚਾਹੁੰਦੇ ਨੇ,
ਇਹ ਸੀ ਵੀ ਉਹਨਾਂ ਦੀ ਹਰਮਨ ਪਿਆਰਤਾ ਸਾਰੇ ਭਾਰਤ ਦੇ ਵਿੱਚ ਗਲੀਆਂ ਮੁਹੱਲਿਆਂ ਚ ਜਾ ਕੇ ਲੋਕਾਂ ਨੂੰ ਸਮਝਾਉਣਾ ਤੇ ਉਹਦੇ ਵਿੱਚੋਂ ਕੁਝ ਵੀ ਆਪਣਾ ਦਾ ਬਣਾਉਣਾ। ਨਾਲ ਦਾ ਬੰਦਾ ਦੇਖ ਲਓ ਕਿੱਥੇ ਜਾ ਕੇ ਬੈਠਾ, ਅਰਬਾਂ ਪਤੀ ਬਣੇ ਹੋਏ ਨੇ ਉਹ ਦੋਨੇ ਜੋੜੀ ਹੈ ਜਿਹੜੀ ਲਾਲਾਂ ਦੀ, ਤੇ ਕਿਤੇ ਆਈਲੈਂਡਾਂ ਖਰੀਦ ਰਹੇ ਨੇ, ਕਿਤੇ ਕੁਛ ਖਰੀਦ ਰਹੇ ਨੇ, ਕਦੇ ਕੁਛ ਕਰ ਰਹੇ ਨੇ ਸਰਕਾਰਾਂ ਨੂੰ ਬਣਾਉਣ ਦੇ, ਸਰਕਾਰਾਂ ਨੂੰ ਜਿਤਾਉਣ ਤੱਕ ਹਟਾਉਣ ਤੱਕ ਉਨੀ ਪਾਵਰ ਹੈ ਰਾਮਦੇਵ ਕੋਲੋਂ। ਪਰ ਮੇਨ ਕੜੀ ਉਸਦੀ ਅਜੀਬ ਦੀਕਸ਼ ਸੀ, ਉਹ ਆਪਣੀ ਸੰਸਕ੍ਰਿਤੀ ਨੂੰ ਆਪਣੇ ਧਰਮ ਨੂੰ ਪਿਆਰ ਕਰਨ ਵਾਲਾ ਬੰਦਾ ਤੇ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲਾ, ਜਿਹੜਾ ਸਲਿਊਟ ਹੈ ਉਹਨੂੰ ਜਿਸ ਤਰ੍ਹਾਂ ਸੋਚਦਾ ਸੀ। ਪਰ ਲੁਕਾਈ ਲਈ ਜਿਹੜੀਆਂ ਉਹਦੀਆਂ ਰੈਮਡੀਜ਼ ਨੇ ਬਹੁਤ ਨੇ, ਹੋਰ ਵੀ ਤੁਸੀਂ ਪਾਕਿਸਤਾਨ ਦੇ ਹਕੀਮਾਂ ਦੀਆਂ ਦੇਖਣ ਲੱਗ ਜਾਓ, ਬਲੋਚਿਸਤਾਨ ਦਿਆਂ, ਅਫਗਾਨਿਸਤਾਨ ਦੀਆਂ, ਤੁਰਕੀ ਦੇ ਹਕੀਮਾਂ ਦੀਆਂ, ਜਿਹੜਾ ਕੋਈ ਮਰਜ਼ੀ ਵੇਖੀ ਚੱਲੋ। ਪਰ ਅਜੀਤ ਦੀਕਸ਼ਿਤ ਉਹਨਾਂ ਦੇ ਜਿਹੜੇ ਟੋਟਕੇ ਨੇ ਉਹ ਬੜੇ ਕੰਮ ਕਰ ਰਹੇ ਨੇ, ਤੇ ਪਰ ਉਹ ਕੋਈ ਗੱਲ ਇਹ ਆ ਵੀ ਉਹ ਬੂਟੇ ਇੱਥੇ ਨਹੀਂ ਮਿਲਦੇ, ਉਹ ਇੱਥੇ ਸਮਾਨ ਨਹੀਂ ਮਿਲਦਾ ਸਾਨੂੰ, ਇਹ ਤਾਂ ਮੁਸ਼ਕਿਲ ਹੈ। ਪਰ ਪੰਜਾਬ 'ਚ ਹੋਵੋ, ਤੁਸੀਂ ਭਾਰਤ 'ਚ ਹੋਵੋ, ਉਹਨਾਂ ਨੂੰ ਸੁਣ ਕੇ ਬਹੁਤ ਕੁਛ ਠੀਕ ਕਰ ਸਕਦੇ। ਕਿੰਨੀਆਂ ਕੁ ਵੀਡੀਓ ਤੁਸੀਂ ਵੇਖੀਆਂ ਉਹਨਾਂ ਦੀਆਂ, ਤੇ ਕੀ ਪਸੰਦ ਕਰਦੇ ਹੋ, ਕੋਈ ਫਾਇਦਾ ਹੈ ਜਾਂ ਨਹੀਂ ਹੈ, ਕੁਛ ਲਾਈਕ ਕਰਦੇ ਹੋ, ਫੋਲੋ ਕਰਦੇ ਹੋ ਰਾਜੀਵ ਦੀਕਸ਼ਿਤ ਉਹਨਾਂ ਨੂੰ? ਸਾਹਿਬ ਬਲਵਿੰਦਰ ਸਿੰਘ ਜੀ ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਜੀ ਬਲਵਿੰਦਰ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ ਵੀਰ ਜੀ, ਮੈਂ ਜਦ ਤੁਸੀਂ ਦੱਸ ਰਹੇ ਅਰਜੀ ਬਾਰੇ, ਤੇ ਮੈਂ 6-7 ਸਾਲ ਤੋਂ ਫੋਲੋ ਕੀਤਾ ਇਹਨੂੰ ਕਰ ਰਿਹਾ, ਤੇ ਬੜਾ ਵਧੀਆ ਜਿਵੇਂ ਤੁਸੀਂ ਦੱਸ ਰਹੇ ਹਾਂ, ਬਹੁਤ ਕੁਛ ਚੇਂਜ ਹੋਇਆ। ਮਤਲਬ ਕਿ ਕਾਬਜ਼ ਸਮਝ ਲਓ ਵੀ ਜਨਮ ਤੋਂ ਹੀ ਸੀਗੀ ਮੇਰੀ, ਤੇ ਆ ਹੁਣ ਮਤਲਬ ਇਹ ਨੀ ਸਵੇਰੇ ਬਸ ਪਾਣੀ ਦਾ ਗਲਾਸ ਪੀਣ ਤੋਂ ਬਾਅਦ ਹੀ ਸਿੱਧਾ, ਤੇ ਦੂਜਾ ਘਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਦੱਸਦੇ ਨੇ, ਕਲੌਂਜੀ, ਸੌਂਫ, ਅਜਮੈਣ, ਜੀਰਾ, ਦਾਲਚੀਨੀ, ਲੌਂਗ, ਛੋਟੀ ਇਲਾਇਚੀ, ਵੱਡੀ ਇਲਾਇਚੀ, ਮਤਲਬ ਕਿ ਐਵਰੀਥਿੰਗ, ਰਾਈ, ਸਾਰਾ ਕੁਛ ਮੇਰੇ ਘਰ ਚ ਹਰ ਇੱਕ ਚੀਜ਼ ਤੁਹਾਨੂੰ ਮਿਲੂਗੀ, ਮੈਂ ਮੁੱਕਣੇ ਨੀ ਦਿੰਦਾ। ਜਿਵੇਂ ਤੁਸੀਂ ਵੀ ਦੱਸਦੇ ਹੁੰਦੇ ਹੋ ਨਾ ਮਸਾਲੇ ਮਸੂਲੇ, ਤੇ ਉਹ ਇਹ ਵੀ ਦੱਸਦਾ ਹੁੰਦਾ, ਤੁਸੀਂ ਵੀ ਸੁਣਿਆ ਹੋਣਾ, ਕਹਿੰਦਾ ਜਿਹੜਾ ਇਹ ਮਸਾਲੇ ਦਾ ਇਹਦਾ ਸ਼ਬਦ ਆਇਆ, ਮਸਾਲੇ ਦਾ ਸ਼ਬਦ ਇਹ ਕਹਿੰਦਾ ਵੀ ਬਾਅਦ ਚ ਆਇਆ, ਪਹਿਲਾਂ ਇਹਨੂੰ ਦਵਾਈ ਕਹਿੰਦੇ ਸੀਗੇ, ਇਹ ਮੁਗਲਾਂ ਤੋਂ ਬਾਅਦ ਨਾਮ ਲਿਆ ਉਹਨਾਂ। ਹਾਂਜੀ ਹਾਂਜੀ ਹਾਂਜੀ, ਵੀ ਪਹਿਲਾਂ ਇਹਨੂੰ ਦਵਾਈ ਦੇ ਤੌਰ ਤੇ ਕਿਚਨ ਦੇ ਵਿੱਚ ਵਰਤਿਆ ਜਾਂਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜਿਹੜਿਆਂ ਨੂੰ ਅੱਜ ਮਸਾਲੇ ਦਾ ਨਾਮ ਦਿੱਤਾ ਵਾ। ਬਾਕੀ ਉਹ ਗੱਲਾਂ ਤਾਂ ਬਹੁਤ ਕਰਨੇ ਵਾਲੀਆਂ, ਜਿੱਦਾਂ ਉਹ ਕਹਿੰਦਾ ਵੀ ਖਾਣੇ ਤੋਂ ਪਹਿਲਾਂ ਅੱਧਾ ਘੰਟਾ ਪਾਣੀ ਪੀ ਲਓ, ਜੇ ਹੁਣ 12 ਵਜੇ ਖਾਣਾ ਖਾਣਾ 11:30 ਪਾਣੀ ਪੀ ਲਓ ਜੋ ਪੀਣਾ ਪਾ, ਹੈਨਾ। ਦੂਜਾ ਖਾਣਾ ਖਾਣ ਤੋਂ ਬਾਅਦ ਘੰਟਾ ਨੀ ਪਾਣੀ ਪੀਣਾ, ਤੁਸੀਂ ਨਾਲ ਨੀ ਪਾਣੀ ਪੀਣਾ, ਜੇ ਤਾਂ ਹੁਣ ਤਰੀ ਵਾਲੀ ਸਬਜ਼ੀ ਹੈ ਫਿਰ ਤਾਂ ਉਹ ਬਾਹਲੀ ਲੋੜ ਵੀ ਨਹੀਂ, ਪਰ ਜੇ ਸੁੱਕੀ ਸਬਜ਼ੀ ਹੈ ਤਾਂ ਥੋੜਾ ਬਹੁਤਾ ਪਾਣੀ ਤੁਸੀਂ ਸਿਪ ਮਾੜੀ ਮੋਟੀ ਲੈ ਸਕਦੇ ਹੋ, ਨਾਲ ਪਾਣੀ ਪੀਣਾ ਬਿਲਕੁਲ ਮਨਾ ਕਰਦਾ। ਦੂਜਾ ਵੀ ਕੋਸਾ ਪਾਣੀ ਪੀਓ, ਹੈਨਾ, ਤੇ ਦਹੀਂ ਲੱਸੀ ਨਾਲ ਤੁਸੀਂ ਪੀ ਸਕਦੇ ਹੋ ਰੋਟੀ ਦੇ, ਇਹ ਤੁਸੀਂ ਵੀ ਸ਼ਾਇਦ ਸੁਣੀਆਂ ਹੋਣੀਆਂ ਗੱਲਾਂ। ਤੇ ਮੇਰਾ ਮਤਲਬ ਏਦਾਂ ਦਾ ਹੋ ਗਿਆ ਸੀ ਹਿਸਾਬ ਤਾਂ, ਵੀ ਜਿਵੇਂ ਹੁਣ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਉੱਥੇ ਆਪਣੇ ਹੁਣ ਸਾਰੇ ਗਲਾਸ ਠੰਡੇ ਪਾਣੀ ਪਏ ਹੁੰਦੇ, ਹੈਨਾ, ਉਹ ਪਾਣੀ ਹੁਣ ਲੈਣਾ ਪੈਂਦਾ, ਹੁਣ ਆਪਾਂ ਉੱਥੇ ਤਾਂ ਕਹਿ ਨੀ ਸਕਦੇ ਗਰਮ ਪਾਣੀ ਦਾ। ਉੱਥੇ ਮੈਂ ਕੀ ਕਰਦਾ ਹੁੰਦਾ, ਫਿਰ ਪਹਿਲੀ ਗੱਲ ਤਾਂ ਮੈਂ ਪਾਣੀ ਪੀਂਦਾ ਹੀ ਨੀ ਰੋਟੀ ਦੇ ਨਾਲ, ਪਰ ਨਾਲ ਰੱਖਣਾ ਪੈਂਦਾ, ਹੈਨਾ, ਤੇ ਜੇ ਪੀਣਾ ਪਈ ਪਾਣੀ ਨਾ, ਪਾਣੀ ਦੀ ਘੁੱਟ ਆ ਜਿਹੜੀ ਆਪਣੇ ਮੂੰਹ ਚ ਰੱਖ ਲੈਣੀ ਆ ਅੱਧਾ ਮਿੰਟ, ਉਹਨੇ ਜਦੇ ਗਰਮ ਹੋ ਜਾਣਾ ਤੇ ਤਾਂ ਅੰਦਰ ਕਰਨੀ, ਮਤਲਬ ਏਦਾਂ ਦੀ ਆਦਤ ਬਣੀ ਜੇ ਵੀ ਠੰਡਾ ਪਾਣੀ ਤਾਂ ਬਿਲਕੁਲ ਹੀ ਬੰਦ। ਦੂਜੀ ਇੱਕ ਗੱਲ ਮੈਂ ਤੁਹਾਨੂੰ ਜ਼ਰੂਰੀ ਹੋਰ ਕਰਨੀ ਚਾਹੁੰਦਾ, ਉਹ ਜਿਹੜਾ ਬਹੁਤ ਉਹ ਵੀ ਕਹਿੰਦਾ ਹੁੰਦਾ ਜਿਹੜਾ ਚੂਨਾ ਚੂਨਾ ਬੁਝਿਆ ਚੂਨਾ ਜਿਹੜਾ ਪੰਜ ਤਾਂ ਜਰਦੇ ਵਗੈਰਾ ਕਰਦੇ, ਹੈਨਾ, ਤੇ ਉਹ ਕਹਿੰਦਾ ਵੀ 72 ਬਿਮਾਰੀਆਂ ਠੀਕ ਕਰਦਾ ਉਹ ਦੱਸਦਾ ਜਿਵੇਂ, ਹੈਨਾ। ਤੇ ਉਹ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ, ਕਈ ਸਾਲ 2 ਸਾਲ ਹੀ ਹੋ ਗਏ ਸ਼ਾਇਦ, ਵੀ ਮੇਰੇ ਡੌਗੀ ਰੱਖਿਆ ਹੋਇਆ, ਉਹਦੇ ਥੱਲੇ ਨਾ ਢਿੱਡ ਤੇ ਇੱਕ ਰਸੌਲੀ ਵਾਂਗੂ ਗੱਠ ਜੀ ਹੋਣ ਲੱਗ ਗਈ ਸੀ, ਉਹ ਵਧਣ ਲੱਗ ਗਈ ਸੀ ਥੋੜੀ ਥੋੜੀ, ਉਹ ਵੱਧਦੀ ਵੱਧਦੀ ਰੀਠੇ ਕੁ ਜਿੱਡੀ ਹੋ ਗਈ, ਤੇ ਜਿੱਦਾਂ ਸੁੱਜੀ ਜੀ ਹੁੰਦੀ ਹੈ ਲਾਲ ਜੀ ਰਹਿਣੀ, ਤੇ ਮੈਂ ਪੁੱਛਿਆ ਡਾਕਟਰ ਨੂੰ ਆਪਣੇ ਨੂੰ, ਉਹ ਕਹਿੰਦਾ ਵੀ ਸਰਜਰੀ ਕਰਨੀ ਪੈਣੀ ਆ। ਮੈਂ ਅੱਗੇ ਵੀ ਗੱਲ ਸਾਂਝੀ ਕੀਤੀ ਸੀ, ਉਹ ਵੀਰ ਜੀ ਮੈਂ ਨਾ ਇਹਨੂੰ ਆਪਣੇ ਜਾਈ ਜੀ ਨੂੰ ਕਣਕ ਦੇ ਦਾਣੇ ਜਿੰਨੀ ਡੋਗੀ ਨੂੰ ਦੇਣ ਲੱਗ ਗਿਆ, ਉਹ ਕਿਸੇ ਵੀ ਤਰੀਕੇ ਨਾਲ ਪਾਣੀ ਚ ਪਾ ਕੇ, ਪਰ ਨਾਲ ਨਾਲ ਮੈਂ ਆਪ ਵੀ ਖਾਣੀ ਸਟਾਰਟ ਕਰਤੀ, ਮਹਾਂ ਵੀ ਕਿਆ ਕੀ ਫੀਲਿੰਗ ਆਉਂਦੀ ਹੈ, ਹੈਨਾ, ਮੈਨੂੰ ਤਾਂ ਕੁਛ ਨੀ ਦਿਖਾਇਆ, ਮਹਾਂ ਵੀ ਡੋਗੀ ਨੂੰ ਖਰਾਬ ਨਾ ਕਰੇਗੀ, ਤੇ ਕੁਛ ਉਹਨਾਂ ਸੁਣਨ ਨੂੰ ਥੋੜਾ ਜਿਹਾ ਹੋਰ ਅਜੀਬ ਜਿਹਾ ਲੱਗਦਾ ਸੀ। ਤੁਸੀਂ ਯਕੀਨ ਕਰਿਓ, ਯਕੀਨ ਮੇਰਾ, 5ਵੇਂ ਦਿਨ ਉਹ ਬਿਲਕੁਲ ਦਬਣ ਲੱਗ ਗਈ, ਤੇ 10 ਦਿਨਾਂ ਦੇ ਵਿੱਚ ਕਲੀਨ ਬਿਲਕੁਲ ਬਰਾਬਰ ਕਰਤੀ ਚਮ ਉਹਦੀ ਸਕਿਨ ਦੇ, ਮੁੜ ਕੇ ਅੱਜ ਹੁੰਦੀ ਆ, ਕੋਈ ਸਰਜਰੀ ਨੀ, ਕੋਈ ਲੈਣਾ ਨੀ ਦੇਣਾ ਨੀ।
ਥੈਂਕ ਯੂ ਬਾਜੀ, ਕੱਲਾ ਹੋਰ ਵੀ ਬਹੁਤ ਗੱਲਾਂ ਹੋਈਆਂ ਪਰ ਮੈਂ ਹੋਰ ਵੀ ਕਾਲ ਸੁਣਨੀ ਚਾਹੁੰਦਾ। ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਬਲਵਿੰਦਰ ਸਿੰਘ ਹੁਣੇ ਚੂਨੇ ਕੀਤੇ, ਚੂਨਾ ਉਹੀ ਹੈ ਜਿਹੜਾ ਜਰਦੇ ਚ ਆਪਣੇ ਲੋਕ ਲਾਉਂਦੇ ਆ, ਜਿਹੜਾ ਆਪਾਂ ਕੰਧਾਂ ਤੇ ਕਰਦੇ ਆ, ਪਰ ਉਹ ਸੋਧਣਾ ਪੈਂਦਾ ਦੋ ਤਿੰਨ ਦਿਨ ਚ ਪਾਣੀ ਪਾ ਕੇ, ਜੇ 100 ਗ੍ਰਾਮ ਚੂਨਾ ਤੇ ਉਹ ਚ 1 ਲੀਟਰ ਪਾਣੀ ਪਾ ਕੇ ਹਿਲਾ ਦੋ ਆਥਣ ਸਵੇਰ, 3 ਦਿਨਾਂ ਬਾਅਦ ਉਹ ਥੱਲੇ ਬਹਿ ਜਾਂਦਾ, ਪਾਣੀ ਸਿੱਟ ਦੋ ਤੇ ਚੂਨਾ ਤੁਹਾਡਾ ਵਧੀਆ ਰਹਿ ਜਾਂਦਾ। ਚੂਨਾ ਉਹ ਕਣਕ ਦੇ ਦਾਣੇ ਜਿੰਨਾ, ਪਰ ਉਹ ਬਿਮਾਰੀਆਂ ਬਹੁਤ ਨੇ, ਪਰ ਤੁਸੀਂ ਮੇਰੇ ਕਹੇ ਤੇ ਨੀ ਪਲੀਜ਼ ਵਰਤਣਾ, ਮੈਂ ਤੁਹਾਨੂੰ ਦੱਸ ਰਿਹਾ ਵੀ ਉਹਨਾਂ ਦੀ ਮੈਂ ਦੱਸ ਰਿਹਾ, ਮੇਥੀ ਦਾਣਿਆਂ ਦੀ ਉਹ ਗੱਲ ਕਰਦੇ ਆ ਵੀ ਮੇਥੀ ਦਾਣੇ ਨਾਲ ਬਹੁਤ ਬਿਮਾਰੀਆਂ ਹਟਦੀਆਂ। ਗਠੀਆ ਐਡੀ ਲਾਇਲਾਜ ਬਿਮਾਰੀ ਆ, ਉਹਦਾ ਇਲਾਜ ਨਹੀਂ ਹੈ ਕੋਈ ਦੁਨੀਆਂ 'ਚ। ਗਠੀਏ ਲਈ ਚੂਨਾ ਉਹ ਕਹਿੰਦੇ ਨੇ, ਮੇਥੀ ਦਾਣਾ ਕਹਿੰਦੇ ਨੇ, ਹਾਰ ਸ਼ਿੰਗਾਰ ਦਾ ਇੱਕ ਬੂਟਾ ਜਿਹਦੇ ਚਿੱਟੇ ਫਲ ਨੇ, ਸੰਤਰੀ ਉਹਦੀਆਂ ਡੰਡੀਆਂ ਨੇ ਗੁਲਾਬੀ, ਹਾਰ ਸ਼ਿੰਗਾਰ ਇੱਥੇ ਮਿਲਦਾ ਨਹੀਂ, ਹਾਰ ਸ਼ਿੰਗਾਰ ਬਹੁਤ ਵਧੀਆ ਜੇ ਉਹਨੂੰ ਕਾਢ ਕੇ ਤੁਸੀਂ ਪੀ ਲੈਂਦੇ ਹੋ। ਪੰਜਾਬ 'ਚ ਜੇ ਕਿਸੇ ਨੂੰ ਹੋਇਆ ਉਹਨੂੰ ਦੱਸੋ ਉੱਥੇ ਵੀ ਹਾਰ ਸ਼ਿੰਗਾਰ ਦੇ ਪੱਤੇ ਜਿਹੜੇ ਨੇ ਪੀ ਕੇ, ਰਜੀਤ ਦੀਕਸ਼ਿਤ ਨੂੰ ਆਪ ਸੁਣਿਓ ਤੁਸੀਂ, ਉਹਦੇ ਤੇ ਪੁੱਛ ਪਾ ਲਿਓ ਰਜੀਤ ਆਰਥਰਾਈਟਿਸ ਜਾਂ ਇਹ। ਚੂਨੇ ਤੇ ਮੇਥੀ ਦਾਣੇ ਦੀਆਂ 70 ਬਿਮਾਰੀਆਂ ਕਹਿੰਦੇ ਨੇ ਜਿਹੜੀਆਂ ਠੀਕ ਨੇ, ਬਲਵਿੰਦਰ ਸਿੰਘ ਹੋਣਾ ਨੇ ਕਿਹਾ। ਗੁੜ ਤੇ ਸ਼ੱਕਰ ਦੇ ਹੱਕ 'ਚ ਚੀਨੀ ਨੂੰ ਮੂੰਹ ਨਹੀਂ ਲਾਉਣਾ, ਫਿਰ ਉਹ ਅਸਲ ਬਹੁਤ ਗੁਣਾਂ ਵਾਲੀਆਂ ਚੀਜ਼ਾਂ ਨੇ, ਉਹ ਭਾਗਵਤ ਰਿਸ਼ੀ ਦੇ ਗ੍ਰੰਥ ਤੋਂ ਉਹਨਾਂ ਨੇ ਅੱਗੇ ਉਹ ਫੋਲੋ ਕਰਕੇ ਦਿੱਤੀਆਂ, ਜਿਹਨੂੰ ਆਯੁਰਵੇਦ 'ਚ ਪਿਆਰ ਹੈ ਉਹ ਬੜੀਆਂ ਚੀਜ਼ਾਂ ਨੇ। ਹਰ ਇੱਕ ਬਿਮਾਰੀ ਦਾ ਤੁਸੀਂ ਨਾਂ ਪਾਇਓ, ਰਜੀਵ ਦੀਕਸ਼ਿਤ ਆਉਣ, ਸਵਦੇਸ਼ੀ ਪੱਤਰਕਾਰ ਉਹਨਾਂ ਦਾ ਮੇਨ ਉਹ, ਬਾਕੀ ਤਾਂ ਠੱਗ ਲਾਣਾ ਉਹਨਾਂ ਨੂੰ ਚੱਕ ਚੱਕ ਕੇ ਵੀਡੀਓ ਪਾਈ ਜਾਂਦਾ, ਉੱਧਰ ਨੂੰ ਜਾਣ ਦੀ ਲੋੜ ਨਹੀਂ। ਖੈਰ ਫਿਰ ਵੀ ਮਤਲਬ ਸੁਣਨ ਵਾਲੇ ਬੰਦੇ ਨੇ, ਗੱਲ ਮੈਂ ਉਹਨਾਂ ਦੀ ਲਾਈਫ ਜਰਨੀ ਤੋਂ ਉਹਨਾਂ ਨੂੰ ਦੇਖ ਰਿਹਾ ਵੀ ਜਿਹੜੇ ਬੰਦੇ ਨੇ ਇੰਨਾ ਕੰਮ ਕੀਤਾ ਲੁਕਾਈ ਲਈ, ਤੇ ਫਿਰ ਉਹਦੀ ਪੋਇਜ਼ਨ ਦੇ ਨਾਲ ਜਿਵੇਂ ਉਹਨਾਂ ਦੀ ਮੌਤ ਹੋਈ, ਨੀਲਾ ਹੋ ਗਿਆ ਸਰੀਰ। ਸੋ ਗੋਪੀ ਸਿੰਘ ਜੀ ਲਾਈਨ ਨੰਬਰ 3। ਹਰਜੀਤ ਸਿੰਘ ਜੀ, ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਵੀਰ ਜੀ, ਗੁਰਫਤਿਹ ਵੀਰ ਜੀ, ਬਹੁਤ ਸੋਹਣਾ ਵਿਸ਼ਾ ਆਪ ਜੀ ਨੇ ਛੇੜਿਆ ਭਾਜੀ। ਮੈਂ ਕੀ ਜੋ ਸਾਰਾ ਕੁਛ ਹਰ ਵਾਰੀ ਤੁਹਾਨੂੰ ਕਹੀਦਾ ਨਾ, ਮੈਂ ਜਦੋਂ ਫੋਨ ਕਰਦਾ ਵੀ ਭਾਜੀ ਤੇ ਤੁਸੀਂ ਸਭ ਕੁਛ ਦੱਸ ਦਿੰਦੇ। ਵਾਕਈ ਉਹਨਾਂ ਦਾ ਨਾਮ ਰਾਜੀਵ ਦੀਕਸ਼ਿਤ, ਚੱਲਦੀ ਫਿਰਦੀ ਇੰਸਾਈਕਲੋਪੀਡੀਆ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ। ਜਿਵੇਂ ਕਹਿੰਦੇ ਧਰਤੀ ਤੇ ਚੱਲਦਾ ਫਿਰਦਾ ਜੇ ਕੋਈ ਇੰਸਾਈਕਲੋਪੀਡੀਆ ਹੈ ਤਾਂ ਉਹ ਰਾਜੀਵ ਦੀਕਸ਼ਿਤ ਸੀ। ਜਿਸ ਜਿਹੜੇ ਬੰਦਾ ਗਲਤ ਦੇ ਹੱਕ ਵਿੱਚ ਖੜ ਗਿਆ, ਭਾਵੇਂ ਉਹਦੀ ਮੌਤ ਹੋ ਗਈ, ਮੌਤ ਕੀਤੀ ਗਈ, ਕਤਲ ਕੀਤਾ ਗਿਆ ਉਹਦਾ, ਕੋਕ ਵਾਲਿਆਂ ਦੇ ਹੱਕ ਖੜ ਗਿਆ ਸੀ ਵਿਰੋਧ ਦੇ ਵਿੱਚ ਵੀ ਦੱਸੋ ਇਹਦੇ ਵਿੱਚ ਕੈਮੀਕਲ ਹੁੰਦੇ ਨੇ, ਰੱਖ ਲਈ ਇਹਨਾਂ ਨੂੰ ਦੱਸਣਾ ਪਿਆ। ਆ ਜਿਹੜੀਆਂ ਸਾਡੀਆਂ ਬੀਬੀਆਂ ਲਾਉਂਦੀਆਂ ਫੇਰ ਹੈ ਲਵਲੀ, ਉਹਨਾਂ ਨੂੰ ਦੱਸਣਾ ਪਿਆ ਵੀ ਇਹ 'ਚ ਸੂਰ ਦੀ ਚਰਬੀ ਪੈਂਦੀ ਹੈ। ਉਹ ਹਰੇਕ ਦੇ ਉੱਤੇ ਕੇਸ ਕਰ ਦਿੱਤਾ ਸੀ ਉਸ ਬੰਦੇ ਨੇ, ਕੰਪਨੀਆਂ ਨੂੰ ਹੈਰਾਨ ਹੋ ਗਈਆਂ ਸੀ ਵੀ ਅਸੀਂ ਹੁਣ ਕਰੀਏ ਕੀ, ਇਹ ਤਾਂ ਬੰਦੇ ਨੇ ਸਾਨੂੰ ਚੱਲਣ ਨਹੀਂ ਦੇਣਾ। ਦੂਜੀ ਰਹੀ ਜਿਵੇਂ ਭਾਜੀ ਹੁਣ ਦੱਸ ਕੇ ਗਏ ਚੂਨੇ ਦੀ ਗੱਲ, ਬਾਕੀ ਵੀ ਇੱਕ ਆਪਣੇ ਦੋਹੇ ਬਣੇ ਹੋਏ ਨੇ ਕਿ 72 ਤਰ੍ਹਾਂ ਦੀ ਬਿਮਾਰੀ ਜਿਹੜੀ ਇਕੱਲਾ ਚੂਨਾ ਹੀ ਦੂਰ ਕਰਦਾ, ਪਰ ਖਾਣ ਦਾ ਤਰੀਕਾ ਅਲੱਗ ਅਲੱਗ ਆ। ਕਿਸੇ ਨੂੰ ਪੀੜੀਆ ਤਾਂ ਗੰਨੇ ਦੇ ਰਸ ਵਿੱਚ ਦੇਣਾ ਪੈਂਦਾ ਆ, ਜੇ ਕਿਸੇ ਬੰਦੇ ਨੂੰ ਜਿਵੇਂ ਆਪਾਂ ਤੁਸੀਂ 2 ਦਿਨ ਪਹਿਲਾਂ ਮੇਰੇ ਖਿਆਲ ਕੱਲ ਹੀ ਸ਼ਾਇਦ ਛੇੜਿਆ ਸੀਗਾ, ਆਪਣੇ ਬੰਦੇ ਦੇ ਜੈਨੇਟਿਕ ਦਾ ਛੇੜਿਆ ਸੀ ਆਪ ਜੀ ਨੇ ਜੀ, ਕਿ ਆਪਣੇ ਜੋ ਜੀ ਜੀ ਅੱਗੇ ਸਾਡੀ ਜਨਰੇਸ਼ਨ ਆ ਰਹੀ ਹੈ ਉਹ ਕਿਵੇਂ ਘੱਟ ਰਹੀ ਹੈ, ਉਹਦੇ ਲਈ ਚੂਨਾ ਜਿਹੜਾ ਆ ਉਹ ਨਿਰਣੇ ਕਾਲ ਜੇ ਕਿਸੇ ਵੀ ਰੂਪ ਚ ਲਿਆ ਜਾ ਸਕਦਾ। ਜਿਵੇਂ ਤੁਸੀਂ ਕਿਹਾ ਕਿ ਮੇਰੇ ਕਹੇ ਤੇ ਨਹੀਂ, ਹਾਂ ਜਿਸ ਬੰਦੇ ਦੇ ਪੱਥਰੀ ਨਹੀਂ ਬਣਦੀ ਉਹ ਬੰਦਾ ਚੂਨਾ ਲੈ ਸਕਦਾ, ਜਿਹਦੇ ਬਣਦੀ ਆ ਉਹ ਡਾਕਟਰ ਦੀ ਸਲਾਹ ਨਾ ਲਵੇ। ਔਰ ਅੱਜ ਕੱਲ੍ਹ ਤਾਂ ਬਹੁਤ ਵਧੀਆ ਗੱਲ ਹੈ ਜੀ, ਆਪਣੇ ਫਰੂਟੀ ਖਾਣੇ ਸਬਜ਼ੀ ਮੰਡੀਆਂ ਵਿੱਚ $4 ਦੀ ਇਹ ਸ਼ੀਸ਼ੀ ਵਿਕਣ ਲੱਗ ਗਈ ਹੈ, ਸੋਧਿਆ ਹੋਇਆ ਚੂਨਾ ਇਹ ਦੇਣ ਲੱਗ ਗਿਆ ਜੀ ਆਪਣੇ ਫਰੂਟੀ ਖਾਣਿਆਂ ਵਿੱਚ ਵੀ, ਇੱਥੇ ਆ ਗਿਆ ਹੋਇਆ ਆ। ਮੈਂ ਆਪ ਵੀ ਘਰੇ ਰੱਖਿਆ ਆ, ਲੈ ਲੈਂਦਾ ਰੋਜ਼ ਬੁਰਕੀ ਜਿੱਦਾਂ ਮਰਜ਼ੀ ਲੈ ਲਈ ਹੈ ਨਾ ਜੀ। ਸਹੀ ਗੱਲ ਇਹ ਕਿ ਆਪਾਂ ਪੁਰਾਤਨਤਾ ਨੂੰ ਛੱਡ ਕੇ ਨਵੀਨ ਕਰਨ ਦੇ ਵਿੱਚ ਆ ਗਏ ਆ, ਸਾਡੇ ਬੱਚੇ ਕੋਕ ਪੀਂਦੇ ਜੰਮਦੇ ਸਾਰ, ਜੰਮਦੇ ਸਾਰ ਅਸੀਂ ਮੈਕਡੋਨਲਡ ਦੀ ਕੋਕ ਪਿਆਉਂਦੇ ਹਾਂ, ਕਿਸੇ ਵੀ ਤਰ੍ਹਾਂ ਦੀ ਕੋਕ ਪਿਆਉਂਦੇ ਹਾਂ, ਫਿਰ ਦੰਦਾਂ ਦਾ ਖਰਚਾ $10-12 ਗਿੱਲ ਸਾਹਿਬ ਜਦੋਂ ਆਪਣੇ ਦੰਦ ਟੁੱਟਦੇ ਹੁੰਦੇ ਸੀਗੇ, ਆਪਾਂ ਕਦੀ ਘਰੇ ਆ ਕੇ ਦੱਸਿਆ ਕਿਸੇ ਨੂੰ ਸਾਡਾ ਦੰਦ ਟੁੱਟ ਗਿਆ ਜੇ ਥੱਲੇ ਡਿੱਗੇ ਉੱਦਾਂ ਹੀ ਆ। ਮੈਨੂੰ 4 ਸਾਲ ਹੋ ਚੱਲੇ ਕੈਨੇਡਾ ਵਿੱਚ ਆਇਆ, ਮੇਰੇ ਖਿਆਲ ਨਾਲ ਪਿਛਲੇ ਸਾਲ ਐਕਸੀਡੈਂਟ ਹੋਇਆ ਤੇ ਡਾਕਟਰ ਨੇ ਮੈਨੂੰ Tylenol-3 ਦਿੱਤੀ ਹੈ, ਉਹ ਵੀ ਕੰਮ ਕਰਨਾ ਸੀ ਤਾਂ, ਨਹੀਂ ਤਾਂ ਮੇਰੇ ਖਿਆਲ ਨਾਲ ਨੀ ਮੈਂ ਕੋਈ ਦਵਾਈ ਇੱਥੇ ਲਈ ਆ। ਕਿੰਨੀ ਵਾਰੀ ਪਤਝੜ ਆਉਂਦੀ, ਕਿੰਨੀ ਵਾਰੀ ਪੋਲਨ ਆਉਂਦਾ, ਕਿੰਨੀ ਵਾਰੀ ਕੁਛ ਹੁੰਦਾ, ਆਪਾਂ ਨੇ ਨੀ ਕਦੀ ਦਵਾਈ ਲਈ। ਘਰਦਿਆਂ ਦੀ ਦਵਾਈਆਂ ਬਿਮਾਰੀਆਂ ਵੀ ਸਗੋਂ ਦੇਸੀ ਤਰੀਕੇ ਨਾਲ ਠੀਕ ਕਰ ਦਿੱਤੀਆਂ ਆਪੇ। ਜਿਹੜਾ ਬੰਦਾ ਸਵੇਰੇ ਚਮਚੇ ਦੀ ਡੰਡੀ ਜਿੱਥੋਂ ਅਸੀਂ ਚਮਚਾ ਫੜੀਦਾ ਆ, ਓਨੀ ਕੁ ਡੰਡੀ ਜਿੰਨੀ ਹਲਦੀ ਨੂੰ 1 ਕੱਪ ਪਾਣੀ 'ਚ ਉਬਾਲ ਕੇ ਰੋਜ਼ ਸਵੇਰੇ ਪੀਣਾ ਸ਼ੁਰੂ ਕਰ ਦੇਵੇ, ਉਹਦੀਆਂ 200 ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ। ਔਰ ਗਿੱਲ ਸਾਹਿਬ ਟਾਈਮ ਥੋੜ੍ਹਾ ਛੇਤੀ ਛੇਤੀ ਗੱਲ ਕਹੂੰਗਾ, ਆਪਣੇ ਲਾਗੇ ਜਿੰਨੀਆਂ ਵੀ ਮੁਸਲਮਾਨਾਂ ਦੀਆਂ ਦੁਕਾਨਾਂ, ਵੀਰਾਂ ਦੀਆਂ ਦੁਕਾਨਾਂ ਆ, ਜਿਵੇਂ ਆਪਣੀਆਂ
ਸਬਜ਼ੀ ਮੰਡੀ ਲਾਗੇ ਇੱਕ ਬਹੁਤ ਵਧੀਆ ਸਟੋਰ ਹੈਗਾ ਆ, ਜਾਂ ਕਿਤੇ ਵੀ ਤੁਸੀਂ ਇਹਨਾਂ ਦਾ ਗਰੋਸਰੀ ਸਟੋਰ ਦੇਖ ਲਓ, ਇਹਨਾਂ ਦੇ ਵਿੱਚ ਇੱਕ ਚੀਜ਼ ਕਾਮਨ ਮਿਲੂਗੀ ਤੁਹਾਨੂੰ, ਜੋ ਇਹਨਾਂ ਦੀ ਪਾਕ ਕੁਰਾਨ ਦਰਜਾ, ਉਹ ਹੈਗੀ ਕਲੌਂਜੀ। ਕਹਿੰਦੇ ਨੇ ਹਾਂਜੀ, ਕਹਿੰਦੇ ਨੇ ਮੌਤ ਨੂੰ ਛੱਡ ਕੇ ਬਾਕੀ ਹਰੇਕ ਮਰਜ਼ ਦਾ ਇਲਾਜ ਕਲੌਂਜੀ ਹੈ ਜੀ। ਪਰ ਗੱਲ ਕੀ ਹੈ, ਤਸੀਰ ਦੀ ਹੈ ਕਿਸੇ ਨੂੰ, ਕਿਉਂਕਿ ਕਲੌਂਜੀ ਥੋੜੀ ਗਰਮ ਤਸੀਰ ਦੀ ਹੁੰਦੀ ਹੈ, ਇਸ ਕਰਕੇ ਉਹਨੂੰ ਥੋੜਾ ਧਿਆਨ ਨਾਲ ਲੈਣਾ ਪੈਂਦਾ, ਉਹਦੇ ਤੇਲ ਨੂੰ ਧਿਆਨ ਨਾਲ ਲੈਣਾ ਪੈਂਦਾ। ਤੇ ਲਾਸਟ ਗੱਲ ਜਾਂਦੇ ਜਾਂਦੇ, ਤੁਸੀਂ ਮੇਰੇ ਕਹੇ ਦੇ ਉੱਤੇ ਜਿਹੜੇ ਮੇਰੇ ਸਰੋਤੇ ਨੇ ਤੇ ਸਰਜੀਤ ਸਿੰਘ ਜੀ ਆਪ ਜੀ, ਫੇਸਬੁੱਕ ਦੇ ਉੱਪਰ ਜਾਂ ਯੂਟਿਊਬ ਦੇ ਉੱਪਰ ਇੱਕ ਲਿੰਕ ਸੈਂਡ ਕੇ ਆਪਣੇ ਆਈ ਡੀ ਸਰਚ ਕਰਿਓ, ਡਾਕਟਰ ਕਰਮਜੀਤ ਸਿੰਘ ਬੈਂਸ ਮੋਗੇ ਤੋਂ ਨੇ ਇਹ। ਜਿੱਦਣ ਤੁਸੀਂ ਇਸ ਪਰਿਵਾਰ ਨੂੰ ਦੇਖ ਲਿਆ ਕਿ ਕਿੱਦਾਂ ਚੱਲਦਾ ਹੈ, ਇਹ ਪੂਰਾ ਦੀਕਸ਼ਿਤ ਜੀ ਦੇ ਕਹੇ ਅਨੁਸਾਰ ਵੀ ਚੱਲਦਾ, ਔਰ ਆਪਣੇ ਕਿਉਂਕਿ ਉਹ ਨੈਚੁਰੋਪੈਥੀ ਡਾਕਟਰ ਆ, ਜਿਹੜੀਆਂ ਚੀਜ਼ਾਂ ਸਾਡੇ ਘਰ ਤੁਸੀਂ ਲੈ ਕੇ ਆਉਂਦੇ ਆ ਉਹ ਇਹਨਾਂ ਦੇ ਘਰ ਵਿੱਚ ਨਹੀਂ ਆਉਂਦੀਆਂ, ਖੰਡ ਤੋਂ ਲੈ ਕੇ ਪੇਸਟਰੀ, ਟੋਫੀਆਂ, ਗੋਲ ਗੱਪੇ, ਜੋ ਤੁਸੀਂ ਨਾਮ ਲੈ ਲਓ ਗਰੋਸਰੀ ਤੋਂ, ਜਿਹੜਾ ਤੁਸੀਂ ਨਾਂ ਲੈ ਲਓ ਸਬਜ਼ੀਆਂ ਨੂੰ ਛੱਡ ਕੇ, ਉਹ ਇਹਨਾਂ ਦੇ ਘਰੇ ਨਹੀਂ ਆਉਂਦਾ। ਤੇ ਜਿਹੜੀਆਂ ਸਾਡੇ ਘਰੇ ਨਹੀਂ ਆਉਂਦੀਆਂ, ਚਾਸਕੂ, ਚਿੱਬੜ, ਮੱਖਣ ਜਿਹੜਾ ਘਰ ਦਾ ਕੱਢਿਆ ਹੋਇਆ, ਤੇ ਹਰੇਕ ਜਿਹੜੀ ਚੀਜ਼ ਜਿਹੜੀ ਅਸੀਂ ਭੁੱਲ ਚੁੱਕੇ ਹਾਂ, ਆਪਾਂ ਸਾਢੇ 500 ਸਾਲਾ ਹੋ ਕੇ ਹਟੇ ਆ, ਚੰਗੀ ਤਰ੍ਹਾਂ ਦੇ ਲੰਗਰ ਬਣੇ ਪਏ, ਮੈਨੂੰ ਨੀ ਲੱਗਦਾ ਕਿਸੇ ਨੇ ਕੋਧਰੇ ਦਾ ਵੀ ਲੰਗਰ ਲਾਇਆ ਹੋਊਗਾ ਜਿਹੜਾ ਬਾਬੇ ਨਾਨਕ ਨੇ ਖੁਦ ਖਾਧਾ ਸੀ। ਕਿਸੇ ਨੂੰ ਕੋਧਰੇ ਦਾ ਨਾਮ ਦੱਸਿਆ ਜੀ ਉਹਨਾਂ ਦਾ ਤੁਸੀਂ? ਡਾਕਟਰ ਸਾਹਿਬ ਦਾ ਕਰਮਜੀਤ ਸਿੰਘ ਬੈਂਸ, ਇਹ ਮੀਆਂ ਬੀਬੀ ਨੇ ਜੀ, ਡਾਕਟਰ ਨੇ ਮੋਗੇ ਤੋਂ, ਡਾਕਟਰ ਕਰਮਜੀਤ ਨੈਚੁਰਪੈਥੀ ਵਾਲੇ। ਹਾਂਜੀ ਹਾਂਜੀ, ਤੁਸੀਂ ਇਹਦੀ ਪੋਸਟਾਂ ਪੜ੍ਹ ਕੇ ਦੇਖੋ, ਮੈਂ ਤੇ ਹੈਰਾਨ ਆ ਜੀ, ਇਸ ਬੰਦੇ ਨੇ ਇਸ ਯੁੱਗ ਦੇ ਵਿੱਚ ਆਪਣੇ ਤੇ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਢਾਲਿਆ ਵੀ ਜੇ ਤੁਸੀਂ ਉਹਨਾਂ ਨੂੰ ਮਠਿਆਈ ਦੇ ਵੀ ਦਓਗੇ, ਉਹਨਾਂ ਨੇ ਚੱਕ ਕੇ ਤਾਂ ਵੀ ਕੂੜੇ 'ਚ ਸਿੱਟ ਦੇਣੀ, ਖਾਣੀ ਆਪ ਨੀ ਤੇ ਨਾ ਕਿਸੇ ਹੋਰ ਨੂੰ ਖਾਣ ਦੇਣੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੋਹਣਾ ਵਿਸ਼ਾ ਛੇੜਿਆ ਜੀ, ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਪਾਰਕ ਸੰਦੇਸ਼ ਜੀ, ਸਿਹਤ ਤੋਂ ਉੱਪਰ ਕੁਛ ਨਹੀਂ ਹੈ, ਸਿਹਤ ਦੇ ਕਾਰਨ ਬਹੁਤ ਨੇ। ਜਿਹੜੇ ਘਰ ਦੇ ਵਿੱਚ ਸਿਹਤ ਤਕੜੀ ਨਹੀਂ ਹੈ, ਉੱਥੇ ਕੁਛ ਵੀ ਨਹੀਂ ਹੈ। ਸਿਹਤ ਜੇ ਕਿਸੇ ਕਾਰਨ ਰੋਗ ਲੱਗ ਗਏ, ਉਹਦੇ ਤੇ ਕੰਮ ਕਰੋ, ਉਹਨੂੰ ਠੀਕ ਕਰੋ। ਲਾਈਨ ਨੰਬਰ 2 ਬਿੱਲਾ ਜੀ, ਤੁਸੀਂ ਤੇ ਹੋ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਹੈਲੋ ਵੀਰ ਜੀ, ਗੱਲ ਬਹੁਤ ਸੋਹਣਾ ਲਿਆਂਦਾ, ਸਿਹਤ ਨਾਲ ਉੱਪਰ ਕੁਛ ਵੀ ਨਹੀਂ। ਸਾਡੇ ਮੇਰੇ ਬਜ਼ੁਰਗ ਨੇ 102 ਸਾਲ ਦੇ ਹੋ ਗਏ ਪੂਰੇ ਹੋਏ, ਤੇ ਸਾਰੀ ਉਮਰ ਉਹਨਾਂ ਨੇ ਕਦੇ ਵੀ ਐਲੋਪੈਥੀ ਨੂੰ ਹੱਥ ਨਹੀਂ ਲਾਇਆ। ਉਹਨਾਂ ਦੀਆਂ ਦਵਾਈਆਂ ਹੁੰਦੀਆਂ ਸੀਗੀਆਂ ਆਯੁਰਵੈਦਿਕ, ਕੋਈ ਵੀ ਪ੍ਰੋਬਲਮ ਹੋਣੀ ਉਹਨਾਂ ਨੇ ਆਹ ਭਸਮ ਲਾਇਆ, ਉਹ ਡੀ ਏ ਵੀ ਫਾਰਮੇਸੀ ਤੋਂ ਮਿਲਦੀਆਂ ਸੀ ਜੀ ਜਲੰਧਰੋਂ। ਤੇ ਮੇਰੇ ਕਹਿਣ ਦਾ ਮਤਲਬ, ਆਪਾਂ ਹੁਣ ਇੱਥੇ ਜਦੋਂ ਮਾੜੀ ਸਿਰ ਦਾ ਦਿੰਦੇ ਫਲਾਈ ਟਾਇਲਾਨੋਲ, ਫਲਾਈ ਐਡਵਿਲ, ਮਿੰਟ ਨੀ ਲਾਉਂਦੇ, ਪਰ ਇਹ ਅਲਟੀਮੇਟਲੀ ਜਾ ਕੇ ਜਿਹੜੀਆਂ ਚੀਜ਼ਾਂ ਇਹਨਾਂ ਦੇ ਕੈਮੀਕਲ ਕੋਈ ਵੀ ਆ, ਉਹਦਾ ਅੰਦਰ ਜਾ ਕੇ ਰਿਐਕਸ਼ਨ ਤਾਂ ਹੋਣਾ ਹੀ ਹੋਣਾ ਆ ਵੀਰੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜੇ ਅਵੋਇਡ ਕਰਕੇ ਆਪਾਂ ਜਿਹੜੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ, ਬਹੁਤ ਸੋਹਣੀਆਂ ਗੱਲਾਂ ਕਰਦੇ ਹੋ, ਇਹ ਜਿਹੜੀਆਂ ਚੀਜ਼ਾਂ ਨੇ ਅੰਮ੍ਰਿਤ ਆ, ਜਿਹੜੀਆਂ ਜੜੀਆਂ ਬੂਟੀਆਂ ਨਾ, ਇਹ ਅੰਮ੍ਰਿਤ ਤੋਂ ਤਿਆਰ ਹੁੰਦੀਆਂ ਆ। ਤੇ ਇਹ ਜਿਹੜੀ ਦੂਜੀ ਚੀਜ਼ ਹੈ ਐਲੋਪੈਥੀ, ਇਹ ਜ਼ਹਿਰ ਤੋਂ ਤਿਆਰ ਹੁੰਦੀ ਆ। ਹੁਣ ਆਪਾਂ ਨੂੰ ਡਿਫਰੈਂਸ ਪਤਾ ਲੱਗੀ ਜਾਣਾ ਚਾਹੀਦਾ ਵੀ ਕਿਹੜੀ ਚੀਜ਼ ਦਾ ਅਸਰ ਚੰਗਾ, ਕਿਹੜੀ ਚੀਜ਼ ਦਾ ਮਾੜਾ ਆ। ਜਾਣਕਾਰੀ, ਇਹ ਪਰਿਵਾਰ ਅਸਲ ਨੈਚੁਰਪੈਥ ਤਾਂ ਹੈਗੇ, ਡਾਕਟਰ ਬਲਰਾਜ ਬੈਂਸ, ਡਾਕਟਰ ਕਰਮਜੀਤ ਕੌਰ, ਉਹਨਾਂ ਦੀ ਇਹਨਾਂ ਨੇ ਲਿਖਿਆ ਹੋਇਆ, ਪਰ ਬਹੁਤ ਜਾਣਕਾਰੀ ਉਹ ਪਰਿਵਾਰ ਦੇ ਵਿੱਚੋਂ ਦਿੰਦੇ ਆ, ਤੇ ਮੀਆਂ ਬੀਬੀ ਪੋਸਟਾਂ ਸਾਂਝੀਆਂ ਕਰਦੇ, ਤੇ ਪਰਿਵਾਰ ਦੇ ਤੌਰ ਤੇ ਆਪਣੇ ਘਰ ਦਾ ਖਾਣਾ ਪੀਣਾ, ਰੋਟੀ ਦੀਆਂ ਫੋਟੋਆਂ, ਤੇ ਬਹੁਤ ਕੁਝ ਉਹ ਦੱਸਦੇ ਆ, ਤੁਹਾਨੂੰ ਪੜ੍ਹਨਾ ਚਾਹੀਦਾ। ਤੇ ਬਈ ਇਹਦੇ ਚੋਂ ਕੀ ਤੁਸੀਂ ਬਣਾਓ ਸਿਹਤ ਦੇ ਲਈ, ਨਹੀਂ ਇਹ ਡਾਕਟਰ ਕਿੱਥੇ ਦੱਸਦੇ ਆ, ਫ੍ਰੀ ਕੋਈ ਨਹੀਂ ਇਨਫੋਰਮੇਸ਼ਨ ਦਿੰਦਾ। ਸੋ ਸਿਹਤ ਦੇ ਲਈ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਸਿਹਤਯਾਬ ਰਹੋ, ਬਹੁਤ ਜ਼ਰੂਰੀ ਹੈ ਕਿ ਕੋਸ਼ਿਸ਼ ਆਪਣੇ ਆਪ ਹੀ ਤੁਸੀਂ ਕਰਨੀ ਹੈ। ਬੜਾ ਔਖਾ ਜੇ ਤੁਸੀਂ ਕਹੋ ਕਿ ਕੋਈ ਤੁਹਾਨੂੰ ਸੈੱਟ ਕਰ ਦੋ, ਨਹੀਂ, ਮਨ ਚ ਚਾਹ ਚਾਹੀਦਾ। ਇੱਕ ਸੋਗਮੀ ਸੂਚਨਾ ਦੇ ਦਈਏ ਕਿ ਲੈਫਟੀਨੈਂਟ ਸਰਦਾਰ ਰਜਿੰਦਰ ਸਿੰਘ ਸਿੱਧੂ, ਪਿੰਡ ਸਿੱਧਵਾਂ ਖੁਰਦ, ਕਾਲਜ ਵਾਲੇ, ਤਹਿਸੀਲ ਜਗਰਾਓਂ, 30 ਨਵੰਬਰ 99 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ। 1981 ਤੋਂ ਪਹਿਲਾਂ ਮਕੈਂਜੀ ਤੇ ਹੁਣ ਰਿਚਮੰਡ 'ਚ ਰਹਿ ਰਹੇ ਸੀ। ਸੰਸਕਾਰ 8 ਦਸੰਬਰ ਐਤਵਾਰ ਨੂੰ 3 ਵਜੇ ਰਿਵਰ ਸਾਈਡ ਫਿਊਨਰਲ ਹਾਲ 'ਚ, ਤੇ 5 ਵਜੇ ਨਾਨਕ ਨਿਵਾਸ ਗੁਰਦੁਆਰਾ ਸਾਹਿਬ ਨੰਬਰ 5
ਰਿਵਰ ਜਿਹੜਾ ਨੰਬਰ 5 ਰੋਡ ਗੁਰਦੁਆਰਾ ਸਾਹਿਬ ਉੱਥੇ ਹੋਣਾ। ਸਾਹਿਬ ਬਲਦਾਰ ਸਿੰਘ ਸਿੱਧੂ ਉਹਨਾਂ ਦੇ ਪੁੱਤਰ ਨੇ, 7783224046 ਨੰਬਰ ਹੈ ਜਾਂ 6042774324020। ਲੈਫਟੀਨੈਂਟ ਸਿੱਧੂ ਸਾਹਿਬ ਸਰ ਰਜਿੰਦਰ ਸਿੰਘ ਸਵਰਗਵਾਸ ਹੋ ਗਏ ਨੇ, ਸੰਸਕਾਰ ਐਤਵਾਰ ਨੂੰ ਹੈ 5 ਰਿਵਰ ਫਿਊਨਰਲ ਹਾਲ ਚ 3 ਵਜੇ। ਸੋ ਇਹ ਸੀ ਅੱਜ ਦਾ ਪ੍ਰੋਗਰਾਮ ਜੀ, ਕੱਲ ਨੂੰ 11 ਵਜੇ ਵਾਪਸ ਆਉਣਾ। ਰੱਬ ਰਾਖਾ ਤੇ ਚੜ੍ਹਦੀਆਂ ਕਲਾਂ ਚ ਰਹੋ।